ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਸਕਾਈ 760 ਤੋਂ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਹਰ ਹਫਤੇ ਜਿਹੜੇ ਨਿਊਜ਼ ਦੇ ਐਨਾਲਾਈਸਿਸ ਹੁੰਦੇ ਨੇ ਉਹ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਦਰਸ਼ਕਾਂ ਦੀ ਜਿਹੜੀ ਫੀਡਬੈਕ ਆਉਂਦੀ ਹੈ ਤੇ ਸਾਡੇ ਨਾਲ ਸਟੂਡੀਓ 'ਚ ਹਮੇਸ਼ਾ ਦੀ ਤਰ੍ਹਾਂ ਨੇ ਜਰਨਲਿਸਟ ਅਵਤਾਰ ਸਿੰਘ ਜੀ ਆਓ ਇਹਨਾਂ ਦਾ ਸਵਾਗਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਜੀ ਅਵਤਾਰ ਸਿੰਘ ਜੀ ਸ਼ੁਰੂਆਤ ਜਿਹੜੀ ਅੱਜ ਆਪਾਂ ਕਰਨੀ ਹੈਗੀ ਹੈ ਜਿਹਾ ਆਪਾਂ ਕੀ ਕਿ ਇਲੈਕਸ਼ਨਸ ਦਾ ਜਿਹੜਾ ਚੱਲ ਰਹੀਆਂ ਨੇ ਭਾਰਤ ਦੇ ਵਿੱਚ ਇਲੈਕਸ਼ਨ ਚੱਲ ਰਹੀਆਂ ਨੇ ਦੂਜਾ ਫੇਜ਼ ਜਿਹੜਾ ਹੈ ਉਸ ਦੀ VOTING ਜਿਹੜੀ ਚੱਲੀ ਹੈ ਕੀ ਉਸ ਦੇ ਵਿੱਚ ਟ੍ਰੈਂਡ ਕੀ ਚੱਲ ਰਿਹਾ ਹੈ ਇਸ ਟਾਈਮ ਹਾਂ ਉਹਦੇ 'ਚ ਦੂਜੇ ਫੇਜ਼ ਦੂਜੇ ਫੇਸ ਵਿੱਚ ਜਿੱਦਾਂ ਜੰਮੂ ਕਸ਼ਮੀਰ ਚ ਕੁਸ਼ ਹੋਈਆਂ ਨੇ ਜੀ ਅਸਾਮ ਚ ਹੋਈਆਂ ਬਿਹਾਰ ਦੀਆਂ ਕੁ ਸੇਟਾਂ ਲਈ ਹੋਈਆਂ ਨੇ ਤੇ ਕਰਨਾਟਕਾ ਈਵਨ ਕੁਝ ਪੱਛਮੀ ਬੰਗਾਲ ਦੀਆਂ ਹੋਈਆਂ ਨੇ ਇਹਦਾ ਜਿਹੜਾ ਖਾਸ ਟ੍ਰੈਂਡ ਦੇਖਣ ਨੂੰ ਸਾਹਮਣੇ ਆ ਰਿਹਾ ਉਹਦੇ ਚ ਵੀ ਵੋਟ ਪਰਸੈਂਟੇਜ ਵਿੱਚ ਕਮੀ ਆਈ ਆ ਮਤਲਬ ਘੱਟ ਲੋਕ ਵੋਟਾਂ ਪਾ ਰਹੇ ਹਾਂ ਜੀ ਹਾਂ ਘੱਟ ਲੋਕਾਂ ਨੇ ਵੋਟਾਂ ਪਾਈਆਂ 2014 ਦੇ ਮੁਕਾਬਲੇ ਹਮਮ ਇਸ ਵਾਰ ਘੱਟੋ ਘਟ 4 ਤੋਂ ਲੈ ਕੇ 6% ਤੱਕ ਹਲੇ ਐਗਜ਼ੈਕਟ ਡਾਟੇ ਕੋਈ 4 10 ਦਾ ਕੋਈ 4.5 10 ਦਾ ਉਨੀ 4 ਤੋਂ 6 ਦੇ ਵਿੱਚ ਵਿੱਚ ਜਿਹੜਾ VOTING ਘਟਿਆ ਲੋਕ ਘੱਟ ਵੋਟਾਂ ਪਾਉਣ ਆਏ ਨੇ ਤੇ ਉਹਦੇ ਚੋਂ ਸਭ ਤੋਂ ਘਟ ਉੜੀ ਸੱਚ ਜਿੱਦਾਂ ਦਰਜ ਕੀਤੇ ਗਏ ਵੀ 14% ਘਟ ਵੋਟਿੰਗ ਹੋਈ ਹੈ ਹਾਲਾਂਕਿ ਹਾਲਾਂਕਿ ਓਡੀਸਾ ਵਿੱਚ ਇਹਨਾਂ ਦਾ ਬੀਜੂ ਜਨਤਾ ਦਲ ਨਾਲ ਭਾਰਤੀ ਜਨਤਾ ਪਾਰਟੀ ਦਾ ਸਮਝੌਤਾ ਹੈਗਾ ਤੇ ਉੱਥੇ ਇਹਨਾਂ ਦਾ ਬੂਸਟ ਸੀਗਾ ਵੀ ਅਸੀਂ ਓਡੀਸਾ ਨੂੰ ਜਿੱਤਣਾ ਹੈਗਾ ਤੇ ਉਸ ਚੱਕਰ 'ਚ ਉੱਥੇ 14% ਉੱਥੇ ਘਟਣਾ ਕਰਨਾਟਕਾ 'ਚ ਘਟੇ ਹੈਗੀ ਆ 4-5% ਜਿਹੜਾ ਹੁਣ ਡਾਟਾ ਸਾਹਮਣੇ ਆਇਆ ਵੀ ਉਹਦੇ ਚੋਂ ਆਪਾਂ ਜੇ ਕੋਸ਼ ਰਾਜਾਂ ਦਾ ਕਰੀਏ ਸਾਰਿਆਂ ਦਾ ਜੀ ਪਾ ਨਹੀਂ ਵੀ ਕਰੀਏ ਮੈਂ ਅੰਦਾਜ਼ਾ ਲਾ ਜਾਂਦਾ ਕਰ ਲਈਏ ਜਿਹੜਾ ਅਸਾਮ ਚ ਹੈਗਾ ਜੀ 2014 ਚ ਪਿਛਲੀ ਵਾਰੀ 78.2% ਵੋਟਾਂ ਪਾਈਆਂ ਸੀ ਇਤਕੀ 76% ਵੋਟਾਂ ਪਈਆਂ ਨੇ 2.5% ਤੱਕ ਆਹ ਸਾਹਮਣੇ ਘਟ ਗਈ ਹੋਈ ਆ ਜੀ ਬਿਹਾਰ ਵਿੱਚ ਵੀ 1 ਤੋਂ 1.5% ਦੇ ਵਿੱਚ ਵਿੱਚ ਘਟ ਗਈ ਹੋਈ ਆ ਜੰਮੂ ਕਸ਼ਮੀਰ ਵਿੱਚ ਵੀ 2.5% ਜਿੱਦਾਂ ਘਟੀ ਹੈਗੀ ਆ ਇਸੇ ਤਰ੍ਹਾਂ ਕਰਨਾਟਕਾ ਵਿੱਚ 2% ਘਟੀ ਹੈਗੀ ਆ ਤੇ ਓਡੀਸ਼ਾ ਵਿੱਚ ਜਿੱਦਾਂ ਆਪਾਂ ਗੱਲ ਕਰੀ ਆ ਵੀ 14% ਜਿੱਦਾਂ VOTING ਆ ਉਹ ਘਟ ਗਈ ਹੋਈ ਆ ਪਛਮੀ ਬੰਗਾਲ ਚ ਵੀ ਵੋਟਾਂ ਘਟਿਆ ਨੇ ਸੋ ਇਹਦਾ ਜਿਹੜੇ ਪੋਲਿਟੀਕਲ ਐਨਾਲਿਸਟ ਆ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਹ 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 ਲੈ ਕੇ ਆ ਰਹੇ ਨੇ ਕੁਝ ਕਹਿ ਰਹੇ ਨੇ ਵੀ ਇਹ ਇਟ ਇਜ਼ ਫੇਵਰੇਬਲ ਟੂ ਬੀਜਪੀ ਕੁਝ ਕਹਿ ਰਹੇ ਨੇ ਵੀ ਇਹ ਉਹ ਬੀਜਪੀ ਦੇ ਅਪਰੋਚ ਜਾਂਦਾ ਦੈਨਿਕ ਪਾਸ ਕਰਨੇ ਰਿਪੋਰਟ ਲਾਈ ਹੈਗੀ ਆ ਉਹ ਕਹਿੰਦਾ ਵੀ ਪਿਛਲੀ ਵਾਰੀ 3% ਵੋਟ ਵਧਣ ਨਾਲ ਜੀ ਭਾਰਤੀ ਜਨਤਾ ਪਾਰਟੀ ਦੀਆਂ 7 ਸੀਟਾਂ ਵਧੀਆਂ ਸੀ ਹੂੰ ਹੂੰ ਵੀ ਹੁਣ ਉਹ 2.5% ਘਟ ਗਈ ਹੋਈ ਆ ਤੇ ਉੱਤੇ 7 ਸੀਟਾਂ ਦੇ ਫਰਕ ਪਾਉਂਦਾ ਹਾਂ ਹਾਂ ਹੁਣ ਹੁਣ ਪਤਾ ਨਹੀਂ ਵੀ 7 ਤੇ ਪੈਂਦਾ ਉਤੋਂ ਜ਼ਿਆਦਾ ਤੇ ਪੈਂਦਾ ਆ ਘੱਟ ਤੇ ਜਣੀ ਉਹ ਨਤੀਜੇ ਆਉਣ ਤੋਂ ਬਾਅਦ ਜਿੱਦਾਂ ਆਪਾਂ ਇੱਕ ਐਸਟੀਮੇਟ ਜਿਹੜਾ ਐਕਚੁਅਲ ਫਿਗਰ ਤੋਂ ਇੱਕ ਅਪਤਾਰ ਸਿੰਘ ਜੀ ਇਸ ਦੇ ਵਿੱਚ ਕਾਫੀ ਸਾਰੇ ਜਿਦਾਂ ਆਪਾਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਵੀਡੀਓਜ਼ ਹੁੰਦੀਆਂ ਲੋਕਾਂ ਦੀਆਂ ਵੋਟਾਂ ਮਿਸਿੰਗ ਹੋ ਰਹੀਆਂ ਨੇ ਉਹ ਉਹਦੇ ਨਾਲ ਵੀ ਕੁਝ ਲਿੰਕ ਅਪ ਹੋ ਸਕਦਾ ਜਾਂ ਨਹੀਂ ਹਾਂ ਹਾਂਜੀ ਹਾਂਜੀ ਕਿਉਂਕਿ ਅਸਲ 'ਚ ਹੁਣ ਇੰਨਾ ਵੱਡਾ ਮੁਲਕ ਹੈਗਾ ਉਹਦੇ 'ਚ ਇੱਕ ਤਾਂ ਇਹ ਹੈਗਾ ਵੀ ਕੰਪਿਊਟਰਾਈਜ਼ਡ ਡਾਟਾਬੇਸ ਵੈਸਟਰਨ ਕੰਟਰੀਜ਼ ਵਰਗਾ ਨਹੀਂ ਹੈਗਾ ਬਹੁਤ ਸਾਰਾ ਕਾਗਜ਼ਾਂ ਤੇ ਰਜਿਸਟਰਾਂ ਤੇ ਚੱਲਦਾ ਮੈਂ ਤਾਂ ਫਿਰ ਵੀ ਸੋਚਦਾ ਵੀ ਧੰਦੇ ਉਹ ਲੋਕ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਰਾਹੀਂ ਨਾ ਕਿ ਜਿਹੜਾ ਇਹਨਾ ਸਿਸਟਮ ਲਈ ਫਿਰਦੇ ਨੇ ਵੀ ਘਟੋ ਘਟ ਟਾਈਮ 'ਚ ਇਹ ਵੋਟ ਪਰਚੀਆਂ ਛਪ ਜਾਂਦੀਆਂ ਹਰੇਕ ਹਲਕੇ ਦੀਆਂ ਵੋਟ ਪਰਚੀਆਂ ਹਰੇਕ ਹਲਕੇ 'ਚ ਵੱਖਰੇ ਉਮੀਦਵਾਰ ਨੇ ਵੱਖਰੇ ਚੋਣ ਨਿਸ਼ਾਨ ਨੇ ਹਨਾ ਉਹਦੀਆਂ ਵੋਟ ਪਰਚੀਆਂ ਛਪਣੀਆਂ ਆਏ ਪਰ ਵੋਟਾਂ ਦੀਆਂ ਲਿਸਟਾਂ ਮੈਂ ਵੀ ਜਾਣਦਾ ਰਹਿਆ ਹਨਾ ਮੈਂ ਇੱਕ ਦੋ ਵਾਰੀ ਕੁਝ ਕੈਂਡੀਡੇਟਸ ਨਾਲ ਜਾਂਦਾ ਰਹਿਆ ਕਿਉਂਕਿ ਜਸਟ ਇਰ ਰਿਸਰਚ ਪਰ ਪ੍ਰੋਜੈਕਟ ਦੇ ਮੈਂ ਜਾਂਦਾ ਨਹੀਂ ਆ ਵੀ ਕਿੱਦਾਂ ਦੀਆਂ ਵੋਟਰ ਲਿਸਟਾਂ ਹੁੰਦੀਆਂ ਮੈਂ ਉੱਥੇ ਜਾ ਕੇ ਉਹਨਾਂ ਦੇ ਬੂਥ ਤੇ ਬੈਠ ਜਾਂਦਾ ਸੀ ਵੈਸੇ ਹੀ ਵੀ ਤਾਂ ਕਿ ਸਮਝਣ ਲਈ ਸਾਰੇ ਟ੍ਰੈਂਡ ਨੂੰ ਤੇ ਬਕਾਇਦਾ VOTING ਲਿਸਟਾਂ ਆਉਂਦੀਆਂ ਨੇ ਸਾਰਾ ਕੁਝ ਹੈ ਉਮੀਦਵਾਰਾਂ ਦੇ ਨਾਮ ਬਸ ਪਰ ਫਿਰ ਵੀ ਕਿਉਂਕਿ ਇੰਨਾ ਮੈਚੂਰ ਨਹੀਂ ਹੈ ਸਿਸਟਮ ਉਹਦੇ ਚ ਬਹੁਤ ਕੁਸ਼ਾ ਜਿਹੜਾ ਮਿਸਿੰਗ ਰਹਿ ਜਾਂਦਾ ਕੁਸ਼ ਉੱਥੇ ਰਾਜਨੀਤੀ ਵੀ ਚੱਲਦੀ ਆ ਵੀ ਜਿਹਦਾ ਜਿਹਦਾ ਐਮ ਐਲ ਏ ਹੁੰਦਾ ਜਿਹਦੀ ਚੱਲਦੀ ਹੈ ਸ਼ਕਤੀ ਚੱਲਦੀ ਆ ਉਹ ਦੂਜੀ ਵਿਰੋਧੀ ਪਾਰਟੀਆਂ ਦੇ ਵੋਟਾਂ ਕਟਵਾ ਵੀ ਦਿੰਦਾ ਵੀ ਆ ਕਟਵਾ ਦੋ ਬਾਅਦ ਚੋਂ ਹੀ ਪਤਾ ਲੱਗਣੀਆਂ ਜਦੋਂ ਵੋਟਾਂ ਪੈਣੀਆਂ ਜਾਂ ਇਥੇ ਕੰਮ ਹੋ ਜਾਣਾ ਜਿਹੜੀਆਂ ਵੋਟਾਂ ਦਾ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਡੇ ਖਿਲਾਫ ਭੋਗਤਣੀਆਂ ਨੇ ਉਹ ਪਹਿਲਾਂ ਹੀ ਕਟਾ-ਕਟੂ ਦਿੰਦੇ ਨੇ ਸੋ ਇਹ ਇਸ ਤਰ੍ਹਾਂ ਦਾ ਵੀ ਪੈਟਰਨ ਉੱਤੇ ਚੱਲਦਾ ਫਿਰ ਫੇਅਰ ਨਹੀਂ ਹੈਗਾ ਸਿਸਟਮ ਜਿਹਦਾ ਜਿੰਨਾ ਗਦਾ ਚੱਲਦਾ ਹੈ ਵੀ ਉਹਨਾਂ ਕ ਲਾ ਜਾਂਦਾ ਹੈਗਾ ਤੇ ਉਹਦੇ ਚ ਆਪਣੇ ਵਿਰੋਧੀਆਂ ਦੀਆਂ ਜਿਹੜੀਆਂ ਵੋਟਾਂ ਉਹ ਕਟਾ ਕੇ ਜਿਸ ਤਰ੍ਹਾਂ ਵੀ ਉਹ ਜਿਹੜੀਆਂ ਸਾਡੀਆਂ ਸਾਨੂੰ ਪਹਿ ਜਾਣ ਵਿਰੋਧੀਆਂ ਜਿਹੜਾ ਜਿੱਦਾਂ ਵੀ ਹੁਣ ਪੰਜਾਬ ਚ ਦੇਖੀਏ ਵੀ ਜਿਹੜੇ ਅਕਾਲੀ ਆ ਉਹ ਕਾਂਗਰਸੀਆਂ ਦੀਆਂ ਵੋਟਾਂ ਦਾ ਪਤਾ ਹੁੰਦਾ ਵੀ ਇਹ ਪੱਟ ਕਾਂਗਰਸ ਫੈਮਲੀਜ਼ ਆ ਵੀ ਇਹਨਾਂ ਦੀਆਂ ਕਟਾ ਦੋ ਕਾਂਗਰਸੀਆਂ ਨੂੰ ਅਕਾਲੀਆਂ ਦਾ ਪਤਾ ਹੁੰਦਾ ਸੋ ਇੱਕ ਦੂਜੇ ਦੀਆਂ ਉਹ ਵੋਟਾਂ ਕਟਵਾ ਦਿੰਦੇ ਨੇ ਸੋ ਇਸ ਤਰ੍ਹਾਂ ਨਾਲ ਜਿਹੜਾ ਮਿਸਿੰਗ ਸਿਸਟਮ ਆ ਇਸ ਤਰ੍ਹਾਂ ਚੱਲਦਾ ਹੈ ਬਿਲਕੁਲ ਜੀ ਔਰ ਜਿਹੜਾ ਆਪਾਂ ਕਹੀ ਕਿ ਜਿਹੜੀ ਨੋਟ ਕਰਨ ਵਾਲੀ ਗੱਲ ਇਹ ਹੈਗੀ ਹੈ ਕਿ ਜਿਹੜਾ ਮੋਦੀ ਧੜਾ ਹੈਗਾ ਉਹ ਬਾਲਾਕੋਟ ਵਾਲੇ ਮਾਮਲੇ ਤੇ ਕਾਫੀ ਸਾਰੀਆਂ ਉਹਨਾਂ ਨੇ ਉਹਦੀ ਪ੍ਰੋਮੋਸ਼ਨਸ ਕੀਤੀ ਗਈ ਆ ਕਾਫੀ ਜ਼ਿਆਦਾ ਉੱਤੇ ਵੋਟ ਜਿਹੜੀ ਪੋਲਿਟਿਕਸ ਕੀਤੀ ਗਈ ਆ ਕਿਤੇ ਵਿਕਾਸ ਦੀ ਗੱਲ ਨਹੀਂ ਕੀਤੀ ਗਈ ਕਿਤੇ ਨੌਕਰੀਆਂ ਦੀ ਗੱਲ ਨਹੀਂ ਕੀਤੀ ਗਈ ਜੋ ਜੋ ਵਾਅਦੇ ਕੀਤੇ ਗਏ ਉਹਨਾਂ ਦੀ ਗੱਲ ਨਹੀਂ ਕੀਤੀ ਗਈ ਸਿਰਫ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਹੀ ਜਿਹੜਾ ਵੋਟਾਂ ਨੇ ਉਹ ਮੰਗੀਆਂ ਗਈਆਂ ਨੇ ਤੁਸੀਂ ਇਸ ਨੂੰ ਕਿੰਨਾ ਕੁ ਠੀਕ ਮੰਨਦੇ ਹੋ ਹਾਂਜੀ ਹਾਂਜੀ ਇਹ ਅਸਲ 'ਚ ਅਸੀਂ ਸਮਝਦੇ ਆ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਇੱਕ ਫੇਲਰ ਆਪਾਂ ਕਹਿ ਸਕਦੇ ਹੈਗੇ ਜੀ ਜੀ ਵੀ 5 ਸਾਲ ਉਹਨਾਂ ਨੂੰ ਲੋਕਾਂ ਨੇ ਰੋਜ਼ਗਾਰ ਸੋਸ਼ਲ ਸਿਕਿਉਰਿਟੀ ਐਜੂਕੇਸ਼ਨ ਹੈਲਥ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲਈ ਦਿੱਤੇ ਸੀਗੇ ਇਹਦਾ ਮਤਲਬ ਉਹ ਸਾਰੀਆਂ ਗੱਲਾਂ ਚ ਫੇਲ ਹੋਏ ਨੇ ਤਾਂ ਜਾ ਕੇ ਉਹ ਜਿਹੜਿਆ ਪਾਕਿਸਤਾਨ ਨਾਲਿਆ ਉਹ ਜਿਹੜਾ ਜਿਹੜਾ CRP ਦੇ ਜਵਾਨਾਂ ਦੀ ਉੱਥੇ ਸ਼ਹਾਦਤ ਹੋਈ ਆ ਵੀ ਉਹਦੇ ਤੇ ਵੋਟਾਂ ਮੰਗਣ ਤਾਂ ਆਈਵਨ ਪ੍ਰਧਾਨ ਮੰਤਰੀ ਦੀਆਂ ਵੀਡੀਓਜ਼ ਤੇ ਆਡੀਓਜ਼ ਆ ਜਿਹੜੀਆਂ ਉਹ ਸਾਰੀਆਂ ਕੰਸਟੀਟੂਐਂਸੀਆਂ 'ਚ ਚੱਲ ਰਹੀਆਂ ਜਿੱਥੇ ਉਹ ਅਪੀਲ ਕਰ ਰਹੇ ਨੇ ਵੋਟਰਾਂ ਨੂੰ ਵੇ ਬਾਲਾકોટ ਵਿੱਚ ਜਿਹੜੇ ਸ਼ਹੀਦ ਹੋਏ ਨੇ ਫੌਜੀ ਉਹਨਾਂ ਦੇ ਨਾਂ ਤੇ ਵੋਟ ਦਿਓ ਹੂੰ 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 ਜਣੀ ਇਹ ਬਹੁਤ ਅਸੀਂ ਸਮਝ ਸਕਦੇ ਆ ਵੀ ਇੱਕ ਡੈਮੋਕਰੈਟਿਕ ਸੋ ਕਾਲਡ ਡੈਮੋਕਰੈਟਿਕ ਅੰਡਰ ਜਿਹਨੂੰ ਕਹਿਆ ਜਾਂਦਾ ਵੀ ਡੈਮੋਕਰੈਟਿਕ ਆ ਉਹ ਕਹਿੰਦੇ ਨੇ ਵੀ ਉਹਦੇ ਚ ਇਸ ਤਰ੍ਹਾਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਇੱਕ ਤਾਂ ਇਹ ਹੈਗਾ ਵੀ ਤੁਸੀਂ ਆਪਣੀ ਜਮਹੂਰੀਅਤ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਤੋਂ ਮੂੰਹ ਮੋੜ ਰਹੇ ਹੋ ਤੁਹਾਨੂੰ ਸਰਕਾਰ ਚ ਚਾਉਣ ਲਈ 5 ਸਾਲ ਦਿੱਤੇ ਗਏ ਸੀ ਸਰਕਾਰ ਨੇ ਕੀ ਕੀਤਾ ਪੰਜ ਸਾਲਾਂਾਂ ਚ ਤੁਹਾਡੇ ਕੋਲ ਉਹਦੀ ਕੋਈ ਪ੍ਰਾਪਤੀ ਨਹੀਂ ਇੱਕ ਵੀ ਪ੍ਰਾਪਤੀ ਨਹੀਂ ਔਰ ਤੁਸੀਂ ਦੇਖੋ ਵੀ ਪ੍ਰਧਾਨ ਮੰਤਰੀ ਦਾ ਪਿਛਲੇ 5 ਸਾਲਾਂਾਂ ਚ ਇੱਕ ਵੀ ਇਸ ਤਰ੍ਹਾਂ ਦਾ ਮੀਟ ਦੀ ਪ੍ਰੈਸ ਪੋਲਿਟੀਕਲ ਇੰਟਰਵਿਊ ਨਹੀਂ ਆਇਆ ਜਿੱਥੇ ਸਾਰੀ ਪ੍ਰੈਸ ਬੈਠੀ ਹੋਵੇ ਉਹ ਸਵਾਲ ਕਰੇ ਇਹਦਾ ਮਤਲਬ ਡਰਪੋਕਾ ਪ੍ਰਧਾਨ ਮੰਤਰੀ ਹੀ ਇਜ਼ ਨਾਟ ਅ ਸਟਰੋਂਗ ਪ੍ਰਾਈਮ ਮਿਨਿਸਟਰ ਹੈ ਨਾ ਤੇ ਦੂਜਾ ਹੁਣ ਜੇ ਫੌਜੀਆਂ ਦੇ ਨਾਂ ਤੋਂ ਜਿਹੜੇ ਸ਼ਹੀਦ ਹੋਏ ਫੌਜੀ ਨੇ ਉਹਨਾਂ ਦੇ ਨਾਂ ਤੋਂ ਵੋਟਾਂ ਮੰਗੜੀਆਂ ਤਾਂ ਅਸੀਂ ਸਮਝਦੇ ਆਂ ਵੀ ਰਾਜਸੀ ਲੀਡਰਾਂ ਨੂੰ ਕੋਈ ਹੱਕ ਨਹੀਂ ਹੈ ਵੋਟਾ ਮੰਗਰ ਦਾ ਸ਼ਹੀਦ ਫੌਜੀ ਹੋਏ ਨੇ ਇਸ ਲਈ ਉਹਨਾਂ ਫੌਜੀ 40 ਫੌਜੀਆਂ ਦੇ ਪਰਿਵਾਰਾਂ ਮੈਂਬਰਾਂ ਨੂੰ 40 ਸੀਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਹੂੰ 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 ਠੀਕ ਆ ਜੀ ਲੀਡਰ ਲੀਡਰ ਆਪਣੇ ਘਰਾਂ ਚ ਜ਼ੈਡ ਪਲੱਸ ਸਿਕਿਉਰਿਟੀ ਚ ਬੈਠੇ ਹੁਕਮ ਦਿੰਦੇ ਰਹੇ ਆ ਜਿਹੜੇ ਮੈਦਾਨ ਵਿੱਚ ਲੜੇ ਨੇ ਉਹ ਫੌਜੀ ਲੜੇ ਨੇ ਆ ਜਿਹੜੇ ਮਰੇ ਨੇ ਉਹ ਫੌਜੀ ਮਰੇ ਨੇ ਇੱਕ ਤਾਂ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਜ਼ਿੰਦਗੀ ਸੁਧਰ ਜਾਂਦੀ ਕਿਉਂਕਿ ਹੁਣ ਜਦੋਂ ਬੰਦਾ ਮਾਰਿਆ ਗਿਆ ਉਹਨਾਂ ਦਾ ਰੋਟੀ ਪਾਣੀ ਦੇ ਮਸਲੇ ਖੜੇ ਹੋ ਗਏ ਹੋਏ ਨੇ ਬੱਚੇ ਛੋਟੇ ਨੇ ਚਾਹੀਦਾ ਸੀ ਵੀ ਉਹਨਾਂ ਫੌਜੀਆ ਦੇ ਪਰਿਵਾਰਾਂ ਨੂੰ 40 ਦੇ 40 ਜਾਂ 45 ਦੇ 45 ਪਰਿਵਾਰਾਂ ਨੂੰ ਹਾਂ ਹਾਂ ਲੋਕ ਸਭਾ ਦੀਆਂ ਟਿਕਟਾਂ ਦਿੱਤੀਆਂ ਜਾਂਦੀਆਂ ਜਾਂ ਬੀਜੇਪੀ ਵੱਲੋਂ ਦਿੱਤੀਆਂ ਜਾਂਦੀਆਂ ਜਿਹੜੇ ਲੋਕ ਉਹਨਾਂ ਦੇ ਨਾਂ ਤੇ ਵੋਟ ਮੰਗ ਰਹੇ ਉਹ ਅਕਿਰਤ ਕਰਨਤਾ ਕਰ ਰਹੇ ਨੇ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਉਹ ਬਹਾਦਰੀ ਨਹੀਂ ਹੈ ਡਰਪੋਕ ਨੂੰ ਕੋਵਰਡਨੈਸ ਆ ਸੀ ਕਹਿ ਸਕਦੇ ਆ ਵੀ ਮਰਿਆ ਕੋਈ ਹੋਰ ਆ ਤੋ ਵੋਟਾਂ ਤੁਸੀਂ ਮੰਗ ਰਹੇ ਹੋ ਉਹਨਾਂ ਨੂੰ ਦਿਓ ਉਹ ਮਰੇ ਨੇ ਉਹ ਉਹ ਜੰਗ ਚ ਉੱਥੇ ਲੜ ਰਹੇ ਨੇ ਫਿਰ ਸਾਰੀਆਂ ਸੀਟਾਂ ਤੇ ਉਹਨਾਂ ਨੂੰ ਬਿਠਾਓ ਬੀਜੇਪੀ ਜਸਟ ਉਹਨਾਂ ਦਾ ਪ੍ਰਚਾਰ ਕਰੇ ਬੀਜੇਪੀ ਨੂੰ ਕੋਈ ਹੱਕ ਨਹੀਂ ਆ ਕਾਂਗਰਸ ਨੂੰ ਕੋਈ ਹੱਕ ਨਹੀਂ ਸ਼ਹੀਦਾਂ ਦੇ ਨਾਂ ਤੇ ਵੋਟ ਮੰਗਣ ਦਾ ਸਾਰੇ ਪਰਿਵਾਰਾਂ ਨੂੰ ਉਹਨਾਂ ਫੌਜੀਆ ਨੂੰ ਦਿਓ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੀਟਾਂ ਤੇ ਬੀਜੇਪੀ ਉਹਨਾਂ ਦਾ ਜਿੱਦਾਂ ਪ੍ਰਚਾਰ ਕਰੇ ਆਪ ਆਪ ਵੋਟਾਂ ਨਾ ਮੰਗੇ ਫਿਰ ਮੰਨਦੇ ਆ ਵੀ ਹਾਂ ਉਹ ਸ਼ਹੀਦਾਂ ਦਾ ਸਤਿਕਾਰ ਕਰਦੇ ਆ ਬਿਲਕੁਲ ਜੀ ਔਰ ਜੇ ਆਪਾਂ ਇਸ ਵਾਰ ਦੀ ਗੱਲ ਕਰੀਏ ਕਿ ਫਿਰਕੂ ਰੰਗਤ ਜਿਹੜੀ ਹੈ ਉਹ ਵੀ ਵੱਡੇ ਬੰਦਰ ਤੇ ਜਿਹੜੀ ਹੈ ਫੈਲਾਈ ਜਾ ਰਹੀ ਹੈ ਈਵਨ ਕਿ ਬੀਜੇਪੀ ਦੇ ਜਿਹੜੇ ਵੱਡੇ ਨੇਤਾ ਨੇ ਉਹ ਇਸ ਤਰ੍ਹਾਂ ਦੇ ਜਿਹੜੇ ਸ਼ਰੀਆਮ ਜਿਹੜੇ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਿਹੜੇ ਉਹਨਾਂ ਦੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਅਮਿਤ ਸ਼ਾਹ ਨੇ ਸ਼ਰੀਆਮ ਮੁਸਲਮਾਨਾਂ ਦੇ ਖਿਲਾਫ ਜ਼ਾਹਿਰ ਉਗਲੇ ਹੈ ਤੁਸੀਂ ਇਸ ਨੂੰ ਕਿੰਨਾ ਕੁ ਸਹੀ ਮੰਨਦੇ ਹੋ ਹਾਂ ਦੇਖੋ ਜੀ ਆਪਾਂ ਗੱਲ ਕਰ ਚੁੱਕੇ ਹਾਂ ਲਗਾਤਾਰ ਦੇਸ਼ ਦੇ ਜਿਹੜੇ ਰਾਜਨੀਤੀਵਾਣ ਨੇ ਉਹ ਕਹਿੰਦੇ ਆ ਵੀ ਭਾਰਤ ਇੱਕ ਜਮਹੂਰੀ ਦੇਸ਼ ਹੈ ਇੱਥੇ ਵੱਖ-ਵੱਖ ਕੌਮਾਂ ਤੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਆ ਪਰ ਜਦੋਂ ਹੁਣ ਇਸ ਵੇਲੇ ਜੋ ਅਸੀਂ ਦੇਖ ਰਹੇ ਹਾਂ ਅਸੀਂ ਉਹਨੂੰ ਸਪਸ਼ਟ ਸ਼ਬਦਾਂ ਵਿੱਚ ਕਹਿ ਰਹੇ ਹਾਂ ਵੀ ਇੱਕ ਤਰ੍ਹਾਂ ਨਾਲ ਹਿੰਦੂ ਫਾਸ਼ੀਜ਼ਮ ਦਾ ਜਿਹੜਾ ਦੌਰ ਆ ਜੀ ਉਹ ਸ਼ੁਰੂ ਹੋ ਰਿਹਾ ਹੈ ਔਰ ਸ਼ੁਰੂ ਪਿਛਲੇ 5 ਸਾਲਾਂ ਤੋਂ ਹੋਇਆ ਚੁੱਕਿਆ ਹੈ ਲਗਾਤਾਰ ਜਿਹੜੀ ਪਿਛਲੇ ਸਾਲਾਂ ਤਨਾਨ ਇਹ ਮੌਬ ਲਿੰਚਿੰਗਸ ਹੋਈਆਂ ਨੇ ਇਹ ਜਿਹੜੀ ਇਹ ਜਿਹੜੀ ਮੋਰਲ ਪੁਲਿਸ ਦੇ ਨਾਂ ਤੇ ਜਿਹੜੇ ਗੁੰਡਾ ਕਰੋ ਆ ਬਜਰੰਗ ਦਲ ਦੇ ਸ਼ਿਵ ਸੈਨਾ ਦੇ ਯਾਰ ਜੋ ਵੀ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜੀਆਂ ਹੋਈਆਂ ਧਿਰਾਂ ਨੇ ਉਹਨਾਂ ਦਾ ਇਹ ਹੋਇਆ ਤੇ ਹੁਣ ਹਾਲਾਤ ਇੱਥੋਂ ਤੱਕ ਕਿ ਪਿਛਲੇ ਦਿਨੀ ਦਿੱਲੀ ਵਿੱਚ ਇਹ ਹੋਇਆ ਵੀ ਰਾਮ ਨੌਮੀ ਦੇ ਤਿਹਾਰ ਦਾ ਸਹਾਰਾ ਲੈ ਕੇ ਹਮਮ ਮੁਸਲਮਾਨ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਹਿੰਦੂ ਫਿਰਕੂ ਭੀੜਾਂ ਨੇ ਜਰੂਸ ਕੱਢਿਆ ਹਮਮ ਤੇ ਉੱਥੇ ਨਾਅਰੇ ਮਾਰੇ ਆ ਅਬ ਕੀ ਬਾਾਰ ਹਿੰਦੂ ਸਰਕਾਰ ਯਾਨੀ ਪੂਰੀ ਤਰ੍ਹਾਂ ਉਹਨਾਂ ਨੇ ਪੰਗਾ ਲੈਣ ਦੇ ਯਤਨ ਕਰਿਆ ਵੀ ਕਿਸੇ ਤਰ੍ਹਾਂ ਇੱਕ ਤਰ੍ਹਾਂ ਨਾਲ ਲੜਾਈ ਸ਼ੁਰੂ ਹੋਵੇ ਤੇ ਫਿਰ ਅਸੀਂ ਮੁਸਲਮਾਨਾਂ ਨੂੰ ਉਸੇ ਤਰ੍ਹਾਂ ਸਬਕ ਸਿਕਾਈਏ ਜਿੱਦਾਂ 1984 ਚ ਸਿੱਖਾਂ ਦਾ ਕਤਲਿਆਬ ਹੋਇਆ ਜਾਣ ਬੁੱਝ ਕੇ ਇੱਕ ਆਰਮਜੰਦਰ ਜੀ ਦੇ ਨਾਂ ਤੇ ਆਰਮ ਨੌਵੀਂ ਦਾ ਜਿਹੜਾ ਤਿਹਾਰ ਮਨਾਇਆ ਜਾਂਦਾ ਉਹਦਾ ਸਹਾਰਾ ਲੈ ਕੇ ਉੱਥੇ ਬਿਲਕੁਲ ਉਹਨਾਂ ਨੇ ਫਿਰਕੂ ਭਾਵਨਾਵਾਂ ਪੜਕਾਉਣ ਦਾ ਤੇ ਜੰਗ ਲਾਉਣ ਦਾ ਪੂਰਾ ਯਤਨ ਕਰਿਆ ਉਹ ਤਾਂ ਠੀਕ ਆ ਵੀ ਮੁਸਲਮਾਨ ਕਮਿਊਨਿਟੀ ਵੱਲੋਂ ਕੋਈ ਰਿਐਕਸ਼ਨ ਨਹੀਂ ਹੋਇਆ ਨਹੀਂ ਜੰਗ ਦੀਆਂ ਪੂਰੀਆਂ ਸੁਭਾਵਨਾਵਾਂ ਸੀ ਉੱਥੇ ਆਵਕੀ ਬਾਾਰ ਹਿੰਦੂ ਸਰਕਾਰ ਯਾਨੀ ਸਪਸ਼ਟ ਰੂਪ ਵਿੱਚ ਉਹਨਾਂ ਨੇ ਨਾਰੇ ਲਾਏ ਨੇ ਤੇ ਹੁਣ ਜਿਹੜੀ ਤੁਸੀਂ ਦੂਜੀ ਗੱਲ ਕਹੀ ਹੈ ਗਈ ਅਮਿਤ ਸ਼ਾਹ ਨੇ ਜੀ ਜੀ ਸਪਸ਼ਟ ਰੂਪ ਵਿੱਚ ਬਿਆਨ ਦਿੱਤਾ ਵੀ ਜਿਹੜੇ ਉਹ ਕੱਲ ਕਰ ਰਹੇ ਸੀਗੇ ਜਿਹੜੇ ਮਾਈਗ੍ਰੈਂਟਸ ਆਏ ਨੇ ਅਫਗਾਨਿਸਤਾਨ ਤੋਂ ਬੰਗਲਾਦੇਸ਼ ਤੋਂ ਜਾਂ ਹੋਰ ਕੰਟਰੀਜ਼ ਤੋਂ ਉਹ ਕਹਿੰਦਾ ਵੀ ਸਿੱਖਾਂ ਹਿੰਦੂਆਂ ਤੇ ਬੋਧੀਆਂ ਤੋਂ ਬਿਨਾ ਜਿਹੜਾ ਵੀ ਆਇਆ ਉਹਨੂੰ ਇੱਥੋਂ ਇਕੱਲੇ-ਇਕੱਲੇ ਨੂੰ ਚੱਕ ਕੇ ਦੇਸ਼ ਵਿੱਚੋਂ ਬਾਹਰ ਕੱਢਿਆ ਜਾਊਗਾ ਮਤਲਬ ਕਿ ਤਨਾ ਕਿਤੇ ਡਾਇਰੈਕਟ ਅਟੈਕ ਜਿਹੜਾ ਮੁਸਲਮਾਨ ਡਾਇਰੈਕਟ ਅਟੈਕ ਮੁਸਲਮਾਨਾਂ ਤੇ ਆ ਹਾਂ ਮਤਲਬ ਇਹ ਇਹ ਹੋ ਰਿਹਾ ਵੀ ਇੱਕ ਪਾਰਟੀ ਦਾ ਪ੍ਰਧਾਨ ਇਹਨੂੰ ਤੁਸੀਂ ਡਰ ਦੀ ਭਾਵਨਾ ਵੀ ਕਹਿ ਸਕਦੇ ਹੋ ਵੀ ਉਹ ਡਰੇ ਹੋਏ ਨੇ ਜਿੰਨਾ ਥੱਲੇ ਡਿੱਗ ਕੇ ਉਹ ਪ੍ਰਚਾਰ ਕਰ ਰਹੇ ਨੇ ਇੱਕ ਤਾਂ ਉਹ ਜਿਹੜੇ ਸੀਆਰਪੀ ਦੇ ਜਵਾਨ ਮਾਰੇ ਗਏ ਨੇ ਉਹਨਾਂ ਦਾ ਸਹਾਰਾ ਲੈ ਰਹੇ ਨੇ ਤੇ ਇੱਕ ਆ ਮੁਸਲਮਾਨਾਂ ਦੇ ਖਿਲਾਫ ਉਹ ਗੁਜਰਾਤ ਵਿੱਚ ਬੋਲਿਆ ਜਿਸ ਤਰ੍ਹਾਂ ਹਨ ਹਾਂ ਵੇ ਕਹਿੰਦਾ ਵੀ ਕੱਲੇ ਕੱਲੇ ਮੁਸਲਮਾਨ ਨੂੰ ਚੱਕ ਕੇ ਬਾਹਰ ਸਟਿਆ ਜਾਊਗਾ ਦੇਸ਼ ਵਿੱਚੋਂ ਬਾਹਰ ਕੱਢ ਦੋ ਮਤਲਬ ਕਿ ਕਿੰਨੀ ਜ਼ਹਿਰੀਲੀ ਭਾਵਨਾ ਇਹ ਮਤਲਬ ਕਿਹੜੀ ਡੈਮੋਕ੍ਰੇਸੀ ਦੀ ਫਿਰ ਤੁਸੀਂ ਗੱਲ ਕਰਦੇ ਹੋ ਤੁਸੀਂ ਗੱਲ ਕਰਦੇ ਹੋ ਕਿਹੜੀ ਜਮਹੂਰੀਅਤ ਦੀ ਗੱਲ ਕਰਦੇ ਹੋ ਨਾ ਵੀ ਤੁਸੀਂ ਅਸੀਂ ਜਮਹੂਰੀਕ ਦੇਸ਼ ਹੈ ਜੀ ਸਾਡੀਆਂ ਸੰਸਥਾਵਾਂ ਨੇ ਜੀ ਸਾਡਾ ਮਤਲਬ ਕਿ ਇਨਾ ਵਰਕੇ ਡੈਮੋਕ੍ਰੈਟਿਕਲੀ ਅਸੀਂ ਵਰਕ ਕਰਦੇ ਆ ਜਦੋਂ ਤੁਸੀਂ 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 ਮੈਦਾਨ ਵਿੱਚ ਆਉਂਦੇ ਹੋ ਉਦੋਂ ਤੁਹਾਡੀ ਜ਼ਹਿਰ ਆ ਜਿਹੜੀ ਉਹ ਸਾਰੇ ਸਾਹਮਣੇ ਆਉਂਦੀ ਮਤਲਬ ਕਿ ਸਾਰਾ ਅਸੀਂ ਸਮਝਦੇ ਆ ਵੀ ਦੇਸ਼ ਦਾ ਇੱਕ ਜਿਹੜਾ ਡੈਮੋਕ੍ਰੈਟਿਕ ਫੈਬਰਿਕ ਆ ਜਿੰਨਾ ਕੁ ਵੀ ਬਚਿਆ ਸੀ ਹੈਨਾ ਅਸੀਂ ਸਮਝਦੇ ਆ ਵੀ ਬਹੁਤ ਵੱਡੀ ਡੈਮੋਕ੍ਰੇਸੀ ਨਹੀਂ ਹੈ ਪਰ ਜਿੰਨਾ ਕੋ ਵੀ ਡੈਮੋਕ੍ਰੈਟਿਕ ਫੈਬਰਿਕ ਬਚਿਆ ਉਹਨੂੰ ਵੀ ਖਤਮ ਕਰਨ ਦੇ ਜਿਹੜੇ ਯਤਨ ਆ ਉਹ ਹੋ ਰਹੇ ਆ ਭਾਰਤੀ ਜਨਤਾ ਪਾਰਟੀ ਤੇ ਉਹਦੀਆਂ ਹਮਾਇਤੀ ਪਾਰਟੀਆਂ ਵੱਲੋਂ ਬਿਲਕੁਲ ਜੀ ਔਰ ਕਿਤਨਾ ਕਿਤੇ ਜਿਹੜੀ ਸੋਚਣ ਦੀ ਲੋੜ ਹੈ ਕਿ ਕਿਹੜੇ ਪਾਸੇ ਨੂੰ ਜਿਹੜਾ ਹੈ ਦੇਸ਼ ਨੂੰ ਜਿਹੜਾ ਹੈ ਲਜਾਇਆ ਜਾ ਰਿਹਾ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜੇ ਆਪਾਂ ਹੋਰ ਗੱਲਬਾਤ ਕਰੀਏ ਕਿ ਬਹੁਤ ਸਾਰੀਆਂ ਅਤਵਾਦੀ ਕਾਰਵਾਈਆਂ ਜੋ ਕਿ ਹਿੰਦੂ ਅਤਵਾਦੀ ਪ੍ਰਗਿਆ ਸਿੰਘ ਵੱਲੋਂ ਕੀਤੀਆਂ ਗਈਆਂ ਸੀ ਉਸ ਨੂੰ ਪਹਿਲਾਂ ਤੇ ਜ਼ਮਾਨਤ ਤੇ ਰਿਹਾ ਕਰਵਾਇਆ ਜਾਂਦਾ ਹੈ ਤੇ ਉਸ ਤੋਂ ਅਗਲੇ ਦਿਨ ਹੀ ਜਿਹੜੀ ਹੈ ਉਸ ਨੂੰ ਪੋਪਾਲ ਤੋਂ ਜਿਹੜੀ ਹੈ ਟਿਕਟ ਦਿੱਤੀ ਜਾਂਦੀ ਹੈ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਇਸ ਬਾਰੇ ਹਾਂਜੀ ਹਾਂਜੀ ਇਹ ਜਿਹੜੀਆਂ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਵੀ ਦੇਸ਼ ਵਿੱਚ ਫਿਰਕੂ ਫਸਾਦ ਤੇ ਫਿਰਕੂ ਹਿੰਸਾ ਤੇ ਫਿਰ ਕੋ ਪਾੜਾ ਬਣਾਉਣ ਦਾ ਜਿਹੜੇ ਯਤਨ ਨੇ ਲਗਾਤਾਰ ਹਮਲਾ ਕੀਤਾ ਜਾਂਦਾ ਸਿੱਖਾਂ ਤੇ ਔਰ ਮੁਸਲਮਾਨਾਂ ਤੇ ਵੀ ਇਹ ਅੱਤਵਾਦੀ ਨੇ ਇਹਨਾਂ ਨੇ ਆਹ ਕੁਛ ਕੀਤਾ ਆਹ ਕੁਛ ਕੀਤਾ ਹੁਣ ਆ ਤੁਹਾਡੇ ਸਾਹਮਣੇ ਮਤਲਬ ਕਿ ਉਹ ਹਿੰਦੂ ਲੇਡੀ ਆ ਅ ਪ੍ਰਗਿਆ ਸਿੰਘ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਹੋਰ ਜਿਹੜੀਆਂ ਆਫਸ਼ੂਟ ਜਥੇਬੰਦੀਆਂ ਉਹਨਾਂ ਨਾਲ ਜੁੜੀ ਹੋਈ ਸੀ ਹਮ ਹਮ ਮਾਲੇਗਾਉ ਬੰਬ ਬਲਾਸਟ ਅਜਮੇਰ ਬੰਬ ਬਲਾਸਟ ਤੇ ਇਵਨ ਇਨਡਾਇਰੈਕਟਲੀ ਕਿਤੇ ਨਾ ਕਿਤੇ ਸਮਝਾਉਤਾ ਐਕਸਪ੍ਰੈਸ ਨਾਲ ਵੀ ਜਿਹੜਾ ਸੀਗਾ ਉਹਦੇ ਵਿੱਚ ਉਹਨ ਇਨਵੋਲਟ ਨਹੀਂ ਸੀ ਪਰ ਉਹ ਉਹ ਟੀਮ ਪੂਰੀ ਜਿਹੜੀ ਸੀਗੀ ਉਹ ਟੀਮ ਨੇ ਬੰਬ ਧਮਾਕੇ ਕੀਤੇ ਆ ਵੱਖ-ਵੱਖ ਥਾਵਾਂ ਤੇ ਜਾ ਕੇ ਤੇ ਉਹਦੇ ਵਿੱਚ ਮਾਲੇਗਾਉਂ ਵਾਲੇ ਬੰਬ ਧਮਾਕੇ ਦੇ ਵਿੱਚ ਉਹ ਉਹ ਜਿਸ ਤਰ੍ਹਾਂ ਉਹਦਾ ਸ਼ਾਮਲ ਸੀ ਉਹਦਾ ਜਿਹੜਾ ਜਿਹੜਾ ਮੋਟਰਸਾਈਕਲ ਆ ਉਹ ਵਰਤਿਆ ਜਿਹੜਾ ਉਹਦੇ ਨਾਂ ਤੇ ਮੋਟਰਸਾਈਕਲ ਪ੍ਰਗਿਆ ਸਿੰਘ ਦੇ ਨਾਂ ਤੇ ਪ੍ਰਗਿਆ ਸਿੰਘ ਦੇ ਨਾਂ ਤੇ ਰਜਿਸਟਰ ਮੋਟਰਸਾਈਕਲ ਸੀ ਉਹਦੇ 'ਚ ਬੰਬ ਬਲਾਸਟ ਕੀਤਾ ਗਿਆ ਉਹਦੇ ਨਾਲ ਲਾਇਆ ਗਿਆ ਉੱਥੇ 6 ਬੰਦੇ ਮਾਰੇ ਗਏ ਨੇ ਤੇ ਉਹਦੇ ਵਿੱਚ ਸ਼ਾਮਲ ਲੇਡੀ ਨੂੰ ਅੱਜ ਜੇ ਤੁਸੀਂ ਜ਼ਮਾਨਤ ਤੇ ਰਿਹਾ ਕਰਾ ਕੇ ਤੇ ਭਾਰਤੀ ਜਨਤਾ ਪਾਰਟੀ ਦਾ ਭਪਾਲ ਤੋਂ ਉਮੀਦਵਾਰਾ ਲਾਨੇ ਆ ਗਿਆ। ਇੱਕ ਦਿਨ ਪਹਿਲਾਂ ਉਹਨੇ ਬੀਜੇਪੀ ਦੀ ਮੈਂਬਰਸ਼ਿਪ ਹਾਸਲ ਕਰੀ ਆ ਤੇ ਦੂਜੇ ਦਿਨ ਹੀ ਤੁਸੀਂ ਭਾਜਪਾ ਦਾ ਭਪਾਲ ਤੋਂ ਉਹਨੂੰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਕਰ ਰਹੇ ਹੋ। ਕਿਹੜੇ ਅਤਵਾਦ ਦੀਆਂ ਗੱਲਾਂ ਕਰਦੇ ਹੋ ਤੁਸੀਂ? ਇਹਦਾ ਮਤਲਬ ਤੁਹਾਡੇ ਅੱਤਵਾਦੀ ਠੀਕ ਨੇ ਬਾਕੀ ਕੌਮਾਂ ਦੇ ਅੱਤਵਾਦੀ ਮਾੜੇ ਨੇ ਹਾਂ ਕਿ ਜੇ ਤੁਸੀਂ ਟੈਰਰਿਜ਼ਮ ਦੇ ਖਿਲਾਫ ਲੜ ਰਹੇ ਹੋ ਫਿਰ ਐਜ਼ ਅ ਹੋਲ ਟੈਰਰਿਜ਼ਮ ਦੇ ਖਿਲਾਫ ਲੜੋ ਤੁਸੀਂ ਇਹ ਜਦਾਂ ਪੱਕੀ ਕਿ ਜਿਹੜਾ ਤੁਸੀਂ ਟਕਵਾਂਚ ਜਿਹੜਾ ਕਰ ਰਹੇ ਹੋ ਟਕਵਾਂਚ ਰਚ ਰਹੇ ਹੋ ਟੈਰਰਿਜ਼ਮ ਬਿਲਕੁਲ ਮਤਲਬ ਕਿ ਅਗਲੀ ਉਹਦੇ ਚਾਰਜ ਸ਼ੀਟ ਫਾਈਲ ਹੋਈ ਆ ਅਦਾਲਤ ਵਿੱਚ ਕੇਸ ਚੱਲ ਰਿਹਾ ਜਸਟ ਜ਼ਮਾਨਤ ਹੀ ਬਾਹਰ ਆਈ ਆ ਕੋਈ ਜੇ ਸਿੱਖ ਇਦਾਂ ਦੀ ਹਮਾਕਤ ਕਰ ਲੈਂਦਾ ਤਾ ਪੂਰੇ ਟੈਲੀਵਿਜ਼ਨ ਚੈਨਲਾਂ ਵਾਲੇ ਮਰਖਲ ਇੱਕ ਮਹੀਨਾ ਤੱਕ ਰਾਗ ਲਾਪਣਾ ਸੀਗਾ ਅਤਵਾਦੀ ਆ ਗਏ ਹੋਏ ਸਿੱਖ ਆ ਗਏ ਹੋਏ ਮਾਰ ਦੇਣਗੇ ਉਹ ਹਿੰਦੂ ਭੈ ਵਿੱਚ ਰਹਿ ਰਹੇ ਨੇ ਹੁਣ ਹੁਣ ਕਿ ਕਿਹੜੇ ਕਿਹੜੇ ਕਿਸੇ ਵੀ ਟੀਵੀ ਚੈਨਲ ਤੇ ਗੱਲ ਨਹੀਂ ਹੋਈ ਹੂੰ ਹੂੰ ਇੰਨਾ ਵੱਡਾ ਦੁਖਾਂਤ ਵਾਪਰਿਆ ਡੈਮੋਕ੍ਰੇਸੀ ਦੇ ਮਾਮਲੇ ਚ ਆਪਾਂ ਕਹਿ ਸਕਦੇ ਹਾਂ ਹੂੰ ਹੂੰ ਵੇਖੋ ਜਿਹੜੀ ਲੇਡੀ ਜਿਹੜੀ ਬੰਬ ਧਮਾਕਿਆਂ ਚ ਸ਼ਾਮਲ ਰਹੀ ਆ ਜਿਹਦੀਆਂ ਹਦਾਇਤਾਂ ਦੇ ਬੰਬ ਧਮਾਕੇ ਹੋਏ ਨੇ ਜਿਹਦਾ ਮੋਟਰਸਾਈਕਲ ਜਿੱਦਾਂ ਉਹ ਉਹਦੇ ਚ ਵਰਤਿਆ ਗਿਆ ਉਹਦੇ ਖਿਲਾਫ ਗਵਾਹ ਜਿਹੜੇ ਗਵਾਈਆਂ ਐਟਈਐਸ ਨੂੰ ਗਵਾਈਆਂ ਦਿੱਤੀਆਂ ਹਿੰਮਤ ਕਰਕਰੇ ਦੀ ਜਿਹੜੀ ਅਗਵਾਈ ਹੇਠ ਸੀਗੀ ਜੋ ਤੇ ਉਹਦੇ ਚ ਤੁਸੀਂ ਉਹਨੂੰ ਕਿਸ ਤਰ੍ਹਾਂ ਕਰ ਸਕਦੇ ਹੋ ਹੂੰ ਹੂੰ ਉਹਨੂੰ ਮੈਂਬਰ ਆਫ ਪਾਰਲੀਮੈਂਟਲੇ ਤੁਸੀਂ ਮਤਲਬ ਜੇ ਉਹ ਕਹਨੂ ਜੱਜਾਂ ਦੀਆਂ ਤੇ ਉਹ ਭਾਰਤ ਦੀ ਪਾਰਲੀਮੈਂਟ ਵਿੱਚ ਜਾ ਕੇ ਬੈਠੂਗਾ ਆ ਕਿਹੜਾ ਜੱਜ ਉਹਨੂੰ ਸਜ਼ਾ ਦੇ ਦੇਊਗਾ ਮੈਨੂੰ ਦੱਸੋ ਉਹਨੇ ਮੈਂਬਰ ਆਫ ਪਾਰਲੀਮੈਂਟ ਬਣ ਜਾਣਾ ਕੱਲ ਨੂੰ ਹੂੰ ਹੂੰ ਕਿਹੜੇ ਜੱਜ ਦੇ ਹਿੰਮਤ ਆ ਵੀ ਉਹਨੂੰ ਸਜ਼ਾ ਦੇ ਦੇਊਗਾ ਮਤਲਬ ਕਿ ਇੰਡਾਇਰੈਕਟਲੀ ਤੁਸੀਂ ਕੋਰਸ ਆਫ ਜਸਟਿਸ ਦੇ ਰਾਵ ਚੜਕੇ ਪਾ ਰਹੇ ਹੋ ਉਹਨੂੰ ਉਹਨੂੰ ਸਾਫ਼ ਹੋਣ ਦੋ ਮਤਲਬ ਕਿ ਉਹਦੇ ਘਟੋ ਘਟ ਬਰੀ ਦਾ ਹੋਣ ਦੋ ਨਾ ਤੁਸੀਂ ਬਰੀ ਹੋਣ ਤੋਂ ਪਹਿਲੇ ਹੀ ਮਤਲਬ ਕਿ ਉਹਨੂੰ ਕਿੰਨਾ ਵੱਡੇ ਅਹੁਦੇ ਦੇ ਰਹੇ ਹੋ ਕਿ ਫਿਰ ਕਿਹੜਾ ਟੈਰਰਿਜ਼ਮ ਤੇ ਕਿਹੜੀ ਐਂਟੀ ਟੈਰਰਿਜ਼ਮ ਜਿਹੜੀ ਜਿਹੜੀ ਜੰਗ ਤੁਸੀਂ ਲੜ ਰਹੇ ਹੋ ਤੇ ਇਹ ਅਵਧਾਰ ਸਿੰਘ ਦੀ ਪ੍ਰਗਿਆ ਸਿੰਘ ਤੇ ਕਿਹੜੇ ਕਿਹੜੇ ਦੋਸ਼ ਜਾਂ ਉਤੇ ਪਰਚਾ ਕਿਹੜਾ ਹੋਇਆ ਸੀ ਜੋ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਹਾਂਜੀ ਹਾਂਜੀ ਜਿਹੜਾ ਉਹਦੇ ਤੇ ਮਾਲੇਗਾਉਂ ਬੰਬਲਾਸਟ ਦਾ ਹਾਂ ਹਾਂ ਤੇ ਦੂਜਾ ਅਜਮੇਰ ਬਕਾਨੜ ਵਾਲਾ ਮਾਲੇਗਾਉਂ ਬੰਬਲਾਸਟ ਵਿੱਚ ਜਿਹੜੀਆਂ ਆਪਾਂ ਗੱਲਾਂ ਦੱਸ ਬੇਵੋਦਾ ਜਿਹੜਾ ਮੋਟਰਸਾਈਕਲ ਆ ਉਹਦੇ ਨਾਂ ਤੇ ਰਜਿਸਟਰ ਆ ਹੂੰ ਹੂੰ ਉਹਦੇ ਉਹਦੇ ਵਿੱਚ ਹੀ ਆਈਈਡੀ ਲਾਇਆ ਗਿਆ ਸੀ ਜਿਨੇ ਬੰਬ ਧਮਾਕਾ ਕੀਤਾ ਹੂੰ ਹੂੰ ਠੀਕ ਆ ਤੇ ਉਹ ਜਿਹੜਾ ਇਹਦਾ ਹਮਾਇਤੀ ਸੀ ਬੰਦਾ ਜਗ ਸੂਰੀ ਅਮਰਖਲੂ ਦਾ ਨਾਂ ਉਹ ਹਲੇ ਵੀ ਭਗੌੜਾ ਹੈ ਹੂੰ ਹੂੰ ਹਲੇ ਫੜਿਆ ਨਹੀਂ ਗਿਆ ਜੀ 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 ਉਹ ਜਿਸ ਤਰ੍ਹਾਂ ਉਹਨੇ ਉਹ ਯੂਜ਼ ਕਰਕੇ ਉਹਨੇ ਪਲਾਂਟ ਕੀਤਾ ਮਾਲੇ گاਉਂ ਚ ਜਾ ਕੇ ਨਾ ਜਿਹੜਾ ਦਰਗਾਹ ਦੇ ਲਾਗੇ ਜਾ ਕੇ ਕੀਤਾ ਹੈਗਾ ਤੇ ਦੂਜਾ ਜਿਹੜੀ ਭਪਾਲ ਵਿੱਚ ਪ੍ਰੋਹਿਤ ਮਿਸਟਰ ਪ੍ਰੋਹਿਤ ਜਿਹੜੇ ਮਿਲਟਰੀ ਦੇ ਕਰਨਲ ਆ ਉਹਦੇ ਨਾਲ ਇਹਦੀ ਮੀਟਿੰਗ ਹੋਈ ਆ ਉਸ ਮੀਟਿੰਗ ਵਿੱਚ ਇੱਕ ਜਿਹੜਾ ਤੀਜਾ ਬੰਦਾ ਸ਼ਾਮਲ ਸੀ ਉਹਨੇ ਜਿਸ ਤਰ੍ਹਾਂ ਏਟੀਐਸ ਨੂੰ ਬਿਆਨ ਦਿੱਤਾ ਹੈਗਾ ਬੇ ਹਾਂ ਇਹ ਸ਼ਾਮਲ ਸੀ ਔਰ ਇਹਨੇ ਬਕਾਇਦਾ ਉਹ ਸਾਰੀ ਪਲੈਨਿੰਗ ਨੂੰ ਐਗਜ਼ੀਕਿਊਟ ਕਰਨ ਦੀ ਜੀ ਅਫੇਰ ਇਹ ਜੀ ਜਮਾਨਤ ਹੋਈ ਕਿਸ ਤਰੀਕੇ ਦੇ ਨਾਲ ਹੋਏਗੀ ਹਾਂ ਜਮਾਨਤ ਦਾ ਜਿਹੜਾ ਇਹ ਇਹ ਦੇਖ ਰਹੇ ਆ ਨਾ ਆਪਾਂ ਹੂੰ ਜਿਹੜੀ ਮਿਸਟਰ ਹੇਮੰਤ ਕਰਕਰੇ ਦੀ ਅਗਵਾਈ ਵਾਲੀ ਏਟੀਐਸ ਸੀਗੀ ਜੀ 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 ਉਹਨੇ ਪਿੰ ਬਾਈ ਪਿੰ ਉਹਨੇ ਬਿਲਕੁਲ ਸੀਬੀਆਈ ਦੇ ਪੈਟਰਨ ਤੇ ਇਹਦੀ ਜਾਂਚ ਕਰੀ ਆ ਜਿੱਦਾਂ ਸੀਬੀਆਈ ਪ੍ਰੋਫੈਸ਼ਨਲਿਜ਼ਮ ਨਾਲ ਜਾਂਚ ਕਰਦੀ ਆ ਨਾ ਉਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਬਿਹਾਰ ਚੀਜ਼ ਜੋੜੀ ਹਰ ਲੜੀ ਜੋੜ ਕੇ ਉਹਨਾਂ ਨੇ ਲੈ ਕੇ ਆਂਦਾ ਵੀ ਇਹਦਾ ਮੋਟਰਸਾਈਕਲ ਉਹ ਬੰਦੇ ਜਿਹੜੇ ਮਾਰੇ ਗਏ ਆ ਜਿਹੜੇ ਗ੍ਰਿਫਤਾਰ ਹੋਏ ਆ ਜਿਹੜੇ ਭਗੌੜੇ ਹੋਏ ਉਹਨਾਂ ਦੀਆਂ ਬਕਾਇਦਾ ਉਹਨਾਂ ਨੇ ਲੜੀਆਂ ਜੋੜੀਆਂ ਹੈਗੀਆਂ ਹੈ ਨਾ ਤੇ ਉਹ ਬਕਾਇਦਾ ਉਹ ਬਹੁਤ ਮਜ਼ਬੂਤ ਚਾਰਜ ਸ਼ੀਟ ਸੀ ਉਸ ਏਟੀਐਸ ਦੀ ਚਾਰਜ ਸ਼ੀਟ ਕਰਕੇ ਹੀ ਦੋ ਵਾਰੀ ਜ਼ਮਾਨਤ ਨਹੀਂ ਮਿਲੀ ਨੂੰ ਹੂੰ ਹੂੰ ਜ਼ਮਾਨਤ ਰੱਦ ਹੋ ਜਾਂਦੀ ਰਹੇ ਕਿਉਂਕਿ ਕਿਉਂਕਿ ਕੇਸ ਹੀ ਇੰਨਾ ਮਜ਼ਬੂਤ ਸੀ ਇਹਦੇ ਖਿਲਾਫ ਇਹ ਹੁੰਦਾ ਵੀ ਜਦੋਂ ਐਟਈਐਸ ਤੋਂ ਕੇਸ ਐਨਆਈਏ ਨੂੰ ਚਲਿਆ ਜਾਂਦਾ ਹੂੰ ਹੂੰ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਤੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦਾ ਪਹਿਲੇ ਦਿਨ ਤੋਂ ਇਹੇ ਰੁਕ ਸੇਗਾ ਵੀ ਇਹਨੂੰ ਛਡਾਉਣਾ ਹੀ ਛਡਾਉਣਾ ਹੈ ਹੂੰ ਹੂੰ ਤੇ ਉਹ ਇਹਨੂੰ ਫਸਾਉਣ ਵਾਲੇ ਮਾਮਲੇ 'ਚ ਦਿਲਚਸਪੀ ਨਹੀਂ ਸੀ ਰੱਖਦੇ ਇਹਨੂੰ ਛਡਾਉਣ ਵਾਲੇ ਮਾਮਲੇ 'ਚ ਦਿਲਚਸਪੀ ਰੱਖਦੇ ਸੀ ਜੀ ਉਹਨੇ ਬਕਾਇਦਾ ਇਵਨ ਰਾਜਸਥਾਨ ਜਿਹੜਾ ਜਮੀਰ ਬਲਾਸਟ ਆ ਉਹਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਜਿਹੜਾ ਸਰਕਾਰੀ ਵਕੀਲ ਹੁੰਦੀ ਹੈ ਲੇਡੀ ਉਹਦਾ ਫਿਰ ਪਿਛਲੇ ਦਿਨੀ ਬਿਆਨ ਆਇਆ ਸੀ ਵੀ ਸਾਡੇ ਤੇ ਐਨਆਈਏ ਨੇ ਬਹੁਤ ਦਬਾਅ ਪਾਇਆ ਵੀ ਤੁਸੀਂ ਇੰਨਾ ਜਿਆਦਾ ਇਹਨੂੰ ਪਰਸੂ ਨਾ ਕਰੋ ਵੀ ਇਹਦੇ ਸੌਫਟ ਰਹੋ ਸੌਫਟ ਰੈਨ ਦਾ ਮਤਲਬ ਸੀ ਵੀ ਐਨਆਈਏ ਚਾਹੁੰਦੀ ਸੀ ਵੀ ਇਹ ਛੁੱਟ ਜਾ ਜਿਉਂ ਹੀ ਕੇਸ ਐਨਆਈਏ ਕੋਲ ਜਾਂਦਾ ਐਨਆਈਏ ਨੇ ਫਿਰ ਜਦੋਂ ਜਮਾਨਤ ਦੀ ਐਨਆਈਏ ਨੇ ਉਹਨੂੰ ਕਹਿ ਕੇ ਜਮਾਨਤ ਦੀ ਅਰਜ਼ੀ ਲਵਾਈ ਜਮਾਨਤ ਦੀ ਅਰਜ਼ੀ ਤੇ ਐਨਆਈਏ ਨੇ ਵਿਰੋਧ ਕਰਨਾ ਸੀ ਉਹਨਾਂ ਨੇ ਕੀਤਾ ਐਨਆਈਏ ਨੇ ਕਿਹਾ ਉਹਨੇ ਬੜੀਆਂ ਕਮਾਲ ਦੀਆਂ ਦਲੀਲਾਂ ਦਿੱਤੀਆਂ ਕਹਿੰਦੇ ਵੀ ਜਿਹੜਾ ਮੋਟਰਸਾਈਕਲ ਸੀ ਨਾ ਜਿਹੜਾ ਇਹਦੇ ਨਾਂ ਤੇ ਰਜਿਸਟਰ ਆ ਇਹ 2 ਸਾਲ ਤੋਂ ਵਰਤ ਨਹੀਂ ਸੀ ਰਾਈ अच्छा जी वो जड़ा जड़ा अप, अप तो एन, ए, ना, ना वो ਜਿਹੜਾ ਮਿਸਟਰ ਜਿਹੜਾ ਅਬਸਕਾਉਂਡਿੰਗ ਆ ਹਲੇ ਭਗਾਉੜਾ ਬੰਦਾ ਕਹਿੰਦਾ ਵੀ 2 ਸਾਲ ਤੋਂ ਉਹ ਵਰਤ ਰਿਹਾ ਸੀ ਮੋਟਰਸਾਈਕਲ ਹੂੰ ਹੂੰ ਇਸ ਲਈ ਇਹਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਹੂੰ ਹੂੰ ਤੇ ਇਹ ਐਨਆਈਏ ਨੇ ਕਿਹਾ ਹੈਗਾ ਤੇ ਨੇ ਰਿਪੋਰਟ ਲਖਾਈ ਸੀ ਮੋਸ ਮੋਟਰਸਾਈਕਲ ਸਕੂਲ ਨੇ ਕੁਝ ਨਹੀਂ ਉਹ ਕੁਝ ਨਹੀਂ ਹੈਗਾ ਜਿੱਦਾਂ ਕੋਈ ਚੋਰੀ ਨਹੀਂ ਆ ਕੁਝ ਨਹੀਂ ਹੈ ਨਾ ਉਹ ਤਾਂ ਜਦੋਂ ਵੱਜ ਰਿਹਾ ਤੁਹਾਡੇ ਨਾਂ ਤੇ ਕੋਈ ਚੋਰੀ ਦੀ ਰਿਪੋਰਟ ਤੜਾ ਲਖਾਈ ਵੀ ਮੇਰਾ ਚੋਰੀ ਹੋ ਗਿਆ ਜੇ ਚੋਰੀ ਦੀ ਰਿਪੋਰਟ ਲਖਾਈ ਹੋਵੇ ਫਿਰ ਤੁਸੀਂ ਉਹ ਕਰੈਕ ਕਰ ਸਕਦੇ ਹੋ ਤੇ ਫਿਰ ਜਿਹੜੇ ਦੋ ਗਵਾਹਾਂ ਦੇ ਬਿਆਨ ਸੀ ਜਿਹੜਾ ਇੱਕ ਕਰਨਲ ਪ੍ਰੋਫਿਤ ਵਾਲੀ ਮੀਟਿੰਗ ਦਾ ਤੇ ਇੱਕ ਦੂਜੀ ਦਾ ਹੈ ਨਾ ਤੇ ਉਹਦੇ ਤੇ ਐਨਆਈਏ ਨੇ ਇਹ ਪਲੀਜ਼ ਉਹਨਾਂ ਤੋਂ ਫਿਰ ਐਫੀ ਡੈਪਟ ਲੈ ਲੇ ਵੀ ਸਾਡੇ ਤੇ ਤੇ ਜੀ ਮਾਨਸਿਕ ਤੇ ਸਰੀਰਕ ਤਸ਼ੱਦਦ ਕਰਕੇ ਸਾਥ ਉਹ ਬਿਆਨ ਲਏ ਗਏ ਨੇ ਹੂੰ ਹੂੰ ਤੇ ਉਹ ਬਿਆਨ ਲੈ ਕੇ ਫਿਰ ਇਹਦਾ ਕੇਸ ਕਮਜ਼ੋਰ ਕਰਤਾ ਪ੍ਰਗਿਆ ਠਾਕੁਰ ਸਿੰਘ ਦਾ ਤੇ ਉਹਨੂੰ ਜ਼ਮਾਨਤ ਦਿਵਾਤੀ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਉਹ ਵਿਦ ਕੋਲੂਜ਼ਨ ਆ ਜਿਹੜੀ ਉਹ ਜ਼ਮਾਨਤ ਦਿੱਤੀ ਗਈ ਹੈਗੀ ਉਹਨੂੰ ਫਸਾਉਣ ਨਾਲੋਂ ਉਹਨੂੰ ਬਚਾਉਣ ਦਾ ਯਤਨ ਵੱਧ ਹੋਇਆ ਹੈ ਤੇ ਉਹਦੇ ਚੋਂ ਉਹਨੂੰ ਜਵਾਨਤ ਮਿਲ ਗਈ ਆ ਕੇਸ ਹਾਲੇ ਚੱਲ ਰਿਹਾ ਹੁਣ ਜਦੋਂ ਜਵਾਨਤ ਮਿਲ ਗਈ ਆ ਇਹ ਹੀ ਪਲੀ ਉਹਨਾਂ ਨੇ ਜਦੋਂ ਉਹਦੀਆਂ ਗਵਾਹੀਆਂ ਹੋਣੀਆਂ ਨੇ ਚਾਰਜ ਸ਼ੀਟ ਤੇ ਤੇ ਉਹੀ ਐਨਆਈਏ ਨੇ ਦੇਣੀਆਂ ਤੇ ਬਰੀ ਹੋ ਜਾਣੀ ਤੇ ਬਰੀ ਹੋ ਜਾਂਦੀ ਆ ਜੀ ਕੋਈ ਵੱਡੀ ਗੱਲ ਨਹੀਂ ਵੀ ਉਹ ਬਰੀ ਹੋ ਜਾਏਗੀ। ਸੋ ਇਹ ਹੈਗਾ ਪ੍ਰਧਾਨ ਮੰਤਰੀ ਦਾ ਵੀ ਇੱਥੇ ਬਿਆਨ ਆਇਆ ਹੈਗਾ ਉਹਨਾਂ ਨੇ ਕਿਹਾ ਕਿ ਬਹੁਤ ਦੇ ਦੇ ਤੇ ਜ਼ੁਲਮ ਹੋਏ ਹੈਗੇ। ਉਹ ਨੂੰ ਤੁਸੀਂ ਕਿਸ ਤਰੀਕੇ ਨਾਲ ਲਈ। ਹਾਂ ਬਿਲਕੁਲ ਤੁਸੀਂ ਦੇਖੋ ਵੀ ਇਹ ਇੱਕ ਸਹਾਦੇ ਤੱਕ ਗਿਰੀ ਆ ਹੁਣ ਬੀਜੇਪੀ ਤੇ ਨਰਿੰਦਰ ਮੋਦੀ। ਵੀ ਜਦੋਂ ਇਹ ਸਿੱਖ ਇਹ ਗੱਲ ਕਰਦੇ ਨੇ ਵੀ ਪੁਲਿਸ ਦੇ ਤਸ਼ੱਦਦ ਸੈਂਟਰਾਂ ਵਿੱਚ ਸਿੱਖਾਂ ਨਾਲ ਕਿੰਨੀ ਬੇਰਕਿਰਕਰੀ ਨਾਲ ਜ਼ੁਲਮ ਹੁੰਦਾ। ਤੇ ਉਹ ਇੱਕ ਤਰ੍ਹਾਂ ਨਾਲ ਖਿਹੜ ਖੜਾ ਕੇ ਹੱਸਦੇ ਨੇ ਵੀ ਸਿੱਖਾਂ ਤੇ ਤਾਂ ਹੋਣਾ ਹੀ ਚਾਹੀਦਾ ਇਹ। ਅੱਜ ਜਦੋਂ ਉਹਨਾਂ ਦੀ ਉਹ ਕਲੇਡੀਆ ਹਾਲਾਂਕਿ ਜਿਸ ਤਰ੍ਹਾਂ ਦਾ ਉਹਦਾ ਸਟੇਟਸ ਸੀ ਔਰ ਜਿਸ ਤਰ੍ਹਾਂ ਇੰਡੀਅਨ ਸਟੇਟ ਕੰਮ ਕਰਦੀ ਆ ਆਪਾਂ ਕਹਿ ਸਕਦੇ ਆ ਵੀ ਕਿਸੇ ਨੇ ਉਹਦੇ ਥੱਪੜ ਵੀ ਨਹੀਂ ਮਾਰਿਆ ਹੁਣ ਹੂੰ ਹੂੰ ਇਹ ਇੱਕ ਥੱਪੜ ਵੀ ਉਸ ਲੇਡੀ ਦੇ ਨਹੀਂ ਪਿਆ ਜੀ ਜੀ ਤੇ ਉਹ ਕੱਲ ਕਰ ਰਹੇ ਆ ਵੀ ਸਾਡੇ ਤੇ ਤਸ਼ੱਦਦ ਹੋਇਆ ਜੀ ਤੇ ਮਤਲਬ ਕਿ ਸਾਨੂੰ ਜਿੰਨਾ ਕ ਤਜਰਬਾ ਨਾ ਹੂੰ ਹੂੰ ਜਿੰਨੀ ਕ ਅਸੀਂ ਗੱਲ ਸਮਝਦੇ ਆਂ ਵੀ ਇੰਡੀਅਨ ਸਟੇਟ ਦੀ ਵਰਕਿੰਗ ਪੁਲਿਸ ਦੀ ਵਰਕਿੰਗ ਜਿਹੜੀ ਇਹੋ ਜਿਹੇ ਬੰਦੇ ਨੂੰ ਤਾਂ ਉਹ ਹੱਥ ਨਹੀਂ ਲਾਉਂਦੇ ਉਹ ਤਾਂ ਸਤਕਾਰ ਨਾਲ ਜਿੱਦਾਂ ਦੇ ਉਹਨੇ ਕੱਪੜੇ ਪਾਏ ਬਨ ਮੱਥਾ ਟੇਕਿਆ ਹੋਣਾ ਉਹਨਾਂ ਨੇ ਪੁਲਿਸ ਵਾਲਿਆਂ ਨੇ ਤਾਂ ਵੀ ਬੀਬੀ ਜੀ ਆਏ ਨੇ ਉਹਦੇ ਨਾਲ ਕੁਝ ਨਹੀਂ ਹੋਇਆ ਜਸਟ ਹੁਣ ਪ੍ਰਧਾਨ ਮੰਤਰੀ ਕਹਿ ਰਿਹਾ ਜੀ ਇਹਦੇ ਨਾਲ ਬਹੁਤ ਮਾਨਸਿਕ ਤਸ਼ੱਦਦ ਹੋਇਆ ਆਇਆ ਹੋਇਆ ਇਹ ਬੜੀ ਉੱਚ ਪਾਏ ਦੀ ਲੇਡੀ ਆ ਬੜੀ ਧਾਰਮਿਕ ਰਿਲੀਜੀਅਸ ਭਾਵਨਾਵਾਂ ਵਾਲੀ ਸੀ ਹੁਣ ਕੋਈ ਕੱਪੜੇ ਪਾਉਣ ਵਾਲੀ ਦਾ ਰਿਲੀਜੀਅਸ ਨਹੀਂ ਹੋ ਜਾਂਦਾ ਨਾ ਹੂੰ ਹੂੰ ਗੁਰੂ ਸਾਹਿਬ ਕਹਿੰਦੇ ਆ ਵੀ ਗਲ ਸਾ ਸਾਢੇ ਤੈ ਤੋਤੀਆਂ ਤੇਰੇ ਪੈਨ ਤੱਕ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਵਗ ਕੋਈ ਹਰਕੇ ਸੰਤ ਨਾ ਆਖੀਆ ਬਾਨਾਰਸ ਦੇ ਠੱਗ ਸੋ ਇਹ ਬਾਨਾਰਸ ਦੇ ਠੱਗਾਂ ਵਾਲਾ ਕੰਮ ਹੈ ਨਾ ਸੋ ਇਹਨਾਂ ਬੰਦਿਆਂ ਨੂੰ ਜੇ ਪ੍ਰਧਾਨ ਮੰਤਰੀ ਡਿਫੈਂਡ ਕਰ ਰਿਹਾ ਅਸੀਂ ਸਮਝਦੇ ਆਂ ਵੀ ਇੰਡੀਆ ਇਜ਼ ਗੋਇੰਗ ਟੁਵਾਰਡਸ ਅ ਫਾਸ਼ਿਸਟ ਸਟੇਟ ਹਾਂ ਬਿਲਕੁਲ ਦੀ ਔਰ ਕਿਤਨਾ ਕਿਤੇ ਸਾਨੂੰ ਇਸ ਦੇ ਬਾਰੇ ਜਿਹੜਾ ਸੋਚਣਾ ਹੈ ਔਰ ਜਿਹੜੀਆਂ ਜਿਆਦਾ ਉਥੇ ਕਮਿਊਨਿਟੀਆਂ ਰਹਿੰਦੀਆਂ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਜਾਣ ਕੇ ਜਿਹੜੀ ਇੰਟੈਲੈਕਚੁਅਲ ਤਮਕਾ ਰਹਿੰਦਾ ਹੈ ਭਾਵੇਂ ਉਹ Hindu ਬਹੁਗਿਣਤੀ ਦਾ ਹਿੱਸਾ ਹੀ ਹੈ ਉਸ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਕਿਉਂਕਿ ਜਦੋਂ ਵੀ ਕੋਈ ਮੁਲਕ ਇਸ ਵੱਲ ਨੂੰ ਜਾਂਦਾ ਹੈ ਤੇ ਉਸ ਦਾ ਜਿਹੜਾ ਅੰਤ ਹੈ ਉਹ ਬਹੁਤ ਬੁਰਾ ਹੁੰਦਾ ਹੈ ਹਾਂਜੀ ਇਵਨ ਅਸੀਂ Hindu ਭਾਈਚਾਰੇ ਦੇ ਜਿਹੜੇ अनਲਾਈਟਨਡ ਲੋਕ ਨੇ ਨਾ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਦੇਸ਼ ਤੁਹਾਡਾ ਹੈਗਾ ਮੇਨਲੀ ਤੁਸੀਂ ਇਹ ਦਾਵਾ ਕਰਦੇ ਹੋ ਵੀ ਹੈਨਾ ਹੈ ਸਾਰੀਆਂ ਕਮਿਊਨਿਟੀਆਂ ਦਾ ਪਰ ਹਿੰਦੂ ਕਮਿਊਨਿਟੀ ਜ਼ਿਆਦਾ ਦਾਵਾ ਕਰਦੀ ਹੈ ਵੀ ਅਸੀਂ ਦੇਸ਼ ਦੇ ਮਾਲਕ ਹਾਂ ਉਹਦੇ ਚੋਂ ਜਿਹੜੇ ਪੜ੍ਹੇ ਲਿਖੇ ਹਿੰਦੂ ਨੇ ਇਹ ਜਿਹੜੇ ਸਿਵਲ ਸੁਸਾਇਟੀ ਦੇ ਜਿਹੜੇ ਵੱਡੇ ਨਾਂ ਨੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਇਹਨੂੰ ਫਾਸ਼ਿਸਮ ਵੱਲ ਜਾਣ ਤੋਂ ਬਚਾਇਆ ਜਾਵੇ ਜੇ ਹੁਣ ਕੋਈ ਮਿਹਮਾ ਨਾ ਉੱਠੇ ਤਾਂ ਅਸੀਂ ਸਮਝਦੇ ਹਾਂ ਵੀ ਅਗਲੇ ਦਿਨਾਂ ਦੌਰਾਨ ਇਹ ਅਗਲੇ ਸਾਲਾਂ ਦੌਰਾਨ ਅਗਲੇ 5 ਸਾਲ ਸਾਨੂੰ ਲੱਗਦਾ ਵੀ ਮੋਦੀ ਯੂਨੀ ਪ੍ਰਧਾਨ ਮੰਤਰੀ ਬਣਨਗੇ ਤੇ ਅਗਲੇ 5 ਸਾਲਾਂ ਦੌਰਾਨ ਜੋ ਇੱਥੇ ਹਾਲ ਹੋਣਾ ਵੱਖ-ਵੱਖ ਤਬਕਿਆਂ ਦਾ ਯਾਰ ਜਿਸ ਕਿਸਮ ਦੀ ਫਾਸ਼ਿਸਟ ਸਟੇਟ ਬਣ ਜਾ ਰਹੀ ਆ ਰਸ਼ੀਨ ਸਟਾਈਲ ਉਹ 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 ਦੇਸ਼ ਦੇ ਡੈਮੋਕ੍ਰੈਟਿਕ ਫਾਈਬਰਿਕ ਦੇ ਖਿਲਾਫ ਹੋਊਗੀ ਬਿਲਕੁਲ ਜੀ ਔਰ ਪ੍ਰਗਿਆ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਹੀਮਤ ਕਰਕਰੇ ਦੀ ਮੌਤ ਇਸ ਕਰਕੇ ਹੋਈ ਹੈ ਕਿਉਂਕਿ ਮੈਂ ਉਸ ਨੂੰ ਸ਼ਰਾਪ ਦਿੱਤਾ ਸੀ ਅਬਦਾਰ ਸਿੰਘ ਜੀ ਕਿਸ ਤਰ੍ਹਾਂ ਲਓਗੇ ਤੁਸੀਂ ਇਸ ਦੇ ਇਸ ਬਿਆਨ ਨੂੰ ਹਾਂ ਜੀ ਕੋਈ ਰਿਐਕਸ਼ਨ ਨਹੀਂ ਤੁਸੀਂ ਦੇਖੋ ਵੀ ਜਿਹਾ ਵੀ ਲੋਕ ਵੀ ਕੋਈ ਰਿਐਕਸ਼ਨ ਕੋਈ ਰਿਐਕਸ਼ਨ ਨਹੀਂ ਆ ਰਿਹਾ ਮਤਲਬ ਕਿ ਇੱਕ ਬੰਦਾ ਮਾਰਿਆ ਗਿਆ ਭਾਰਤ ਦੇ ਇਤਿਹਾਸ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਵਿੱਚ ਇੱਕ ਸਭ ਤੋਂ ਕਾਬਲ ਪੁਲਿਸ ਅਫਸਰ ਮਾਰਿਆ ਗਿਆ। ਹਮਮ ਇੱਕ ਪਾਸੇ ਤੁਸੀਂ ਕਹਿੰਦੇ ਹੋ ਸ਼ਹੀਦ ਆ ਸਾਡਾ ਤੇ ਦੂਜੇ ਪਾਸੇ ਪ੍ਰਗਿਆ ਸਿੰਘ ਕਹਿੰਦੇ ਵੀ ਮੇਰੇ ਸ਼ਰਾਪ ਨਾਲ ਮਾਰਿਆ ਗਿਆ ਉਹ। ਮਤਲਬ ਫਿਰ ਇਹਦੇ ਸ਼ਰਾਪ ਦੇ ਨਾਲ ਉਹ ਟੈਰਰਿਸਟ ਅਟੈਕ ਹੋਇਆ ਹੋਗਾ। ਇਹ ਤਾਂ ਹੁਣ ਤੁਸੀਂ ਦੇਖੋ ਵੀ ਤੋ ਇਹ ਇਹ ਸਾਰੇ ਭਾਰਤ ਵਾਸੀ ਸਿੱਟੇ ਕੱਢਣ ਇਹ। ਹਮਮ ਅਸੀਂ ਨਹੀਂ ਕਹਿ ਰਹੇ ਉਹ ਕਹਿ ਰਹੀ ਹੈ। ਹਾਂ ਉਹ ਕਹ ਰਹੀ ਵੀ ਮੇਰੇ ਸ਼ਰਾਪ ਨਾਲ ਕਹਿੰਦੇ ਵੀ ਮੈਂ ਉਹਨੂੰ ਕਿਹਾ ਸੀ ਵੀ ਤੇਰਾ ਕੁੱਲ ਨਾਸ਼ ਹੋਊਗਾ। ਹਮਮ ਤੋ ਮੈਨੂੰ ਫੜਿਆ ਹੈਗਾ। ਤੋ ਮੇਰੇ ਤੇ ਇਨਵੈਸਟੀਗੇਸ਼ਨ ਕਰ ਰਹੇ ਹਨ। ਹਮਮ ਤੇ ਉਹ ਦੇਖੋ ਤੇ ਜਿਹੜੇ ਫੌਜੀ ਸ਼ਹੀਦ ਹੋਏ ਨਹੀਂ ਦਾ ਮਤਲਬ ਉਹ ਹੇਮੰਤ ਕਰਕਰੇ ਨੂੰ ਸ਼ਹੀਦ ਨਹੀਂ ਮੰਨਦੀ ਆਪਣਾ ਹਾਂ ਨਾ ਵੀ ਹੇਮੰਤ ਕਰਕਰੇ ਕਿਉਂਕਿ ਇਹਨਾਂ ਦੇ ਉਹ ਇਨਵੈਸਟੀਗੇਸ਼ਨ ਕਰਦਾ ਸੀ ਤੇ ਉਹਨੂੰ ਉਹ ਇਸ ਤਰ੍ਹਾਂ ਸ਼ਹੀਦ ਨਹੀਂ ਮੰਨਦੇ ਤੇ ਬਾਕੀ ਸ਼ਹੀਦ ਦਾ ਨਾਂ ਤੇ ਉਹ ਵੋਟਾਂ ਮੰਗ ਰਹੇ ਆ ਬਿਲਕੁਲ ਡਬਲ ਸਟੈਂਡਰਡ ਆ ਇਹ ਇੱਕ ਪਾਸੇ ਉਹ ਉਹ ਬੰਦਾ ਜਿਹੜਾ ਇੰਨੀ ਕਾਬਲੀਅਤ ਨਾਲ ਇੰਨੀ ਬਹਾਦਰੀ ਨਾਲ ਜਦੋਂ ਸਾਰੇ ਬੰਦੇ ਜੈਡ ਸਿਕਿਉਰਿਟੀ ਲਾ ਕੇ ਜਦੋਂ ਇਹੋ ਜਿਹਾ ਹਮਲਾ ਹੁੰਦਾ ਆਪਣੇ ਘਰਾਂ ਚ ਦੁਬਕ ਜਾਂਦੇ ਆ ਉਹ ਬੰਦਾ ਬੰਦੂਕ ਚੱਕ ਕੇ ਲੜਨ ਆਇਆ ਬੰਬਈ ਵਿੱਚ ਜਦੋਂ 2000 ਦਾ ਅਟੈਕ ਹੋਇਆ ਨਾ ਸਭ ਤੋਂ ਪਹਿਲਾਂ ਆਪਣੀ ਜੀਪ ਕੱਢ ਕੇ ਬਾਹਰ ਆਇਆ ਵੀ ਹਾਂ ਚਲੋ ਆਪਾਂ ਮੁਕਾਬਲਾ ਕਰਦੇ ਹਾਂ ਔਰ ਉਸ ਬੰਦੇ ਨੂੰ ਇਹ ਕਹਿ ਰਹੀ ਆ ਵੀ ਮੇਰੇ ਸ਼ਰਾਪ ਨਾਲ ਮਾਰਿਆ ਗਿਆ ਸੋ ਅਸੀਂ ਸਮਝਦੇ ਆ ਵੀ ਇਹ ਇੱਕ ਤਰ੍ਹਾਂ ਨਾਲ ਆਪਣੇ ਆਪ ਨਾਲ ਇਹਨਾਂ ਦੀ ਕਮਿਊਨਿਟੀ ਦੇ ਤੁਸੀਂ ਸਵਾਲਿਆ ਤੁਸੀਂ ਖੜੇ ਕਿੱਥੇ ਹੋ ਹਨ ਇਹ ਕਿਸਮ ਦੇ ਬਿਲਕੁਲ ਫਾਸ਼ਿਸਟ ਔਰ ਫਿਰਕੂ ਬਿਆਨ ਹੈ ਜਿਨ੍ਹਾਂ ਦਾ ਦੀ ਵਾਦੋਵਾਦਨ ਖੇਦੀ ਹੋਣੀ ਚਾਹੀਦੀ ਹੈ ਔਰ ਹਿੰਦੂ ਸੁਸਾਇਟੀ ਨੂੰ ਚਾਹੀਦਾ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਅੱਗੇ ਪੰਪੜ ਨਾ ਦੇਵੇ ਬਿਲਕੁਲ ਜੀ ਔਰ ਇਸ ਦੇ ਨਾਲ ਜਿਹੜਾ ਹੈ ਦੇਸ਼ ਦਾ ਕੌਮ ਦਾ ਨੁਕਸਾਨ ਹੈ ਉਹ ਵੱਡੇ ਪੱਧਰ ਤੇ ਜਿਹੜਾ ਹੋ ਸਕਦਾ ਹੈ ਚੋਣ ਮੁਹਿੰਮ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਹਾਰ ਦੇ ਵਿੱਚ ਜਿਹੜਾ ਹੈ ਪਰਚਾ ਦਰਜ ਕੀਤਾ ਗਿਆ ਹੈ ਪਿਛਲੇ ਦਿਨੀ ਉਹ ਪ੍ਰਚਾਰ ਦੌਰੇ ਤੇ ਬਿਹਾਰ ਤੇ ਸਨ ਇਲੈਕਸ਼ਨ ਜਿਹੜੇ ਇਲੈਕਸ਼ਨਸ ਨੂੰ ਲੈ ਕੇ ਹੀ ਤੇ ਉਹਨਾਂ ਨੇ ਕੁਝ ਇਸ ਤਰ੍ਹਾਂ ਦੀ ਜਿਹੜੀ ਪਾਸ਼ਾ ਸ਼ਬਦਾਵਲੀ ਯੂਜ਼ ਕੀਤੀ ਕੀ ਹੈ ਅਵਤਾਰ ਸਿੰਘ ਦੀ ਮਸਲਾ ਕੀ ਹੈ ਸਾਰਾ ਇਹ ਇਸ ਕਿਸਮ ਦਾ ਮਸਲਾ ਉਹਨੂੰ ਉਲਝਾਉਣਾ ਚਾਹੁੰਦੇ ਆ ਕਿਉਂਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਸਟਾਰ ਕੈਂਪੇਨਰ ਆ ਉਹਦੀ ਆਪਾਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਲੋਕ ਉਹਨੂੰ ਦੇਖਣ ਲਈ ਜਦਾਂ ਹਾਂਜੀ ਹਾਂਜੀ ਉਹਨਾਂ ਨੇ ਬਿਹਾਰ ਵਿੱਚ ਚੋਣ ਪ੍ਰਚਾਰ ਕਰਨ ਗਏ ਸੀ ਬਿਹਾਰ ਵਿੱਚ ਉਹਨਾਂ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਆ ਹੂੰ ਹੂੰ ਬੇ ਮੋਦੀ ਨੂੰ ਹਰਾਉਣ ਲਈ ਵੋਟਾਂ ਪਾਓ ਜੀ ਇਹਦੇ ਤੇ ਪਰਚਾ ਦਰਜ ਕਰ ਲਿਆ ਗਿਆ ਤੇ ਅਮਿਤ ਸ਼ਾਹ ਤੇ ਨਹੀਂ ਹਾਂ ਅਮਿਤ ਸ਼ਾਹ ਤਾਂ ਨਹੀਂ ਹੋਇਆ ਜਿਹੜਾ ਅਮਿਤ ਸ਼ਾਹ ਕਹਿੰਦਾ ਵੀ ਕੱਲੇ ਕੱਲੇ ਮੁਸਲਮਾਨ ਨੂੰ ਚੱਕ ਕੇ ਬਾਹਰ ਸਿਟਾਂਗੇ ਹੂੰ ਹੂੰ ਹੈ ਉਹਦੇ ਤੇ ਕੋਈ ਪਰਚਾ ਦਰਜ ਨਹੀਂ ਹੋਇਆ ਇਹਨੇ ਬੰਦੇ ਨੇ ਸਿਰਫ ਵੋਟਾਂ ਪਾਉਣ ਨੂੰ ਕਿਹਾ ਇੱਕ ਡੈਮੋਕਰੈਟਿਕ ਸੈਟਅਪ ਵਿੱਚ ਰਹਿ ਕੇ ਗੱਲ ਕਰ ਰਿਹਾ ਜੀ 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 ਹੁਣ ਹਰੇਕ ਵਿਰੋਧੀ ਪਾਰਟੀ ਕਹਿੰਦੀ ਹੈ ਵੀ ਸਾਨੂੰ ਚਿਤਾਓ ਤੇ ਵਿਰੋਧੀ ਨੂੰ ਹਰਾਓ ਤੇ ਜੇ ਮੋਦੀ ਨੂੰ ਹਰਾਉਣ ਦਾ ਕਿਸੇ ਨੇ ਕਹਿ ਦਿੱਤਾ ਹੋਇਆ ਹੂੰ ਹੂੰ ਤਾਂ ਇਹਦਾ ਮਤਲਬ ਉਦੇਸ਼ਤਰੋਹੀ ਹੋ ਗਿਆ ਹੂੰ ਹੂੰ ਤੁਸੀਂ ਦੇਖੋ ਵੀ ਮਤਲਬ ਕਿ ਹੂੰ ਹੂੰ ਬੀ ਕਪਾਸੇ ਉਹ ਸਿੰਘ ਸਰਦਾਰ ਹੋਣ ਕਰਕੇ ਉਹਦੇ ਖਿਲਾਫ ਉਹ ਕਾਂਗਰਸ ਪਾਰਟੀ ਦਾ ਹੋਣ ਕਰਕੇ ਉਹਦੇ ਖਿਲਾਫ ਪਰਚਾ ਦਰਜ ਕੀਤਾ ਅਮਿਤ ਸ਼ਾਹ ਦੇ ਖਿਲਾਫ ਕੋਈ ਪਰਚਾ ਨਹੀਂ ਦਰਜ ਕੀਤਾ ਗਿਆ ਹੂੰ ਹੂੰ ਤੇ ਅਸੀਂ ਸਮਝਦੇ ਆ ਵੀ ਡਬਲ ਸਟੈਂਡਰਡ ਆ ਹੈ বিহার ਸਰਕਾਰ ਦੇ ਵੀ ਤੇ ਭਾਰਤ ਕਾਨੂੰਨ ਦੇ ਵੀ ਜੀ ਬਿਲਕੁਲ ਜੀ ਔਰ ਇਸ ਦੇ ਬਾਰੇ ਜਿਹੜੀ ਕਾਰਵਾਈ ਹੈ ਦੋਨੋਂ ਪਾਸੇ ਤੋਂ ਬਰਾਬਰ ਹੋਣੀ ਚਾਹੀਦੀ ਹੈ ਨਿਊਯਾਰਕ ਟਾਈਮਸ ਦੇ ਵਿੱਚ ਜਿਹੜੀ ਇੱਕ ਰਿਪੋਰਟ ਲੱਗੀ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਹਿੰਦੂ ਨੈਸ਼ਨਲਿਸਟ ਜਿਹੜਾ ਹੌਲੀ ਹੌਲੀ ਜਿਹੜਾ ਚੀਜ਼ ਵੱਧ ਰਹੀ ਹੈ ਇਹ ਭਾਰਤ ਨੂੰ ਹਿੱਸਿਆਂ ਦੇ ਵਿੱਚ ਵੰਡ ਦੇਵੇਗੀ ਅਵਤਾਰ ਸਿੰਘ ਜੀ ਕਿਸ ਤਰੀਕੇ ਨਾਲ ਲੈਂਦੇ ਹੋ ਨਿਊਯਾਰਕ ਟਾਈਮਜ਼ ਦੀ ਇਸ ਰਿਪੋਰਟ ਹਾਂਜੀ ਹਾਂਜੀ ਉਹਨਾਂ ਨੇ ਕਾਫੀ ਜਿੱਦਾਂ ਬਹੁਤ ਲੰਬੀ ਔਰ ਦਿਲਚਸਪ ਉਹਨਾਂ ਨੇ ਕੱਢੀ ਹੈਗੀ ਯਾਰ ਰਿਪੋਰਟਿੰਗ ਕਾਫੀ ਗੰਭੀਰ ਰਿਪੋਰਟਿੰਗ ਕਾਫੀ ਲੰਬਾ ਆਰਟੀਕਲ ਮੈਂ ਪੜ੍ਹਿਆ ਹੈਗਾ ਸਾਰਾ ਉਹਨਾਂ ਨੇ ਦਿੱਲੀ ਵਿੱਚ ਤੇ ਦਿੱਲੀ ਤੋਂ ਬਾਹਰ ਹੋਰ ਬਹੁਤ ਸਾਰੀਆਂ ਥਾਵਾਂ ਤੇ ਮੁਸਲਮਾਨ ਫੈਮਿਲੀਜ਼ ਨਾਲ ਗੱਲ ਕੀਤੀ ਹੈ ਭਾਰਤ ਦੇ ਬਹੁਤ ਸਾਰੇ ਵਿਦਵਾਨਾਂ ਨਾਲ ਗੱਲ ਕੀਤੀ ਖਾਸ ਕਰਕੇ ਮਿਸਟਰ ਭੱਟਾਚਾਰੀ ਨਾਲ ਅਦਿੱਤਿਆ ਭੱਟਾਚਾਰੀ ਨਾਲ ਜਿਹੜੇ ਵੱਡੇ ਹਿਸਟੋਰੀਅਨ ਆ ਇੱਕ ਤਰ੍ਹਾਂ ਨਾਲ ਭਾਰਤੀ ਇਤਿਹਾਸ ਦੇ ਹਿਸਟੋਰੀਅਨ ਰਹੇ ਨੇ ਖਾਸ ਕਰਕੇ ਮੁਸਲਮਾਨਾਂ ਨਾਲ ਜਿਹੜੇ ਦਿੱਲੀ ਵਿੱਚ ਰਹਿੰਦੇ ਉਹ ਕਹਿੰਦੇ ਵੀ ਪਿਛਲੇ 5 ਸਾਲਾਂ ਤੋਂ ਸਾਨੂੰ ਐ ਲੱਗ ਰਿਹਾ ਵੀ ਅਸੀਂ ਆਪਣੇ ਦੇਸ਼ ਵਿੱਚ ਨਹੀਂ ਰਹਿ ਰਹੇ ਵੀ ਇੰਨਾ ਡਰ ਦਾ ਮਾਹੌਲ ਸਾਡੇ ਖਿਲਾਫ ਕ੍ਰੀਏਟ ਕੀਤਾ ਗਿਆ ਸਰਚ ਆ ਗਿਆ ਸਾਡੇ ਕਹਿੰਦੇ ਵੀ ਪੁਰਖੇ ਇੱਥੇ ਸਦੀਆਂ ਤੋਂ ਰਹਿ ਰਹੇ ਨੇ ਅੱਜ ਸਾਨੂੰ ਦੱਸਿਆ ਜਾ ਰਿਹਾ ਵੀ ਇਹ ਦੇਸ਼ ਤੁਹਾਡਾ ਨਹੀਂ ਹੈਗਾ ਵੀ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ ਮਤਲਬ ਕਿ ਇਸ ਕਿਸਮ ਦੇ ਕਹਿੰਦਾ ਵੀ ਡਰ ਵਿੱਚ ਔਰ ਉਹਦੇ ਵਿੱਚ ਰਹਿ ਰਹੇ ਆ ਅਸੀਂ ਵੀ ਜੇ ਅਸੀਂ ਬੋਲਦੇ ਆ ਤਾਂ ਸਾਡੇ ਖਿਲਾਫ ਹਮਲੇ ਹੁੰਦੇ ਨੇ ਜਾਂ ਸਾਨੂੰ ਦੋ ਨੰਬਰ ਦੇ ਸ਼ਹਿਰੀਆਂ ਵਾਂਗ ਸਾਨੂੰ ਬਗਾਨੇ ਜਾਂ ਸਾਡੇ ਤੇ ਵਾਇਰਲ ਵਿਜ਼ੂਅਲ ਜਾਂ ਜਿਹੜੇ ਫਿਜ਼ੀਕਲ ਅਟੈਕ ਆ ਉਹ ਕੀਤੇ ਜਾਂਦੇ ਨੇ ਤੇ ਮਿਸਟਰ ਦਿੱਤਿਆ ਭਟਾਚਾਰੀਆਂ ਨਾਲ ਉਹਨਾਂ ਨੇ ਗੱਲ ਕੀਤੀ ਆ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਦਿੱਲੀ ਯੂਨੀਵਰਸਿਟੀ ਚ ਵੀ ਉਹਨਾਂ ਨੇ ਪੜਾਇਆ ਹੈਗਾ ਤੇ ਉਹ ਉਹਨਾਂ ਨੇ ਪੰਡਤ ਨਹਿਰੂ ਦਾ ਹਵਾਲਾ ਦੇ ਕੇ ਆਖਿਆ ਵੀ ਪੰਡਤ ਨਹਿਰੂ ਨੇ ਇਹ ਪ੍ਰੋਡੈਕਟ ਕੀਤਾ ਸੀ ਵੀ ਜਿਸ ਦਿਨ ਭਾਰਤ ਵਿੱਚ ਫਾਸ਼ੀਜ਼ਮ ਵਧਿਆ ਤਾਂ ਉਹ ਮジョਰਿਟੀ ਕਮਿਊਨਿਟੀ ਦਾ ਫਾਸ਼ੀਜ਼ਮ ਹੋਊਗਾ ਵੀ ਉਹਨਾਂ ਨੇ ਉਦੋਂ ਪ੍ਰੋਡੈਕਟ ਕਰਤਾ ਸੀ ਉਦੋਂ ਭਵਿੱਖਬਾਣੀ ਕਰਤੀ ਸੀ ਵੀ ਭਾਰਤ ਵਿੱਚ ਜੇ ਕੋਈ ਫਾਸ਼ੀਜ਼ਮ ਪੈਦਾ ਹੋਇਆ ਤਾਂ ਬਹੁਗਿਣਤੀ ਹਿੰਦੂ ਭਾਈਚਾਰੇ ਦਾ ਜਿਹੜਾ ਫਾਸ਼ੀਜ਼ਮ ਉਹ ਪਾਇਦਾ ਹੋਗਾ ਤੇ ਉਹ ਕਹਿੰਦਾ ਵੀ ਇਹ ਸਾਨੂੰ ਲੱਗ ਰਿਹਾ ਹੈ ਕਿ ਜੇ ਅਗਲੇ 5-10 ਸਾਲਾਂ ਚ ਇਸ ਕਿਸਮ ਦਾ ਟ੍ਰੈਂਡ ਰਿਹਾ ਤਾਂ ਪ੍ਰੋਫੈਸਰ ਭੱਟਾਚਾਰੀਆ ਨੇ ਇਹ ਗੱਲ ਉਹਨੂੰ ਨਿਊਯਾਰਕ ਟਾਈਮਜ਼ ਦੇ ਰਿਪੋਰਟਰ ਨੂੰ ਆਖੀ ਆ ਤਾਂ ਵਿਦੇਸ਼ ਬਹੁਤ ਵੱਡੇ ਸੰਕਟ ਵੱਲ ਵਧਣ ਦੀ ਵੱਲ ਜਾ ਰਿਹਾ ਹੈਗਾ ਜਿਹਦੇ ਲਈ ਕਹਿੰਦਾ ਵੀ ਸਾਨੂੰ ਸਾਰਿਆਂ ਨੇ ਜਿੱਦਾਂ ਆਪਾਂ ਵੀ ਗੱਲ ਕੀਤੀ ਆ ਵੀ ਸਾਰੀਆਂ ਸਹਿਰਦਤਰਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਤਾਂ ਕਿ ਦੇਸ਼ ਦਾ ਜਿਹੜਾ ਡੈਮੋਕ੍ਰੈਟਿਕ ਫੈਬਰਿਕ ਆ ਉਹਨੂੰ ਕਿਤੇ ਨਾ ਕਿਤੇ ਬਚਾਇਆ ਜਾ ਸਕੇ ਹੂੰ ਹੂੰ ਬਿਲਕੁਲ ਹੀ ਅ ਔਰ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਇਸੇ ਤਰੀਕੇ ਦੇ ਨਾਲ ਨਿਊਜ਼ ਪੁਆਇੰਟ ਤੇ ਖਬਰਾਂ ਦੇ ਪਿੱਛੇ ਦੀ ਤੱਕ ਤੁਹਾਡੇ ਸਾਹਮਣੇ ਜਿਹੜਾ ਹੈ ਜਾਰੀ ਰਹੇਗਾ ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਹਾਂ ਦੀ ਬ੍ਰੇਕ ਤੋਂ ਬਾਅਦ ਇੱਕ ਫਰੀ ਫੇਰ ਆਪ ਜੀ ਦਾ ਸਵਾਗਤ ਹੈ ਤੇ ਹੁਣ ਆਪਾਂ ਚੱਲਦੇ ਹ ਕਾਫੀ ਸਾਰਾ ਜਿਹੜਾ ਮਾਹੌਲ ਹੈ ਉਹ ਗਰਮਾਇਆ ਹੋਇਆ ਹੈ ਤੇ ਅਵਤਾਰ ਸਿੰਘ ਜੀ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਕੀ ਅਗਲੀਆਂ ਕਾਰਵਾਈਆਂ ਜਿਹੜੀਆਂ ਹੋ ਰਹੀਆਂ ਨੇ ਪੰਜਾਬ ਚ ਇੱਕ ਤਰ੍ਹਾਂ ਨਾਲ ਹਲੇ ਅਸੀਂ ਦੇਖ ਰਹੇ ਹਾਂ ਵੀ ਇੰਨੀ ਜ਼ਿਆਦਾ ਸਰਗਰਮੀ ਸ਼ੁਰੂ ਨਹੀਂ ਹੋਈ ਇੱਕ ਤਾਂ ਹਲੇ ਵੋਟਾਂ ਦੇ ਦੇਰ ਨਾਲ ਪੈਣੀਆਂ ਨੇ ਮਹੀਨਾ ਕੋਈ ਨਹੀਂ ਹੋਈ ਹਾਂ ਪਰ ਹੁਣ ਜਿਸ ਤਰ੍ਹਾਂ ਦੀ ਤੇਜ਼ੀ ਆਉਣੀ ਚਾਹੀਦੀ ਸੀ ਉਸ ਤਰ੍ਹਾਂ ਦਾ ਰਾਮ ਰੌਲਾ ਸ਼ੁਰੂ ਨਹੀਂ ਹੋਇਆ ਤੇ ਦੂਜਾ ਸਾਨੂੰ ਇਹ ਵੀ ਲੱਗ ਰਿਹਾ ਵੀ ਹੁਣ ਦੋ ਤਰ੍ਹਾਂ ਦੀਆਂ ਸੁਭਾਵਨਾਵਾਂ ਨਾ ਉਦੇਚੋ ਦੇਖ ਰਿਹਾ ਵੀ ਇੱਕ ਤਾਂ ਹੋ ਸਕਦਾ ਆਕਾਲੀ ਦਲ ਨੇ ਸਮਝੌਤਾ ਕਰ ਲਿਆ ਹੋਇਆ ਹੂੰ ਹੂੰ ਵੀ ਆਕਾਲੀ ਦਲ ਦੀ ਜਿਹੜੀ ਪੈਟਰਨ ਹੈ ਕਿਉਂਕਿ ਕਾਂਗਰਸ ਦਾ ਰਾਜ ਹੈਗਾ ਤੇ ਆਕਾਲੀ ਦਲ ਇਹ ਮੰਨ ਰਿਹਾ ਇਹ ਆਪਾਂ ਵੀ ਮੰਨ ਰਹੇ ਹਾਂ ਵੀ ਜਿਹਦੀ ਸਰਕਾਰ ਹੁੰਦੀ ਹੈ ਜੀ ਲੋਕ ਉਹਨੂੰ ਹੀ ਵੋਟਾਂ ਪਾਉਂਦੇ ਆ ਜੇ ਸਰਕਾਰ ਜਿਹੜੀ ਜਿਹੜੀ ਸਟੇਟ ਸਰਕਾਰ ਆ ਨਾ ਉਹਨੂੰ 6-7 ਕੁ ਮਹੀਨੇ ਰਹਿੰਦੇ ਹੋਣ ਖਤਮ ਹੋਣ ਚ ਫਿਰ ਲੋਕ ਆਪਣਾ ਮਨ ਬਦਲ ਲੈਂਦੇ ਹੁੰਦੇ ਆ ਪਰ ਲੋਕ ਸਭਾ ਇਲੈਕਸ਼ਨਾਂ ਜਾਂ ਵਿਧਾਨ ਸਭਾ ਇਲੈਕਸ਼ਨਾਂ ਖਾਸ ਕਰਕੇ ਲੋਕ ਸਭਾ ਜਦ ਤਾ ਇਹ ਹੁੰਦਾ ਵੀ ਉਹ ਆਪਣੇ ਐਮਐਲਐਸ ਦੇ ਕਹਿਣ ਤੇ ਐਮਐਲਐਸ ਵੀ ਸਰਪੰਚਾਂ ਨੂੰ ਕਹਿ ਦਿੰਦੇ ਆ ਉਹਦੇ ਆਧਾਰ ਤੇ ਕਹਿਣ ਤੇ ਜਿੱਦਾਂ ਜਿਹੜੀਆਂ ਵੋਟਾਂ ਟੋਪ ਟੂ ਬਾਟਮ ਹਾਇਰਾਰਕੀ ਵਾਲਾ ਹਾਂ ਹਾਇਰਾਰਕੀ ਕਾਲ ਹੈਗਾ ਤੇ ਪਾਰਟੀਆਂ ਦਾ ਵੀ ਆਪਾਂ ਦੇਖ ਰਹੇ ਆ ਵੀ ਪਾਰਟੀਆਂ ਨਾ ਜੀ ਹੁਣ ਕੋਈ ਪਾਰਟੀਆਂ ਨਹੀਂ ਰਹਿ ਗਈਆਂ ਹੂੰ ਹੂੰ ਇਹ ਇਕੱਲੇ ਮੈਂ ਪੰਜਾਬ ਦੀ ਗੱਲ ਨਹੀਂ ਕਰ ਰਿਹਾ ਹੂੰ ਉਹਨੇ ਭਾਰਤ ਵਿੱਚੇ ਹੁਣ ਤਾਂ ਇੱਕ ਤਰ੍ਹਾਂ ਨਾਲ ਕਾਰਪੋਰੇਸ਼ਨਸ ਬਣ ਗਈਆਂ ਨੇ ਵੀ ਜਿੱਦਾਂ ਐਮਾਜ਼ਨ ਆ KFC ਆ ਮੈਕਡੋਨਲਡਸ ਆ ਇਹ ਬਦਦੀਆਂ ਮਲਟੀਨੇਸ਼ਨਲ ਕੰਪਨੀਆਂ ਬਣ ਗਿਆ ਨੇ ਉਹਦੇ ਚ ਜਿਹੜਾ ਪ੍ਰਧਾਨ ਆ ਉਹ ਤਾ ਨਾਲ ਸੀਓ ਬਣਿਆ ਹੋਇਆ ਹੂੰ ਹੂੰ ਤੇ ਬਕਾਇਦਾ ਉਹਨੇ ਫਿਰ ਥੱਲੇ ਅਫਸਰ ਚਾਹੀ ਜਿਹੜੇ ਰਿਟਾਇਰ ਹੋਏ ਅਫਸਰ ਨੇ ਇਹ ਆ ਦਰਬਾਰਾ ਸਿੰਘ ਗੁਰੂ ਆ ਗਿਆ ਆ ਮੁਹੰਮਦ ਅਜਹਾਰ ਆਲਮ ਆ ਗਿਆ ਜੀ ਆ ਮੇਸ਼ਿੰਦਰ ਸਿੰਘ ਆ ਗਿਆ ਜੀ ਜਿੰਨੇ ਵੀ ਅਫਸਰ ਅਫਸਰ ਨੇ ਉਹ ਭਾਰਤੀ ਕਰਕੇ ਵੀ ਟੈਕਨੀਕਲ ਕੰਮ ਜਾਂ ਤੁਸੀਂ ਦੇਖੀ ਜਾਇਓ ਤੁਹਾਨੂੰ ਅਸੀਂ ਅਹੁਦੇ ਦੇ ਦੇਣੇ ਆ ਉਹਨਾਂ ਨੇ ਉਹ ਇੱਕ ਤਰ੍ਹਾਂ ਨਾਲ ਕਾਰਪੋਰੇਸ਼ਨਾਂ ਵਾਂਗ ਚਲਾ ਰਹੇ ਆ ਤੇ ਪਾਰਟੀਆਂ ਦੀ ਕੋਈ ਆਪਣੀ ਸਿਧਾਂਤਕ ਉਹ ਨਹੀਂ ਰਹੀ ਮੇਜਦਾ ਕਾਲੇ ਦਲ ਦਾ ਸੀਗਾ ਵੀ ਪੰਜਾਬ ਦੇ ਹਿੱਤਾਂ ਹੱਕਾਂ ਲਈ ਐ ਸਿੱਖਾਂ ਦੇ ਹੱਕਾਂ ਲਈ ਲੜਨਾ ਉਹ ਕਾਲੇ ਦਲ ਦਾ ਕਦੋਂ ਦਾ ਹੀ ਵਿਸਾਰ ਚੁੱਕਿਆ ਸਿੱਖਾਂ ਨੇ ਹੱਕਾਂ ਦੇ ਜੀ 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 ਲਗਾਤਾਰ 1995 ਤੋਂ ਬਾਅਦ ਹੀ ਆਪਾਂ ਦੇਖ ਸਕਦੇ ਆਂ ਵੀ ਉਹਦਾ ਕੋਈ ਉਹ ਵਕਤ ਉਹ ਪਾਰਟੀ ਨਹੀਂ ਹੁਣ ਕੰਪਨੀ ਆ ਇਹ ਈਵਨ ਕਾਂਗਰਸ ਵੀ ਇਸ ਤਰ੍ਹਾਂ ਹੀ ਕੰਪਨੀ ਆ ਜੀ ਵੀ ਕਾਂਗਰਸ ਦੇ ਵੀ ਕੋਈ ਸਿਧਾਂਤ ਨਹੀਂ ਹੈ ਨਾ ਕਿਸੇ ਪਾਰਟੀ ਦਾ ਵੀ ਹੁਣ ਤੇ ਤੁਸੀਂ ਦੇਖੋ ਵੀ ਕਿਹੜੇ ਬੰਦੇ ਕਿੱਧਰੋਂ ਆ ਰਹੇ ਨੇ ਜਿਹੜੇ ਹਿੰਦਰ ਸਿੰਘ ਖਾਲਸਾ ਭਾਜਪਾ ਚ ਰੜ ਗਏ ਜਾਨੀ ਕੋਈ ਸਿਧਾਂਤ ਸਦੂਤ ਨਹੀਂ ਜਸਟ ਇੱਕ ਕਮਰਸ਼ੀਅਲਾਈਜੇਸ਼ਨ ਆਫ ਪੋਲਿਟਿਕਸ ਹੋ ਗਿਆ ਹੋਇਆ ਜੀ ਠੀਕ ਸੋ ਉਹਦੇ ਚ ਸਾਨੂੰ ਲੱਗਦਾ ਵੀ ਆਕਾਲੀ ਦਲ ਨੇ ਲੋਕ ਸਭਾ ਲਈ ਇੱਕ ਤਰ੍ਹਾਂ ਨਾਲ ਹੋ ਸਕਦਾ ਕੈਪਟਨ ਉਹਨਾਂ ਨਾਲ ਕੋਈ ਸਮਝੌਤਾ ਹੋਇਆ ਹੋਵੇ ਹੂੰ ਹੂੰ ਵੀ ਬਠਿੰਡੇ ਵਾਲੀ ਸੀਟ ਆ ਇੱਕ ਅੱਦੇ ਹੋਰ ਸੀਟ ਆ ਜਿਹੜੀ ਹੂੰ ਹੂੰ ਵੀ ਉਹ ਸਾਡੇ ਲਈ ਛੱਡ ਦਿਓ ਬਾਕੀ ਸਾਰੀਆਂ ਤੁਸੀਂ ਲੈ ਜਿਓ ਵੀ ਇਸ ਤਰ੍ਹਾਂ ਇੱਕ ਤਾਂ ਆਕਾਲੀ ਦਲ ਦਾ ਇਹ ਸਮਝ ਆਉਂਦਾ ਜਾਂ ਦੂਜਾ ਉਹਨਾਂ ਨੂੰ ਆਪ ਹੀ ਲੱਗਦਾ ਵੀ ਲੋਕ ਸਭਾ ਚ ਇੰਨੀ ਸ਼ਕਤੀ ਲਾਉਣ ਦੀ ਲੋੜ ਨਹੀਂ ਮਲੋ ਬਿਨਰਜੀ ਵੇਸਟ ਹੋ। ਵੀ ہاں ਵੀ એનર્ਜੀ ਵੇਸਟ ਨਾ ਕਰੋ ਜਿੰਨੀਆਂ ਕਾਗੀਆਂ ਮਾੜਾ ਮੋਟਾ ਕਰ ਲਓ ਉਨਾਂ ਕ ਅਕਾਲੀ ਦਲ ਦਾ ਵੋਟ ਬੈਂਕ ਪੱਕਾ ਹੀ ਪਿਆ ਹੈ। ਕਾਂਗਰਸ ਦਾ ਵੀ ਪੱਕਾ ਹੈਗਾ। ਤੇ ਉਹਦੇ ਚੋਂ ਜਿਹੜਾ ਇਹ ਉਹ ਡਰੇ ਹੋਈ ਆਪਾਂ ਕਹਿ ਸਕਦੇ ਵੀ ਲੀਡਰਸ਼ਿਪ ਜ਼ਿਆਦੇ ਡਰੀ ਹੋਈ ਆ ਵਰਕਰ ਨਹੀਂ ਡਰੇ ਹੋਏ। ਵਰਕਰਾਂ ਨੇ ਡਟ ਕੇ ਅਕਾਲੀ ਦਲ ਨੂੰ ਵੋਟ ਪਾਉਣੀ ਆ ਔਰ ਸਾਡੇ ਇਹ ਵੀ ਸਾਡਾ ਸੋਚਣਾ ਵੀ 5 ਸਾਲਾਂ ਬਾਅਦ ਅਕਾਲੀ ਦਲ ਦੀ ਨਵੀਂ ਸਰਕਾਰ ਇੱਥੇ ਬਣਨ ਜਾ ਰਹੀ ਆ। ਪੰਜਾਬ ਵਿੱਚ ਕੋਈ ਉਹਨਾਂ ਨੂੰ ਡਰ ਨਹੀਂ ਬੜੇ ਵੇਖ ਆਫ ਹੋ ਕੇ ਉਹ ਸਰਕਾਰ ਬਣਾਉਣਗੇ। ਇੰਨਾ ਜ਼ਿਆਦਾ ਵੋਟਾਂ ਦਾ ਉਹਨਾਂ ਖਤਰਾ ਨਹੀਂ। ਉਸ ਲਈ ਹੁਣ ਜਿਹੜਾ ਇਹ VOTING ਦਾ ਸਿਸਟਮ ਲੋਕ ਸਭਾ ਲਈ ਆਪਾਂ ਨੂੰ ਨਜ਼ਰ ਆ ਰਿਹਾ ਉਹਦੇ ਚ ਸਮਝੌਤਾਵਾਦੀ ਵੱਧ ਸਮਝ ਆ ਰਿਹਾ ਸਿਧਾਂਤਕ ਨਹੀਂ ਹੈਗਾ ਉਹਦੇ ਚ ਇਹ ਹੈਗਾ ਵੀ ਕਾਂਗਰਸ ਲੈ ਜਾਏਗੀ ਅੱਧਾ ਸੀਟਾਂ ਲੈ ਜਾਏਗੀ ਇੱਕ ਦੋ ਇਹਨਾਂ ਨੂੰ ਦੇ ਦੂਗੀ ਇੱਕ ਅੱਧੀ ਕਿਤੇ ਸੀਟ ਹੈਗੀ ਆ ਜਿਹੜੀ ਕਿਸੇ ਤੀਜੇ ਧਰ ਨੂੰ ਤੇਰੇ ਨੂੰ ਜਾਵੇ ਬਾਕੀ ਸਾਨੂੰ ਨਹੀਂ ਲੱਗਦਾ ਵੀ ਕੋਈ ਬਹੁਤਾ ਬਦਲ ਫੇਰ ਹੋਊਗਾ 10% ਤੱਕ ਮੰਨ ਲੱਗਦੀ ਕਾਂਗਰਸ ਲੈ ਜਾਏਗੀ ਤੇ ਅਵਧਾਰ ਸਿੰਘ ਜੀ ਕਾਫੀ ਸਾਰੇ ਜਿਹਾ ਆਪਾਂ ਕੀ ਕਿ ਲੀਡਰਸ ਪਾਰਟੀਆਂ ਬਦਲ ਰਹੇ ਨੇ ਤੇ ਇਹਨਾਂ ਦੇ ਵਿੱਚ ਜਿਹੜਾ ਹੁਣ ਜਗਮੀਤ ਸਿੰਘ ਬਰਾੜ ਦਾ ਜਿਹੜਾ ਨਾਮ ਆ ਰਿਹਾ ਹੈ ਜਗਮੀਤ ਸਿੰਘ ਬਰਾੜ ਅਕਾਲੀ ਦਲ ਦੇ ਵਿੱਚ ਜਿਹੜੇ ਸ਼ਾਮਿਲ ਹੋਏ ਨੇ ਪਹਿਲਾਂ ਇਹਨਾਂ ਨੇ ਤ੍ਰਿਣਮੂਲ ਕਾਂਗਰਸ ਜਿਹੜੀ ਹੈ ਉਹ ਪਿਛਲੇ ਸਾਲ ਇਹਨਾਂ ਨੇ ਉੱਧਰ ਤੋਂ ਅਸਤੀਫਾ ਦਿੱਤਾ ਸੀ ਕੀ ਕਹੋਗੇ ਇਹਨਾਂ ਦੇ ਬਾਰੇ ਹਾਂ ਜੀ ਉਹਨਾਂ ਦਾ ਬੜਾ ਵੱਡਾ ਕ੍ਰਾਈਸਿਸ ਆ ਬੜਾ ਕਾਬਲ ਲੀਡਰ ਸੀਗਾ ਹਮ ਹਮ ਬੋਲਣ ਦੇ ਮਾਮਲੇ ਵਿੱਚ ਵੀ ਜਾਂ ਲੀਡ ਕਰਨ ਦੇ ਮਾਮਲੇ ਵਿੱਚ ਵੀ ਦੂਜਾ ਹੈਗਾ ਵੀ ਇਮਾਨਦਾਰ ਵੀ ਬਹੁਤ ਸੀ ਜੀ 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 ਤੇ ਆਪਾਂ ਇਹ ਕਹਿ ਸਕਦੇ ਆ ਵੀ ਬੰਦੇ ਨੇ ਇੰਨੇ ਸਾਲਾਂ ਚ ਪੋਲਿਟਿਕਸ ਕਰਨ ਦੇ ਹਾਲਾਂਕਿ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਹੈਗੇ ਆ ਤੇ ਕਾਂਗਰਸ ਦੀ ਲੀਡਰਸ਼ਿਪ ਵੀ ਕਿਸੇ ਵੇਲੇ ਤੂਤੀ ਬੋਲਦੀ ਸੀ ਸੈਂਟਰਲ ਲੀਡਰਸ਼ਿਪ ਚ ਪਰ ਉਸ ਮੁਕਾਬਲੇ ਤੇ ਕਦੀ ਉਹਨਾਂ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਬੜੀ ਸਾਫ ਸੁਥਰੀ ਰਾਜਨੀਤੀ ਕੀਤੀ ਆ ਤੇ ਇੱਕ ਤਰ੍ਹਾਂ ਨਾਲ ਪੰਜਾਬ ਦੇ ਹੱਕਾਂ ਹਿੱਤਾਂ ਲਈ ਵੀ ਖੜੇ ਆ ਪਰ ਹੁਣ ਆ ਪਿਛਲੇ 15 ਸਾਲਾਂ ਤੋਂ 10 15 ਸਾਲਾਂ ਤੋਂ ਜਿੱਦਾਂ ਕਾਂਗਰਸ ਨੇ ਤੇ ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਨੁਕਰੇ ਲਾ ਦਿੱਤਾ ਸੀ ਉਹਦੇ 'ਚ ਹੁਣ ਮਨ ਲੱਗਦਾ ਵੀ ਆਖਰੀ ਉਮਰ ਇਹ ਬੰਦੇ ਨੂੰ ਲੱਗਦਾ ਆਇ ਤਾਂ ਨਹੀਂ ਵੀ ਕਹਿ ਸਕਦੇ ਉਹ ਆਖਰੀ ਉਮਰ ਇਹ ਪਰ ਇੱਕ ਤਰ੍ਹਾਂ ਨਾਲ ਪੋਲੀਟਿਕਲੀ ਦਾ ਬਹੁਤ ਵੱਡਾ ਗੈਪ ਪੈ ਗਿਆ ਨਾ ਪੋਲੀਟਿਕਲੀ ਲਾਸਟ ਫੇਸ ਆਪਾਂ ਕਹਿੰਦੇ ਹਾਂ ਲਾਸਟ ਫੇਸ ਉਹਦੇ 'ਚੋਂ ਲੱਗਦਾ ਵੀ ਕਿਤੇ ਨਾ ਕਿਤੇ ਐਮਐਲਏ ਬਣ ਜਾਵਾ ਹੁਣ ਕਿਉਂਕਿ ਲਗਦਾ ਨਾ ਕੋਈ ਪੁਛ ਪ੍ਰਤੀਤ ਆ ਨਾ ਇਲਾਕੇ 'ਚ ਕੋਈ ਪੁਛਦਾ ਘਰੇ ਬੈਠਾ ਸੀ ਬ ਅਕਾਲੀ ਦਲ ਦੀ ਲੋੜ ਸੀ ਹਾਂ ਹਾਂ ਅਕਾਲੀ ਦਲ ਕੋਲ ਬੁਲਾਰੇ ਨਹੀਂ ਹੈਗੇ ਹਾਂ ਹਾਂ ਹੁਣ ਸਾਰੀ ਥਾਵਾਂ ਤੇ ਸੁਖਬੀਰ ਸਿੰਘ ਬਾਦਲ ਤੇ ਮਜੀਠੀ ਉਹਨਾਂ ਨੂੰ ਭੇਜਿਆ ਜਾਂਦਾ ਹੈ ਤੇ ਫਿਰ ਵੀ ਬੰਦੇ ਕਿ ਹੱਡ ਮਾਸ ਦੇ ਪੁਤਲੇ ਆ ਥੱਕ ਜਾਂਦੇ ਆ ਸਾਰਾ ਦਿਨ ਕੰਮ ਕਰਨਾ ਆ ਜਿਸ ਤਰ੍ਹਾਂ ਨਾ ਉਹਦੇ ਚੋਂ ਉਹਨਾਂ ਨੂੰ 5-10 ਬੁਲਾਰਿਆਂ ਦੀ ਜਿਹੜੀ ਲੋੜ ਆ ਉਹਦੇ ਚੋਂ ਜਗਮੀਤ ਸਿੰਘ ਬਰਾੜ ਜਿਹੜੇ ਬੁਲਾਰੇ ਬਹੁਤ ਅੱਛੇ ਨੇ ਸੋ ਮੇਰਾ ਖਿਆਲ ਦੋਹਾਂ ਧਿਰਾਂ ਦੀ ਉਹ ਲੋੜ ਸੀ ਉਹਦੇ ਚੋਂ ਸਿਧਾਂਤ ਹੁਣ ਕੋਈ ਨਹੀਂ ਹਾਂ ਉਹ ਇੱਕ ਤਰ੍ਹਾਂ ਨਾਲ ਕਾਂਗਰਸ ਨੂੰ ਬਹੁਤ ਦੇਰ ਦੇ ਛੱਡ ਚੁੱਕਿਆ ਵੱਡੇ ਗੈਪ ਤੋਂ ਬਾਅਦ ਅਕਾਲੀ ਦਲ ਚ ਆਇਆ ਹਾਂ ਤੇ ਹੋ ਸਕਦਾ ਉਹ ਅਕਾਲੀ ਦਲ ਉਹਨਾਂ ਨੂੰ ਦਊ ਗਾਜਦਾਨੀ ਪ੍ਰਕਾਸ਼ ਸਿੰਘ ਬਾਦਲ ਇਹ ਜਿਹੇ ਬੰਦਿਆਂ ਦੀ ਤਾਂ ਜਿਹੜੇ ਉਹਨਾਂ ਦੇ ਫੋਲਡ ਵਿੱਚ ਆ ਜਾਂਦੇ ਆ ਈਵਨ ਬਾਦਲ ਸਾਹਿਬ ਆਪ ਗਏ ਨੇ ਵੱਡੇ ਬਾਦਲ ਨਾ ਤੇ ਸੁਖਬੀਰ ਸਿੰਘ ਬਾਦਲ ਵੀ ਗਏ ਆ ਤੇ ਉਹਦੇ ਚੋਂ ਉਹਨਾਂ ਨੂੰ ਕਿਤੇ ਨਾ ਕਿਤੇ ਦਾ ਉਹ ਐਡਜਸਟ ਕਰਨ ਗਏ ਤੇ ਆਖਰੀ ਫੇਸ ਆ ਜਿਹੜਾ ਉਹਨਾਂ ਦਾ ਉਹ ਅਕਾਲੀ ਦਲ ਵਿੱਚ ਉਹ ਸ਼ਾਮਲ ਹੋ ਗਏ ਹੋਏ ਆ ਤੇ ਅਵਤਾਰ ਸਿੰਘ ਜੀ ਇਸ ਤੋਂ ਬਾਅਦ ਕੈਪਟਨ ਮਰਿੰਦਰ ਸਿੰਘ ਵੱਲੋਂ ਆਪਣੀ ਜਿਹੜੀ ਇੱਕ ਚੈਟ ਹੈਗੀ ਇਹਨਾਂ ਦੇ ਨਾਲ ਉਹ ਵੀ ਨਸ਼ਰ ਕੀਤੀ ਗਈ ਆ ਕਿ ਇਹਨਾਂ ਦੇ ਮੈਨੂੰ ਮੈਸੇਜੇਜ਼ ਆਉਂਦੇ ਸਨ ਕਾਂਗਰਸ ਦੇ ਵਿੱਚ ਸ਼ਾਮਲ ਕਰਨ ਲਈ ਦੇਖੋ ਜੀ ਹੁਣ ਹਰ ਇੱਕ ਬੰਦਾ ਤਰਲਾ ਮਾਰਦਾ ਜਾਂ ਯਤਨਤਾ ਕਰਦਾ ਹੀ ਆ ਤੇ ਹੁਣ ਇਹ ਇਹ ਅਸੀਂ ਕਹਿ ਸਕਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਰਿਵੀਲ ਨਹੀਂ ਸੀ ਕਰਨੀ ਚਾਹੀਦੀ ਇੱਕ ਚੰਗਾ ਲੀਡਰ ਐਦਾਂ ਨਹੀਂ ਕਰਦਾ ਹੁੰਦਾ ਜਿਹੜੇ ਬਿਹਾਈਂਡ ਦੀ ਸੀਨਸ ਹੁੰਦੀਆਂ ਨਾ ਉਹ ਪਰਸਨਲ ਕਨਵਰਸੇਸ਼ਨ ਵੀ ਹੁੰਦੀਆਂ ਉਹ ਬਿਹਾਈਂਡ ਦੀ ਸੀਨ ਜਿਹੜੇ ਨਹੀਂ ਚਾਹੀਦੀ ਇਹ ਮੈਜਰ ਲੀਡਰਸ਼ਿਪ ਦੇ ਨਿਸ਼ਾਨ ਨਹੀਂ ਕੈਪਟਨ ਅਮਰਿੰਦਰ ਸਿੰਘ ਦਾ ਇਹ ਚਾਈਲਡਿਸ਼ ਵਿਊ ਹੈਗਾ ਠੀਕ ਆ ਉਹ ਯਤਨ ਕਰਦੇ ਰਹੇ ਤੁਸੀਂ ਉਹਨਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ ਤੇ ਫਿਰ ਅਗਲੇ ਨੇ ਕਿ ਤਰ੍ਹਾਂ ਕੀਤਾ ਤੁਹਾਡਾ ਇੱਕ ਤਰ੍ਹਾਂ ਨਾਲ ਤੁਹਾਡੀ ਐਰੋਗੈਂਸ ਸੀ ਜੀ 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 ਕਾਂਗਰਸ ਪਾਰਟੀ ਨੇ ਇੱਕ ਚੰਗਾ ਬੁਲਾਰਾ ਤੇ ਚੰਗਾ ਇਮਾਨਦਾਰ ਤੇ ਵਿਦਵਾਨ ਲੀਡਰ ਕੋ ਆਇਆ ਇਹ ਸੈਕੰਡ ਲੀਡਰ ਆ ਵੀਰ ਦਵਿੰਦਰ ਸਿੰਘ ਤੋਂ ਬਾਅਦ ਜੀ 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 ਵੀਰ ਦਵਿੰਦਰ ਸਿੰਘ ਵਰਗਾ ਇੱਕ ਤਰ੍ਹਾਂ ਨਾਲ ਆਕਾਪਾ ਕਹਿ ਸਕਦੇ ਨੇ ਵਿਦਵਾਨ ਲੀਡਰ ਕਾਂਗਰਸ ਨੇ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੀ ਐਰੋਗੈਂਸ ਨਾਲ ਉਹਦੇ ਹੈਂਕੜਬਾਜੀ ਨਾਲ ਉਹਨਾਂ ਨੂੰ ਕਾਂਗਰਸ ਚੋਂ ਕੱਢਿਆ ਗਿਆ ਤੇ ਅੱਜ ਜੇ ਦੂਜੀ ਆਪਣੇ ਬਰਾੜ ਸਾਹਿਬ ਜਗਮੀਤ ਸਿੰਘ ਬਰਾੜ ਕਾਂਗਰਸ ਛੱਡ ਕੇ ਗਏ ਨੇ ਤਾਂ ਅਸੀਂ ਕਹਿ ਸਕਦੇ ਆਂ ਵੀ ਇਹ ਕੈਪਟਨ ਵਿੰਦਰ ਸਿੰਘ ਦੀ ਹੈਂਕੜਵਾਜੀ ਜਾਂ ਜਾਂ ਸੈਂਟਰਲ ਲੀਡਰਸ਼ਿਪ ਦੀ ਅਗਨੋਰੈਂਸ ਆ ਖਾਸ ਕਰਕੇ ਸੈਂਟਰ ਲੀਡਰਸ਼ਿਪ ਨੂੰ ਉਹਨਾਂ ਤੇ ਧਿਆਨ ਰੱਖਣਾ ਚਾਹੀਦਾ ਸੀ ਬੀਬੀ ਸੋਨੀਆ ਗਾਂਧੀ ਨਾਲ ਜਗਮੀਤ ਸਿੰਘ ਦੇ ਬੜੇ ਚੰਗੇ ਸਬੰਧ ਰਹੇ ਆ ਜੇ ਸਟੇਟ ਦੀ ਲੀਡਰਸ਼ਿਪ ਨਾਲ ਉਹਨਾਂ ਦਾ ਕੋਈ ਪਰਸਨਲ ਸੀ ਇਗਨੋਰ ਕਰਦੀ ਹੋਵੇ ਸੀ ਤਾਂ ਘੱਟੋ ਘੱਟ ਸੈਂਟਰਲ ਲੀਡਰਸ਼ਿਪ ਨੂੰ ਚਾਹੀਦਾ ਸੀ ਵੀ ਉਹ ਬੁਲਾਵੇ ਵੀਰ ਜਗਮੀਤ ਸਿੰਘ ਨੇ ਆ ਰਿਹਾ ਜਿਹੜਾ ਕਾਬਲ ਲੀਡਰ ਹੁੰਦਾ ਉਹਨੂੰ ਕੱਲੇ ਕੱਲੀ ਸਟੇਟ ਦਾ ਪਤਾ ਹੁੰਦਾ ਵੀ ਕਿਹੜਾ ਲੀਡਰ ਮੇਰੀ ਕਾ ਉਹ ਔਰ ਇੱਕ ਤਰ੍ਹਾਂ ਨਾਲ ਕਿਚਨ ਕੈਬਨਟ ਵਿੱਚ ਸੀਗੇ ਸੋਨੀਆ ਗਾਂਧੀ ਦੀ ਉਹ ਜੀ ਜੀ ਤੇ ਸੋਨੀਆ ਗਾਂਧੀ ਨੇ ਮੁੜ ਕੇ ਬਾਤ ਹੀ ਨਹੀਂ ਪੁੱਛੀ ਉਹਨਾਂ ਦੀ ਹਮ ਹਮ ਤੇ ਅਸੀਂ ਸਮਝਦੇ ਹਾਂ ਵੀ ਇਹ ਕਾਂਗਰਸ ਪਾਰਟੀ ਦਾ ਨੈਸ਼ਨਲ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਇੱਕ ਫੇਲਿਅਰ ਆ ਜੇ ਜਗਮੀਤ ਸਿੰਘ ਬਰਾੜ ਨੂੰ ਅੱਜ ਥੱਕ ਟੁੱਟ ਕੇ ਇੰਨੇ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਜਿਉਹਨਾਂ ਨੂੰ ਕਦਮ ਚੁੱਕਣਾ ਪਿਆ ਤੇ ਕਾਂਗਰਸ ਦਾ ਨੈਸ਼ਨਲ ਔਰ ਸਟੇਟ ਲੈਵਲ ਦਾ ਫੇਲਰ ਹੈਗਾ ਬਿਲਕੁਲ ਜੀ ਔਰ ਜਿਹਾ ਪਾ ਕੀ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਗੱਲ ਕਰੀਏ ਤੇ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਸ ਦੀ ਪੰਥਕਲਕਿਆਂ ਦੇ ਵਿੱਚ ਵੀ ਗੱਲਬਾਤ ਜਿਹੜੀ ਹੈ ਉਹ ਹੁੰਦੀ ਪਈ ਹੈ ਤੇ ਹੁਣ ਜਿਹੜਾ ਅਫੀਸ਼ੀਅਲ ਅਨਾਉਂਸਮੈਂਟ ਉਸ ਸੀਟ ਤੋਂ ਹੋਇਆ ਹੈਗਾ ਕਿ ਅਕਾਲੀ ਦਲ ਟਕਸਾਲੀ ਰਣਜੀਤ ਸਿੰਘ ਬ੍ਰਹਮਪੁਰਾ ਹੋਣਾ ਵਾਲਾ ਉਹਨਾਂ ਨੇ ਜਿਹੜਾ ਆਪਣਾ ਕੈਂਡੀਡੇਟ ਹੈ ਆਫੀਸ਼ੀਅਲ ਤੌਰ ਤੇ ਜਿਹੜਾ ਹੈ ਜਰਨਲ ਜੇਜੇ ਸਿੰਘ ਉਥੋਂ ਖੜੇ ਸਨ ਉਹਨਾਂ ਨੂੰ ਉਥੋਂ ਵਾਪਸ ਲੈ ਲਿਆ ਤੇ ਦੁਬਾਰਾ ਉਹਨਾਂ ਨੇ ਜਿਹੜਾ ਉਹ ਬੀਬੀ ਖਾਲੜਾ ਦੀ ਜਿਹੜੀ ਹੈ ਹਮਾਇਤ ਉਹਨਾਂ ਨੇ ਕੀਤੀ ਹੈਗੀ ਆ ਅਵਤਾਰ ਸਿੰਘ ਜੀ ਕਿਸ ਤਰੀਕੇ ਨਾਲ ਤੁਸੀਂ ਲੈਨੇ ਆ ਚਲੋ ਇਹ ਜਿਸ ਤਰ੍ਹਾਂ ਉਹਨਾਂ ਨੇ ਵਾਪਸ ਲਿਆ ਬਹੁਤ ਸਾਰੇ ਪਾਸਿਆਂ ਤੋਂ ਆਵਾਜ਼ ਉੱਠ ਰਹੀ ਸੀਗੀ ਹੂੰ ਹੂੰ ਤੇ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਜੀ ਬੀਬੀ ਪਰਮਜੀਤ ਕੌਰ ਦੀ ਜਿਹੜੀ ਚੋਣ ਮਹਿਮ ਚਲਾ ਰਹੀਆਂ ਨੇ ਉਹਨਾਂ ਨੇ ਅਪੀਲ ਕੀਤੀ ਸੀ ਤੇ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਨੇ ਚਲੋ ਇਹ ਮੰਨ ਲਈ ਹੋਈ ਹੈ ਇਹਦਾ ਸਵਾਗਤ ਕਰਨਾ ਬਣਦਾ ਪਰ ਜਿਹੜੀਆਂ ਬਿਹਾਈਂਡ ਦੀ ਸੀਨਸ ਨੇ ਜਦੋਂ ਉਹਨਾਂ ਦੇ ਲੀਡਰਸ਼ਿਪ ਨਾਲ ਆਫ ਦੀ ਰਿਕਾਰਡ ਗੱਲ ਕਰਦੇ ਆ ਤਾਂ ਉਹ ਜਿਹੜੀ ਸਚਾਈ ਆ ਉਹ ਆਪ ਹੀ ਦੱਸ ਦਿੰਦੇ ਨੇ ਉਹ ਕਹਿੰਦੇ ਵੀ ਅਸੀਂ ਕੋਈ ਸੀਟ ਜਿੱਤਣ ਦੀ ਸਥਿਤੀ ਵਿੱਚ ਨਹੀਂ ਸੀ ਹੂੰ ਹੂੰ ਟਕਸਾਲੀ ਅਕਾਲੀਆਂ ਦੇ ਜਿਹੜੀ ਲੀਡਰਸ਼ਿਪ ਆਫ ਦੀ ਰਿਕਾਰਡ ਇਹ ਗੱਲ ਕਰਦੀ ਵੀ ਅਸੀਂ ਨਹੀਂ ਸੀ ਜਿੱਤਣ ਦੀ ਸਥਿਤੀ ਵਿੱਚ ਜੇ ਰਣਜੀਤ ਸਿੰਘ ਬਰੰਪੂਰਾ ਹੁਣ ਤੱਕ ਐਮਪੀ ਬਣਦੇ ਰਹੇ ਉਹ ਅਕਾਲੀ ਦਲ ਕਰਕੇ ਹੀ ਬਣਦੇ ਰਹੇ ਹੂੰ ਹੂੰ ਠੀਕ ਹੈ ਨਾ ਰਣਜੀਤ ਸਿੰਘ ਬ੍ਰਹਮਪੁਰ ਦਾ ਜੇ ਆਧਾਰ ਹੈ ਤਾਂ ਦੋ ਵਿਧਾਨ ਸਭਾ ਹਲਕਿਆਂ ਵਿੱਚ ਹੈ ਜੀ ਉਤੋਂ ਜ਼ਿਆਦੇ ਨਹੀਂ ਹੂੰ ਹੂੰ ਸੋ ਦੇ ਔਰ ਨਾਟ ਗੋਇੰਗ ਟੂ ਵਿਨ ਦੈਟ ਸੀਟ ਹੈ ਨਾ ਸੇਸ ਕਰਕੇ ਉਹਨਾਂ ਨੇ ਦੇਖਿਆ ਵੀ ਇਹ ਵੱਡੀ ਹਾਰ ਜਾਂ ਜਮਾਨਤਾ ਜ਼ਬਤ ਕਰਾਉਣ ਨਾਲ ਤਾਂ ਹੂੰ ਹੂੰ ਵੀ ਪਹਿਲਾਂ ਹੀ ਪਾਸਾ ਵੱਟ ਗਿਆ ਉਹਨਾਂ ਨੇ ਇਹ ਵੀ ਸੋਚਿਆ ਹੋਣਾ ਕਿ ਸਾਡਾ ਜਿਹੜਾ ਪੰਥਕ ਜਿਹੜਾ ਅਸੀਂ ਆਪਣੇ ਆਪ ਨੂੰ ਖਵਾਉਨੇ ਆ ਜਿਹੜੇ ਸਾਡੀ ਉਹਨਾਂ ਨੇ ਅਕਸਨਾਵ ਆਪ ਤੇ ਖਰਾਬ ਨਾ ਹੋਵੇ ਤੇ ਉਹਨਾਂ ਨੇ ਬੀਬੀ ਪਰਮਜੀਤ ਕੌਰ ਨੂੰ ਹਮਾਇਤ ਦਿੱਤੀ ਹੈ ਠੀਕ ਹੈ ਅਸੀਂ ਇਹ ਨਹੀਂ ਕਹਿੰਦੇ ਉਹ ਵੋਟਾਂ ਵੀ ਜਿੰਨੀਆਂ ਖੈਗੀਆਂ ਪਾਉਣਗੇ ਹੋਰ ਉਹਨਾਂ ਨੇ ਕਿਹਨੂੰ ਪਾਉਣੀਆਂ ਹੈਗੀਆਂ ਜੀ 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 ਤੇ ਜਿੰਨੀਆਂ ਕਿ ਉਹਨਾਂ ਦੀ ਵੋਟ ਬੈਂਕ ਹੈਗਾ ਜਿੰਨਾ ਕਸਰ ਆ ਹਾਲਾਂਕਿ ਅਕਾਲੀ ਦਲ ਵੀ ਜੋਰ ਲਾ ਰਿਹਾ ਅਕਾਲੀ ਦਲ ਦਾ ਵੀ ਕੋਈ ਇੰਨਾ ਨੁਕਸਾਨ ਨਹੀਂ ਹੋਇਆ ਹੂੰ 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 ਰঞ্জੀਤ ਸਿੰਘ ਬ੍ਰਹਮਪੁਰਾ ਦੇ ਜਾਣ ਨਾਲ ਤੇ ਉਹ ਕੋਤਰ ਨਾਲ ਪਰਸਨਲ ਲੜਾਈ ਚ ਲੈ ਲਿਆ ਬੀਬੀ ਜਗੀਰ ਕੌਰ ਵੀ ਕਾਫੀ ਵੋਟਾਂ ਲੈ ਕੇ ਜਾਓਗੇ ਹਲੇ ਅਸੀਂ ਹਲੇ ਨਹੀਂ ਕਹਿ ਰਹੇ ਹਾਲੇ ਵੀ ਨਹੀਂ ਕਹਿ ਰਹੇ ਵੀ ਬੀਬੀ ਪਰਮਜੀਤ ਕੌਰ ਖਾਲੜਾ ਜਿੱਤ ਰਹੇ ਨੇ ਜੀ 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 ਹਾਲੇ ਵੀ ਅਕਾਲੀ ਦਲ ਦਾ ਤੇ ਕਾਂਗਰਸ ਦਾ ਹੀ ਮੁਕਾਬਲਾ ਹੈ ਤੇ ਉਹਦੇ ਚੋਂ ਬਹੁਤ ਥੋੜੇ ਫਰਕ ਨਾਲ ਦੋਵਾਂ ਚੋਂ ਕੋਈ ਨਾ ਕੋਈ ਜਿੱਤੇਗਾ ਬੀਬੀ ਬਿਉਣ ਵਾਲੇ ਦਿਨਾਂ ਦੇ ਵਿੱਚ ਹੋ ਡਵੈਲਪਮੈਂਟ ਹੋਏ ਜਾਂ ਪ੍ਰਚਾਰ ਹੋਵੇ ਜੀ ਹੋ ਸਕਦਾ ਕਿ ਪਿਕਚਰ ਚੇਂਜ ਹੋ ਸਕਦਾ ਨਹੀਂ ਉੱਥੇ ਉਹ ਹੈਗਾ ਨਾ ਜਿਹੜੀ ਆਪਾਂ ਗੱਲ ਕਰਕੇ ਆਏ ਵੀ ਹੁਣ ਪਾਰਟੀਆਂ ਦੇ ਸਿਧਾਂਤਕ ਹੱਦਬੰਦੀ ਨਹੀਂ ਨਾ ਰਹੀ ਜੀ 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 ਹੁਣ ਜਿਹੜਾ ਐਮਐਲਏ ਆ ਐਮਐਲਏ ਦੇ ਕਹਿਣ ਤੇ ਉਹਨੇ ਉਹ ਸਰਪੰਚ ਗੱਠੇ ਹੁੰਦੇ ਨੇ ਸਰਪੰਚ ਉਹਨਾਂ ਨੇ ਆਪਣੇ ਪਾਰਟੀ ਦੇ ਬਣਾਲੇ ਹੋਏ ਆ ਸਰਪੰਚਾਂ ਦੀ ਜਿੰਮੇਵਾਰੀ ਉਹਨਾਂ ਨੇ ਹੁਣ ਤੋਂ ਹੀ ਉਹ ਧਮਕੀਆਂ ਦੇਣ ਲੱਗ ਗਏ ਨੇ ਵੀ ਜੇ ਤੇਰੇ ਪਿੰਡ ਚੋਂ ਵੋਟਾਂ ਘਟੀਆਂ ਤਾਂ ਨਾ ਤਨੂੰ ਗਰੰਟਾ ਮਿਲਨੀ ਆ ਤੇ ਤੇਰੇ ਤੇ ਕੇਸ ਵੀ ਪੈਣਗੇ ਉਹ ਇਨਡਾਇਰੈਕਟਲੀ ਐਦਾਂ ਗੱਲਾਂ ਕਰਦੇ ਵੀ ਜੇ ਜਿੰਨੀਆਂ ਵੋਟਾਂ ਵਿਧਾਨ ਸਭਾ ਚ ਪਈਆਂ ਉਹ ਤੋਂ ਵੱਧ ਵੋਟਾਂ ਪੈਣਾ ਚਾਹੀਦੀਆਂ ਕਾਂਗਰਸ ਦੇ ਉਮੀਦਵਾਰ ਨੂੰ ਸੋ ਇਸ ਤਰ੍ਹਾਂ ਨਾਲ ਜਿਹੜਾ VOTING ਦਾ ਪੈਟਰਨ ਆ ਕਿਸੇ ਸਿਧਾਂਤਕ ਸਵੱਛਤਾ ਚੋਂ ਨਹੀਂ ਪੈ ਰਿਹਾ ਹੁੰਦਾ ਫਿਰ ਜਿਹੜੇ ਆਮ ਗਰੀਬ ਲੋਕ ਉਹਨਾਂ ਨੂੰ ਹੁੰਦਾ ਵੀ ਕੰਮ ਤਾਂ ਸੀ ਨਾ ਤੋਂ ਕਰਾਉਣੇ ਨੇ ਵੀ ਜੇ ਥਾਣੇ ਕਚਹਿਰੀ ਆ ਕਿਤੇ ਹੋਰ ਕੋਈ ਕੇਸ ਬਣ ਜਾਂਦਾ ਕਹਿਣਾ ਕਿ ਇਹਨੂੰ ਸਰਪੰਚ ਨੇ ਐਮਐਲਏ ਕੋਲ ਜਾਣਾ ਸੋ ਇੱਕ ਤਰ੍ਹਾਂ ਨਾਲ ਇੱਕ ਵੱਖਰੀ ਕਿਸਮ ਦਾ ਉੱਥੇ ਜੀਵਨ ਸ਼ੁਰੂ ਹੋ ਗਿਆ ਹੋਇਆ ਤੁਹਾਡੀ ਜਿਹੜੀ ਕੌਮੀ ਸਿਧਾਂਤਕ ਇਕਜੁੱਟਤਾ ਉਹ ਉਹ ਪਿੱਛੇ ਰਹਿ ਗਈ ਹੋਈ ਆ ਹੁਣ ਜੇ ਆਪਾਂ ਕੀ ਕਿ ਜੋ ਸਾਨੂੰ ਅੱਜ ਦੀਆਂ ਲੋੜਾਂ ਨੇ ਉਹ ਸਾਡੇ ਸਾਹਮਣੇ ਜਾਂਦੀਆਂ ਹੁਣ ਤੁਸੀਂ ਦੇਖੋ ਵੀ 2015 ਚ ਗੁਰੂਗ੍ਰਾਮ ਸਾਹਿਬ ਦੀ ਬੈਦਵੀਂ ਹੁੰਦੀ ਆ ਜਿਹੜੇ ਮਿਸਟਰ ਸਿੱਕੀ ਆ ਉੱਥੋਂ ਦੇ ਨਰਿੰਦਰ ਸਿੰਘ ਸਿੱਕੀ ਉਹਨਾਂ ਨੇ ਕਾਂਗਰਸ ਦੇ ਐਮਐਲਏ ਉਹ ਅਸਤੀਫਾ ਦੇ ਦਿੰਦੇ ਆ ਜੀ ਬੇ ਗੁਰੂ ਸਾਹਿਬ ਦੀ ਘੋਰ ਬੇਅਦਬੀ ਨੂੰ ਮੈਂ ਸਹਾਰ ਨਹੀਂ ਸਕਦਾ ਮੈਂ ਅਸਤੀਫਾ ਦਿੰਦਾ ਉਹਦਾ ਅਸਤੀਫਾ ਮਨਜ਼ੂਰ ਹੋ ਜਾਂਦਾ ਆਕਾਲੀ ਸਰਕਾਰ ਵੇਲੇ ਉੱਥੇ ਇਲੈਕਸ਼ਨ ਹੁੰਦੀ ਆ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਮੁੰਡਾ ਵੱਡੇ ਫਰਕ ਨਾਲ ਵੋਟਾਂ ਜਿੱਤ ਜਾਂਦਾ ਸੀ ਸੀਟ ਜਿੱਤ ਜਾਂਦਾ ਹੂੰ ਹੂੰ ਵੀ ਕਿੰਨੇ ਵੱਡੇ ਪੱਧਰ ਤੇ ਸਿੱਖਾਂ ਨੇ ਆਪਣੇ ਗੁਰੂ ਨੂੰ ਬੇਮੁਖ ਹੋ ਕੇ ਹੂੰ ਹੂੰ ਆਕਾਲੀ ਦਲ ਦੇ ਵੱਲ ਮੁਖ ਕਰਕੇ ਉਹਨੂੰ ਵੋਟਾਂ ਪਾਈਆਂ ਤੇ ਆਕਾਲੀ ਦਲ ਜਿਹੜਾ ਆਕਾਲੀ ਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਚ ਸ਼ਾਮਲ ਸੀ ਜੀ ਜੀ ਉਹ ਸ ਆਕਾਲੀ ਦਲ ਦਾ ਉਮੀਦਵਾਰ ਬਹੁਤ ਵੱਡੇ ਫਰਕ ਨਾਲ ਜਿੱਤ ਜਾਂਦਾ ਤੇ ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਅਸਤੀਫਾ ਦਿੱਤਾ ਸੀ ਅਸਤੀਫਾ ਦਿੱਤਾ ਸੀ ਉਹ ਉਹ ਹਾਰ ਜਾਂਦਾ ਹੂੰ ਹੂੰ ਤੁਸੀਂ ਕਿੱਥੇ ਖੜੇ ਹੋ ਦੱਸੋ ਤਾਂ ਸਹੀ ਨਾ ਸੋ ਇਸ ਤਰ੍ਹਾਂ ਨਾਲ ਇਹ ਇਹ ਬਾਹਰੋਂ ਹੀ ਪਤਾ ਲੱਗਦਾ ਆਪਾਂ ਨੂੰ ਹੁਣੇ ਲੱਗਦਾ ਹੁੰਦਾ ਵੀ ਫੇਸਬੁੱਕ ਤੇ ਆ ਰਿਹਾ ਜੀ ਟਵਿੱਟਰ ਤੇ ਆ ਰਿਹਾ ਜੀ 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 ਜਦੋਂ ਵੋਟਾਂ ਪੈਂਦੀਆਂ ਉਹ ਬਿਲਕੁਲ ਉਹ ਬਿਲਕੁਲ ਵੱਖਰੀ ਬਿਲਕੁਲ ਜੀ ਔਰ ਕਾਫੀ ਇੰਟਰਸਟਿੰਗ ਰਹੇਗਾ ਔਰ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਵਿੱਚ ਕੀ ਡਿਵੈਲਪਮੈਂਟ ਹੁੰਦੀ ਹੈ ਜਾਂ ਪੰਥਕ ਤਰ੍ਹਾਂ ਹੋਰ ਕੀ ਕਾਰਵਾਈਆਂ ਇਸਤੇ ਕਰਦੀਆਂ ਨੇ ਤੇ ਇਸ ਦੇ ਨਾਲ ਨਾ ਜਿਹੜੀ ਇੱਕ ਹੋਰ ਇੰਟਰਸਟਿੰਗ ਸੀਟ ਹੈ ਲੁਧਿਆਣਾ ਸੀਟ ਮੰਨੀ ਜਾਂਦੀ ਹੈ ਜਿਸ ਦੇ ਵਿੱਚ ਮਹੇਸ਼ਿੰਦਰ ਸਿੰਘ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਦੇ ਜਿਹੜ ਭੋਗਨ ਸਾਫ ਪਾਰਟੀ ਤੋਂ ਉਹ ਖੜੇ ਨੇ ਔਰ ਰਵਨੀਤ ਸਿੰਘ ਬਿੱਟੂ ਕਾਂਗਰਸ ਦੇ ਉਮੀਦਵਾਰ ਨੇ ਅਬਦਾਰ ਸਿੰਘ ਜੀ ਕੀ ਕਹੋਗੇ ਤੁਸੀਂ ਇਸ ਬਾਰੇ ਹਾਂ ਕਾਫੀ ਫਸਮਾ ਮੁਕਾਬਲਾ ਇਸ ਤਰ੍ਹਾਂ ਲੁਧਿਆਣੇ ਵਿੱਚ ਸਾਹਮਣੇ ਆ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹ ਇੰਨਾ ਜ਼ਿਆਦਾ ਸਟ੍ਰੌਂਗ ਨਹੀਂ 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 ਹੁਣ ਉਹ ਤਾਂ ਆਪਾਂ ਕਹਿ ਲਈਏ ਵੀ ਹੁਣ ਤਾਂ ਉਹਨਾਂ ਨੇ ਵੈਸੇ ਹੀ ਖੜਾ ਕਰ ਲਿਆ ਹਮ ਹੁਣ ਕੋਈ ਲੋੜ ਨਹੀਂ ਸੀ ਹੁਣ ਉਹਨਾਂ ਦਾ ਨਹੀਂ ਹੁਣ ਮੁਕਾਬਲਾ ਇਹ ਤਿੰਨਾਂ ਦੇ ਦਰਮਿਆਨ ਹੀ ਹੋਊਗਾ ਤੇ ਮੇਸ਼ਿੰਦਰ ਸਿੰਘ ਗਰੇਵਾਲ ਵੀ ਪੁਰਾਣੇ ਅਕਾਲੀ ਨੇ ਜੀ ਜਿ세 ਦਾ ਟੌੜਾ ਨਾਲ ਬਹੁਤ ਦਿਰ ਰਹੇ ਨੇ ਤੇ ਉਹ ਤੋਂ ਬਾਅਦ ਅਕਾਲੀ ਦਲ ਵੀ ਸ਼ਾਮਲ ਹੋਏ ਨੇ ਲਗਾਤਾਰ ਅਕਾਲੀ ਦਲ ਦੇ ਸਪੋਕਸਮੈਨ ਨੇ ਹਮਮ ਤੇ ਸੁਖਵੀਰ ਸਿੰਘ ਬਾਦਲ ਦੇ ਨੇੜੇ ਆ ਤੇ ਉਹਦੇ ਚ ਹੁਣ ਇਹ ਹੈਗਾ ਵੀ ਉਹਨਾਂ ਤੇ ਜਿਹੜਾ ਵੱਡਾ ਨੁਕਸਾਨ ਇਹ ਆਊਗਾ ਵੀ ਜਿਹੜੀ ਹਾਂ ਲੁਧਿਆਣੇ ਵਿੱਚ ਅਕਾਲੇ ਦਲ ਦੀ ਧੜੇਬੰਦੀ ਆ ਹੂੰ ਹੂੰ ਉਹ ਧੜੇਬੰਦੀ ਕਿਸ ਰੁਖ ਬੈਠਦੀ ਆ ਜੀ ਜੀ ਮਨਪ੍ਰੀਤ ਸਿੰਘ ਇਆਲੀ ਵਾਲਾ ਧੜਾ ਤੇ ਦਰਸ਼ਨ ਸਿੰਘ ਸ਼ਵਾਲਕ ਵਾਲਾ ਧੜਾ ਤੇ ਅਵਤਾਰ ਸਿੰਘ ਮੱਕੜ ਵਾਲਾ ਧੜਾ ਹੂੰ ਹੂੰ ਇਹ ਇਹ ਖਾਸ ਕਰਕੇ ਮੱਕੜ ਦਾ ਤੇ ਜਿਹੜਾ ਇਆਲੀ ਵਾਲਾ ਸ਼ਹਿਰੀ ਇਲਾਕਿਆਂ 'ਚ ਜ਼ਿਆਦਾ ਹੈਗਾ ਜੀ ਜੀ ਜਿਹੜਾ ਦਰਸ਼ਨ ਸਿੰਘ ਸ਼ਵਾਲਕ ਦਾ ਉਹ ਜਿੱਥੋਂ ਖੜਦੇ ਨੇ ਦਾਖੇਵਲ ਤੋਂ ਹੂੰ ਹੂੰ ਦਾਖੇ ਤੋਂ ਨਹੀਂ ਖੜਦੇ ਉਹ ਨਾਲ ਰਾਜਕੋਟ ਦੀ ਸੀਟ ਤੋਂ ਮਰਖਲ ਖੜਦੇ ਨੇ ਜਿੱਥੇ ਪਹਿਲਾਂ ਦੋਵੇਂ ਦੂਸਰੇ ਖੜਦੇ ਹੁੰਦੇ ਸੀ ਸੋ ਇਹ ਹੈਗਾ ਵੀ ਇਹ ਤਿੰਨ ਧੜੇ ਨੇ ਖਾਸ ਕਰਕੇ ਜੀ ਅਕਾਲੀ ਦਲ ਦੇ ਲੁਧਿਆਣੇ ਵਿੱਚ ਇਹ ਧੜੇ ਕਿਸ ਪੈਟਰਨ ਨਾਲ ਬੈਠਦੇ ਆ ਇੱਕ ਤਾਂ ਮਹਿਸ਼ੇਦਿੰਦਰ ਸਿੰਘ ਗਰੇਵਾਲ ਤੇ ਸ਼ਰਨਜੀਤ ਸਿੰਘ ਢਿੱਲੋਂ ਵਾਲਾ ਵੀ ਹੈਗਾ ਤੇ ਸਾਨੇ ਵਾਲ ਵੀ ਮੇਰੇ ਖਿਆਲ ਲੁਧਿਆਣਾ ਸੀ ਮਤਲਬ ਉਹ ਕੀ ਉਹ ਜਾ ਕੇ ਕੋਰ سپورਟ ਕਰਦੇ ਨੇ ਮਹਿਸ਼ੇਦਿੰਦਰ ਸਿੰਘ ਗਰੇਵਾਲ ਉਹਨਾਂ ਦੇ ਡਿਪੈਂਡ ਕਰੂਗਾ ਤੇ ਜਿਹੜਾ ਰਵਨੀਤ ਸਿੰਘ ਬਿੱਟੂ ਆ ਉਹ ਕਾਂਗਰਸ ਦੀ ਵੋਟ ਪੱਕੀ ਆ ਇੱਕ ਤਾਂ ਸਰਕਾਰ ਉਹਨਾਂ ਦੀ ਆ ਤੇ ਬਾਕੀ ਰਵਨੀਤ ਸਿੰਘ ਬਿੱਟੂ ਦਾ ਖਾਸ ਕਰਕੇ ਜਿਹੜਾ ਜਿਹੜਾ ਉਹਨਾਂ ਨੇ ਸਿੱਖਾਂ ਦੇ ਖਿਲਾਫ ਲਗਾਤਾਰ ਉਹ ਬਿਆਨਬਾਜ਼ੀ ਕਰਦੇ ਰਹੇ ਆ ਤੇ ਉਹਦੇ ਚੋਂ ਹਿੰਦੂ ਵੋਟ ਉਹਨਾਂ ਨੇ ਪੱਕੀ ਕਰ ਲਈ ਹੋਈ ਆ ਤੇ ਜਿਹੜੀ ਪਿੰਡੂ ਸਿੱਖ ਵੋਟ ਆ ਕਾਂਗਰਸ ਦੀ ਉਹ ਵੀ ਪੱਕੀ ਰਹਿੰਦੀ ਆ ਉਹ ਉਹਨਾਂ ਨੂੰ ਇਹਨਾਂ ਬਿਆਨਾਂ ਨਾਲ ਉਹ ਨਹੀਂ ਬਦਲਦੇ ਵੀ ਉਹ ਸਿੱਖਾਂ ਦੇ ਖਿਲਾਫ ਬੋਲਦਾ ਰਿਹਾ ਆ ਯਾ ਮਤਲਬ ਕਿ ਸਿੱਖਾਂ ਨੂੰ ਵਾਤਵਾਦੀ ਕਹਿੰਦਾ ਰਿਹਾ ਮਤਲਬ ਕਿ ਉਹ ਇਹਦੇ ਨਾਲ ਹੀ ਕਾਂਗਰਸ ਦੀ ਜਿਹੜੀ ਉਹ ਪਿੰਡੂ ਵੋਟ ਆ ਰਹਿੰਦੀ ਆ ਹਿੰਦੂ ਵੋਟ ਉਹਨੇ ਇਵਨ ਭਾਜਪਾ ਵਾਲੀ ਵੀ ਕਨਸੋਲੀਡੇਟ ਕਰ ਰਹੀ ਹੋਈ ਆ ਭਾਜਪਾ ਦੇ ਜਿਹੜੇ ਹਿੰਦੂ ਵੋਟਰ ਆ ਉਹ ਵੀ ਹੁਣ ਰਵਨੀਤ ਸਿੰਘ ਬਿੱਟੂ ਨੂੰ ਪ੍ਰੇਫਰ ਕਰਨਗੇ ਬੇਸ਼ੇਂਦਰ ਸਿੰਘ ਗਰੇਵਾਲ ਨਾਲ ਬੇਸ਼ੱਕ ਉਹ ਖੜਨਗੇ ਭਾਜਪਾ ਦੇ ਬੂਥਾਂ ਤੇ ਜੀ 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 ਵੀ ਪਰ ਟੈਂਡ ਕਰਨਗੇ ਵੀ ਅਸੀਂ ਭਾਜਪਾ ਨਾਲ ਹੈਗੇ ਆ ਪਰ ਜਦੋਂ ਵੋਟ ਪਾਉਣਗੇ ਤਾਂ ਉਹ ਰਵਨੀਤ ਸਿੰਘ ਬਿੱਟੂ ਨੂੰ ਪਾਉਣਗੇ ਤੇ ਤੀਜਾ ਹੋਣਾ ਹੈਗਾ ਸਿਮਰਜੀਤ ਸਿੰਘ ਵੈਂਸ ਦਾ ਇਹਦਾ ਹੈਗਾ ਵੀ ਪਿੰਡੂ ਇਲਾਕਿਆਂ ਜਿਹੜਾ ਤੇ ਸ਼ਹਿਰਾਂ ਦੇ ਇਹ ਦੋ ਜਿਹੜੇ ਇਲਾਕੇ ਔਰ ਲੋਕਲ ਉਹਨਾਂ ਨੇ ਜਿੱਦਾਂ ਕਾਫੀ ਕੰਮ ਕੀਤਾ ਹੈਗਾ ਕਾਫੀ ਸਾਰਾ ਹਾਂਜੀ ਹਾਂਜੀ ਵੀ ਜਿਹੜੇ ਸ਼ਹਿਰ ਦੇ ਦੋ ਵਿਧਾਨ ਸਭਾ ਹਲਕੇ ਜਿੱਥੋਂ ਆਪ ਐਮਐਨਏ ਤੇ ਉਹਦਾ ਬ੍ਰਦਰ ਐ ਐਮਐਲਏ ਆ ਉੱਥੇ ਉਹਨਾਂ ਦਾ ਹੋਲਡ ਹੈਗਾ ਤੇ ਬਾਕੀ ਵੀ ਪਿੰਡੂ ਇਲਾਕਿਆਂ ਚ ਉਹ ਉਹਨਾਂ ਦੀ ਸੇ ਹੈ ਫੇਸਬੁੱਕ ਕਰਕੇ ਤੇ ਵੈਸੇ ਵੀ ਜਾਂਦੇ ਜੁੰਦੇ ਰਹੇ ਨੇ ਉਹਨੇ ਦੇਖੋ ਵੀ ਤੇ ਦਰ ਸਿੰਘ ਜੀ ਇਸ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਪਿਛਲੀ ਵਾਰ ਇੱਥੋਂ ਮੇਰਾ خیال ਆਪਣਾ ਫੁਲਕਾ ਸਾਹਿਬ ਖੜੇ ਸੀ ਹਾਂਜੀ ਹਾਂਜੀ ਜਦੋਂ ਆਮ ਆਦਮੀ ਪਾਰਟੀ ਦੀ ਵੇਵ ਚੱਲ ਰਹੀ ਸੀ ਤੇ ਹੁਣ ਜਿਹੜੀਆਂ ਫੁਲਕਾ ਸਾਹਿਬ ਨੂੰ ਇੰਨੀਆਂ ਕਾਫੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਵੀ ਵੋਟ ਪਈ ਸੀ ਉਹ ਵਾਲੀ ਵੋਟ ਕਿੱਧਰ ਨੂੰ ਡਾਇਵਰਟ ਹੁੰਦੀ ਹੈ ਹਾਂ ਇਹ ਇਹ ਕਾਫੀ ਦਿਲਚਸਪ ਹੋਗਾ ਕਿਉਂਕਿ ਸਿਮਰਤਜੀਤ ਸਿੰਘ ਬੈਂਸ ਨੂੰ ਵੀ 1 ਲੱਖ ਡੇਢ ਲੱਖ ਵੋਟ ਪਈ ਗਈ ਸੀ ਕਾਫੀ ਵੋਟ ਉਹਨਾਂ ਨੂੰ ਪਈ ਤੇ ਫੁਲਕਾ ਸਾਹਿਬ ਨੂੰ 2 ਲੱਖ 10 ਹਜ਼ਾਰ ਵੋਟ ਪਈ ਸੀ ਹਾਂ ਹੁਣ ਇਹ ਇਹ ਹੈਗਾ ਵੀ ਇਹ ਵੋਟ ਮਿਲ ਕੇ ਕਿੱਥੇ ਜਾਂਦੀ ਹੈਗੀ ਆ ਜੇ ਉਹ ਫੁਲ ਸਮਰਜੀ ਸਿੰਘ ਬੈਂਚ ਨੂੰ ਜਾਓਗੇ ਕਿਉਂਕਿ ਪਿਛਲੇ 5 ਸਾਲਾਂ ਚ ਡਿਫਲੈਕਟ ਹੋ ਜਾਂਦੀ ਹੈ ਉਹ ਸਿਨੈਰੀਓ ਵੀ ਚੇਂਜ ਹੋ ਗਿਆ ਹਾਂ ਸਿਨੈਰੀਓ ਚੇਂਜ ਹੋਇਆ ਤਿਲਕਨ ਬਾਜੀ ਆ ਸਰਕਾਰ ਚੇਂਜ ਹੋ ਗਈ ਜੀ ਜੀ ਤੇ ਇਹਦੇ ਚੋਂ ਜੇ ਆਪਾਂ ਅੱਧੀ ਵੀ ਵੋਟ ਲਾ ਲਈਏ ਪਤਾ ਨਹੀਂ ਸਾਡੇ ਨਦਾਨਗੇ ਵੀ ਮੰਨ ਲੋ ਬੀਅਸਤਾ ਜਸਟ ਐਸਟੀਮੇਟ ਲਾ ਰਹੇ ਹਾਂ ਵੀ ਜੇ ਅੱਧੇ ਵੋਟ ਵੀ ਫੁਲਕਾ ਸਾਹਿਬ ਵਾਲੀ ਸਿਮਰਨਜੀਤ ਸਿੰਘ ਬੈਂਸ ਨੂੰ ਪੈਂਦੀ ਆ ਤਾਂ ਉਹ ਕੰਪੀਟ ਕਰ ਸਕਦੇ ਆ ਹਾਲੇ ਜਿੱਤ ਹਾਰ ਦਾ ਤਾਂ ਫਿਰ ਥੋੜੀਆਂ ਵੋਟਾਂ ਦਾ ਹੀ ਫੈਸਲਾ ਹੋਊਗਾ ਤੇ ਫਿਰ ਫਿਰ ਇਹ ਦੇਖਣਾ ਹੋਊਗਾ ਵੀ ਰਵਰੀਤ ਸਿੰਘ ਬਿੱਟੂ ਦਾ ਮੁਕਾਬਲਾ ਬੈਂਸ ਨਾਲ ਆਇਆ ਜਾਂ ਹਿਮੇਸ਼ੰਦਰ ਸਿੰਘ ਗਰਿਆ ਆ ਜੀ 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 ਤੇ ਅਕਾਲੀ ਦਲ ਦੀ ਸਟਰੈਟਜੀ ਆ ਜਿਹੜੀ ਪੰਜਾਬ ਵਿੱਚ ਐਜ਼ ਅ ਹੋਲ ਉਹ ਹੈਗਾ ਵੀ ਦੂਜੇ ਨੰਬਰ ਤੇ ਆਇਆ ਜਾਵੇ ਵੀ ਤੀਜੇ ਦੇ ਨਾ ਧੱਕ ਹੋਈਏ ਤੀਜੇ ਦੇ ਧੱਕ ਨਾਲ ਉਹਨਾਂ ਦਾ ਫੇਰ ਜਿਹੜਾ ਹੈਗਾ ਮਨੋਬਲ ਡੇਕੇਗਾ ਸੁਖਵੀਰ ਸਿੰਘ ਬਾਦਲ ਦੀ ਇਸ ਵੇਲੇ ਜਿਹੜੀ ਇਹ ਸਟਰੈਟਜੀ ਚੱਲ ਰਹੀ ਹੈ ਵੀ ਦੂਜੇ ਨੰਬਰ ਤੇ ਆਉਣ ਦੀ ਕੋਸ਼ਿਸ਼ ਕਰੀ ਜਾਵੇ ਕਿਉਂਕਿ ਪਹਿਲੇ ਦਾ ਉਹਨੂੰ ਪਤਾ ਵੀ ਪਹਿਲੇ ਤੇ ਕਾਂਗਰਸ ਨਹੀਂ ਆਉਣਾ ਤੇ ਦੋ ਸੀਟਾਂ ਦਾ ਉਹਨਾਂ ਨੇ ਲੈਦੇ ਕਰ ਲੈਣਾ ਪੀ ਕੇ ਹੁਣ ਜਿਹੜਾ ਵੀ ਹੈਗਾ ਚਾਹੇ ਉਹ ਪੰਜਾਬ ਡੈਮੋਕ੍ਰੈਟਿਕ ਲਾਈਸ ਵਾਲਾ ਵੀ ਹੋਵੇ ਜੇ ਵੀ ਕਿਤੇ ਨਾ ਕਿਤੇ ਦੋ ਚਾਰ ਸੀਟਾਂ ਤੇ ਦੂਜੇ ਨੰਬਰ ਤੇ ਆਉਣੇ ਤੇ ਇਹਨਾਂ ਦੀ ਇੱਕ ਉਪਲਬਧੀ ਹੈ ਹਾਂਜੀ ਉਹ ਉਪਲਬਧੀ ਹੋਊਗੀ ਕਿਉਂਕਿ ਉਹਦੇ ਚ ਹੈਗਾ ਕਿਉਂਕਿ ਕੁਝ ਬੰਦੇ 6 ਸੀਟਾਂ ਦੇ ਕਹਿ ਰਹੇ ਨੇ ਵੀ ਇਹ ਦੂਜੇ ਨੰਬਰ ਤੇ ਆ ਸਕਦੇ ਆ ਜੀ ਜੀ 6 ਤੋਂ ਆਪਾਂ 4 ਤੱਕ ਦਾ ਵੀ ਲਾ ਲਈਏ ਵੀ 4 ਤੱਕ ਆ ਚੱਲੋ ਕਿਉਂਕਿ ਇੰਨੀ ਤਾਂ ਡਿਫਲੈਕਸ਼ਨ ਆ ਜਿਹੜੀ ਵੋਟ ਦੀ ਫਲਕਚੁਏਸ਼ਨ ਹੋ ਜਾਂਦੀ ਆ ਇਹ ਖੜੇ ਪੈਰ ਬੜਾ ਕੁਛ ਹੁੰਦਾ ਸ਼ਰਾਬ ਆ ਜਾਂਦੀ ਆ ਪੈਸੇ ਆ ਜਾਂਦੇ ਆ ਤੇ ਧਮਕੀਆਂ ਆ ਜਾਂਦੀਆਂ ਤੇ ਹੱਥ ਜੋੜ ਕੇ ਬੇਨਤੀਆਂ ਵੀ ਆ ਜਾਂਦੀਆਂ ਉਸ ਚ 2-4% ਜਿਹੜੀ ਸੀਟ ਹੈ ਉਹ 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 ਡਿਫਲੈਕਟ ਹੋ ਜਾਂਦੀ ਹੈ ਜਿਹੜੀ ਕਾਫੀ ਦਿਲਚਸਪ ਮੁਕਾਬਲਾ ਜਿਹੜਾ ਲੁਧਿਆਣੇ ਵਿੱਚ ਦੇਖਣ ਨੂੰ ਮਿਲੇਗਾ ਜੀ ਜੀ ਬਿਲਕੁਲ ਜੀ ਔਰ ਲੁਧਿਆਣੇ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਆਨੰਦਪੁਰ ਸਾਹਿਬ ਦੀ ਸੀਟ ਤੇ ਮਨੀਸ਼ ਤਵਾੜੀ ਨੂੰ ਉੱਥੋਂ ਜਿਹੜੀ ਟਿਕਟ ਹੈ ਕਾਂਗਰਸ ਪਾਰਟੀ ਵੱਲੋਂ ਦਿੱਤੀ ਗਈ ਹੈ ਤੇ ਪ੍ਰੋਫੈਸਰ ਚੰਦੂ ਮਾਜਰਾ ਉਥੋਂ ਅਕਾਲੀ ਦਲ ਵੱਲੋਂ ਜਿਹੜੇ ਖੜੇ ਹੈਗੇ ਨੇ ਤੇ ਅਵਤਾਰ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਬੀਰ ਦਵਿੰਦਰ ਸਿੰਘ ਨੂੰ ਟਿਕਟ ਜਿਹੜੀ ਹੈ ਦਿੱਤੀ ਗਈ ਹੈ ਤੁਸੀਂ ਕੀ ਸੋਚਦੇ ਆ ਆਨੰਦਪੁਰ ਸਾਹਿਬ ਦੇ ਵਿੱਚ ਹਾਂ ਆਨੰਦਪੁਰ ਸਾਹਿਬ 'ਚ ਅਸੀਂ ਸਮਝਦੇ ਆ ਵੀ ਇਹਨਾਂ ਦੋਹਾਂ ਦਾ ਹੀ ਮੁਕਾਬਲਾ ਹੋਵੇਗਾ ਜਿਹੜੇ ਟੌਪ ਤੇ ਦੋ ਕਾਂਗਰਸ ਦਾ ਤੇ ਅਕਾਲੀ ਦਲ ਦਾ ਜੀ ਉਹਦੇ 'ਚ ਹੁਣ ਦੇਖੋ ਵੀ ਕਿਉਂਕਿ ਕਾਂਗਰਸ ਨੂੰ ਸਰਕਾਰ ਦਾ ਲਾਹਾ ਪਿਛਲੇ ਵਾਰੀ ਬੀਬੀ ਅੰਬਕਾ ਸੋਹਣੀ ਜਿਹੜੇ ਹਾਰ ਗਏ ਸੀ ਵੈਸੇ ਜੀ ਤੇ ਪਰ ਅਕਾਲੀ ਦਲ ਦੀ ਸਰਕਾਰ ਸੀ ਇਸ ਕਰਕੇ ਹੌਣ ਸਰਕਾਰ ਦਾ ਮਨੀਸ਼ ਤਵਾੜੀ ਉਦਾਂ ਵੀ ਬੁਲਾਰੇ ਬਹੁਤ ਅੱਛੇ ਨੇ ਕਾਂਗਰਸ ਦੇ ਸਪੋਕਸਮੈਨ ਰਾਏ ਆ ਸੁਰਜੇਵਾਲਾ ਦੇ ਨਾਲ ਨਾ ਤੇ ਇੱਥੇ ਉਹਦੇ ਨਾਲ ਰਹੇ ਹੈਗੇ ਆ ਤੇ ਦੂਜਾ ਹੈਗਾ ਵੀ ਉਹਨਾਂ ਨੂੰ ਜਿਹੜੇ ਕੁਝ ਚੰਗੇ ਕਾਂਗਰਸ ਦੇ ਟੌਪ ਕੰਪੇਨਰਸ ਆ ਜਿੱਦਾਂ ਜਿਹੜੇ ਫਤੇਗੜ ਸਾਹਿਬ ਤੋਂ ਐਮ ਐਲ ਏ ਆ ਮਿਸਟਰ ਨਾਗਰਾ ਕੁਲਜੀਤ ਸਿੰਘ ਨਾਗਰਾ ਕੁਲਜੀਤ ਸਿੰਘ ਨਾਗਰਾ ਆਪ ਵੀ ਜਿਸ ਤਰ੍ਹਾਂ ਬਹੁਤ ਬੜੇ ਚੰਗੇ ਬੁਲਾ ਰਹੇ ਆ ਸਾਡੇ ਹੁੰਦੇ ਪੰਜਾਬ ਯੂਨੀਵਰਸਿਟੀ ਚ ਸਟੂਡੈਂਟ ਯੂਨੀਅਨ ਦੇ ਲੀਡਰ ਹੁੰਦੇ ਸੀ ਬੜੇ ਨੇੜੇ ਅਸੀਂ ਉਹਨਾਂ ਨੂੰ ਦੇਖਿਆ ਤੇ ਉਹਨਾਂ ਨੂੰ ਸੁਣਿਆ ਹੈਗਾ ਤੇ ਉਹ ਬੁਲਾ ਰਹੇ ਚੰਗੇ ਹੈਗੇ ਆ ਤੇ ਇਸ ਤਰ੍ਹਾਂ ਨਾਲ ਜੇ ਉਹ ਟੀਮ ਬਣਾ ਕੇ ਅਮਨਿਸ਼ਤਵਾੜੀ ਚੱਲ ਪੈਂਦੇ ਆ ਤਾਂ ਤੇ ਦੂਜਾ ਇਹ ਹੈਗਾ ਵੀ ਰੋਪੜ ਹਲਕੇ ਚ ਜਿਸ ਤਰ੍ਹਾਂ ਕਾਂਗਰਸ ਦਾ ਆਧਾਰ ਹੈਗਾ ਕਾਫੀ ਜ਼ਿਆਦਾ ਜੀ ਬੀਬੀ ਅਨੰਦਪੁਰ ਸਾਹਿਬ ਨੰਗਰ ਤੱਕ ਜਿਹੜੇ ਮਿਸਟਰ ਕੇਪੀ ਆ ਨੰਗਰ ਤੋਂ ਜਿੱਤੇ ਹੋਏ ਨੇ ਨਾ ਰੋਪੜ ਤੋਂ ਆਏ ਦਜੀਤ ਸਿੰਘ ਜਿਹੜੇ ਅਕਾਲੀ ਦਲ ਦੇ ਸੀ ਉਹ ਹਾਰ ਗਏ ਸੀ ਪਰ ਹੋਰ ਥਾਵਾਂ ਤੇ ਜਿਸ ਤਰ੍ਹਾਂ ਜਿਹੜੀ ਕਾਂਗਰਸ ਦੇ ਹੈਗੇ ਐਮ ਐਲ ਐਸ ਨੇ ਕਾਂਗਰਸ ਦਾ ਆਪਣਾ ਆਧਾਰ ਵੀ ਹੈਗਾ ਤੇ ਉਸ ਤੋਂ ਲੱਗ ਸਕਦਾ ਵੀ ਕਾਫੀ ਜੇ ਚੰਦੂ ਮજરા ਹਾਰੇ ਤਾਂ ਬਹੁਤ ਘੱਟ ਵੋਟਾਂ ਨਾਲ ਹਾਰਨਗੇ ਹੋ ਸਕਦਾ 35-40 ਹਜ਼ਾਰ 30-35 ਤੋਂ ਵੱਧ ਕੇ ਘੱਟ ਘੱਟ ਵੋਟਾਂ ਆਉਣਾਂ ਇਸ ਦੇ ਵਿੱਚ ਬਸਪਾ ਦਾ ਵੀ ਕੈਂਡੀਡੇਟ ਉੱਥੋਂ ਹੈਗਾ ਉਹਨਾਂ ਦੀ ਵੀ ਕੋਈ ਪੱਕੀ ਵੋਟ ਹੈਗੀ ਆ ਜਾਂ ਨਹੀਂ ਪੱਕੀ ਵੋਟ ਆ 19 ਕੀ ਪੈਣੀ ਆ ਫਿਰ ਉਹ ਮਤਲਬ ਉਹ ਜਿਹੜੀ 35-40 ਹਜ਼ਾਰ 50 ਹਜ਼ਾਰ ਤੱਕ ਦੇ ਕਰੀਬ ਹੈਗੀ ਆ ਵੋਟ ਉਹ ਇੰਨੀ ਕਿ ਉਹਨਾਂ ਨੂੰ ਪੈਣੀ ਆ ਉਹ ਡਿਫਲੈਕਟ ਨਹੀਂ ਹੋਣੀ ਉਹਦਾ ਫਿਰ ਇਹ ਹੈਗਾ ਵੀ ਜੀ ਉਹਦੇ ਨਾਲ ਨੁਕਸਾਨ ਕਿਸੇ ਦਾ ਨਹੀਂ ਉਹ ਪਹਿਲਾਂ ਵੀ ਨਹੀਂ ਸੀ ਪੈਣੀ ਨਾ ਕਾਲੀ ਦਲ ਨੂੰ ਪੈਣੀ ਸੀ ਨਾ ਕਾਂਗਰਸ ਨੂੰ ਪੈਣੀ ਉਹ ਉਹਨਾਂ ਨੂੰ ਹੀ ਪੈਣੀ ਸੀ ਉਹ ਉਹਨਾਂ ਨੂੰ ਪੈਣੀ ਸੀ ਸੋ 19 ਕੇ 60 ਕੁ ਹਜ਼ਾਰ ਵੋਟ ਲੈ ਕੇ 50 ਤੋਂ 60 ਦੇ ਵਿੱਚ ਵਿੱਚ ਉਹ ਜਿੱਦਾਂ ਜਿਸ ਤਰ੍ਹਾਂ ਟਿਕ ਜਾਣਗੇ ਬੰਦੇ ਬਿਲਕੁਲ ਮੀਰ ਦਵਿੰਦਰ ਸਿੰਘ ਦਾ ਉੱਥੇ ਕੋਈ ਵੀ ਇੱਕ ਨਹੀਂ ਹੂੰ ਬਿਲਕੁਲ ਨਹੀਂ ਕਿਉਂਕਿ ਜੇ ਪਾਗੀ ਕਿ ਮੇਨ ਜਿਹੜੀਆਂ ਵੋਟਾਂ ਨੇ ਇਸ ਟਾਈਮ ਦੋ ਹੀ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਨੂੰ ਉੱਥੇ ਪੈਣ ਦੇ ਚਾਂਸਸ ਹੈਗੇ ਆ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਸੰਗਰੂਰ ਦੀ ਸੀਟ ਤੋਂ ਸੰਗਰੂਰ ਦੀ ਸੀਟ ਤੋਂ ਭਗਵੰਤ ਮਾਨ ਖੜੇ ਨੇ ਕਾਂਗਰਸ ਵੱਲੋਂ ਕੇਬਲ ਸਿੰਘ ਢਿੱਲੋਂ ਖੜੇ ਨੇ ਤੇ ਪੰਜਾਬ ਡੈਮੋਕ੍ਰੈਟਿਕ ਆਲਾਈਂਸ ਵੱਲੋਂ ਜਸੀ ਜਸਰਾਜ ਜਿਹੜੇ ਨੇ ਉਹ ਖੜੇ ਹੋਏ ਨੇ ਤੇ ਸਿਮਰਨਜੀਤ ਸਿੰਘ ਮਾਨ ਵੀ ਇਸ ਤੋਂ ਜਿਹੜੇ ਖੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅਵਧਾਰ ਸਿੰਘ ਜੀ ਕਿਸ ਤਰੀਕੇ ਨਾਲ ਤੁਸੀਂ ਲੈਨੇ ਹੈਗੇ ਆ ਮੇਨ ਮੁਕਾਬਲਾ ਹੁਣ ਇਸ ਵੇਲੇ ਉਤੋਂ ਪ੍ਰਵਿੰਦਰ ਸਿੰਘ ਢੀਂਡ ਸਾਹਿਬ ਆ ਅਕਾਲੀ ਦਲ ਦੇ ਹਨ ਉਹਦੇ ਚ ਸਾਲ ਦੀ ਘੜੀ ਸਾਨੂੰ ਲੱਗ ਰਿਹਾ ਵੀ ਕਾਂਗਰਸ ਔਰ ਭਗਵੰਤ ਮਾਨ ਹੂੰ ਹੂੰ ਮੁਕਾਬਲਾ ਇਹਨਾਂ ਦੇ ਦਰਮਿਆਨ ਜ਼ਿਆਦਾ ਚੱਲੂਗਾ ਹੂੰ 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 ਤੇ ਅਕਾਲੀ ਦਲ ਦਾ ਯਤਨ ਹੋਊਗਾ ਵੀ ਸੈਕੰਡ ਨੰਬਰ ਤੇ ਆਇਆ ਜਾਵੇ ਹੂੰ 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 ਪਰ ਹੁਣ ਦੇਖੋ ਵੀ ਅਕਾਲੀ ਦਲ ਸੈਕੰਡ ਦੇ ਆਉਂਦਾ ਜਾਂ ਥਰਡ ਤੇ ਆਉਂਦਾ ਜੀ ਮੇਤੀ ਜੇ ਨਾ ਕਿਉਂਕਿ ਭਗਵਾਨ ਤਮਾਨ ਦਾ ਵੀ ਬੇਸ਼ੱਕ ਉਹ ਹੁਣ ਇੱਕ ਆਮ ਆਦਮੀ ਪਾਰਟੀ ਦੀ ਵੇਵ ਨਹੀਂ ਆਣੀ ਪਰ ਉਹਨਾਂ ਦੀ ਜਿਹੜੀ ਐਕਟੀਵਿਟੀ ਕਾਫੀ ਹੈਗੀ ਆਪਣੀ ਐਕਟੀਵਿਟੀ ਆ ਜਿਹੜੀ ਉਹ ਰਹੀ ਹੈਗੀ ਆ ਹੁਣ ਇਹ ਇਹ ਉਹ ਦੋਹਾਂ ਲਈ ਜਿੱਦਾਂ ਸਿਰ ਵੱਡ ਵੀ ਜਿੱਦਾਂ ਲੜਾਈ ਹੋਊਗੀ ਕੇਵਲ ਸਿੰਘ ਢਿੱਲੋਂ ਰਹੀ ਉਹ ਐਮਐਲਏ ਰਹਾ ਦੋ ਬਾਰ ਬਰਨਾਲੇ ਤੋਂ ਜੀ ਜੀ ਤੇ ਕਾਂਗਰਸ ਦੇ ਉੱਥੇ ਕਾਫੀ ਸਾਰੇ ਆਲੇ ਦੁਆਲੇ ਐਮਐਲਏ ਜਿੱਤੇ ਹੋਏ ਨੇ ਹਮ ਹਮ ਤੇ ਉਸ ਚੋਂ ਇਹ ਹੈਗਾ ਵੀ ਉਹਨਾਂ ਨੂੰ ਉਹਨਾਂ ਕ ਪਰਸੈਂਟੇਜ ਜਿਹੜੀ ਵੋਟਾਂ ਦੀ ਉਹ ਮਿਲ ਰਹੀ ਹੈਗੀ ਆ ਤੇ ਆ ਆਮ ਆਦਮੀ ਪਾਰਟੀ ਦਾ ਇਹ ਹੈਗਾ ਵੀ ਉਹਨਾਂ ਨੂੰ ਜ਼ੋਰ ਲਾਉਣਾ ਪਊਗਾ ਉਹਨਾਂ ਦੀ ਅਜੇ ਤੱਕ ਮੇਰੇ ਖਿਆਲ ਇਹੀ ਆਸ ਆ ਵੀ ਜੇ ਅਸੀਂ ਇੱਕ ਦੋ ਸੀਟਾਂ ਹੀ ਕੱਢ ਲਈਏ ਕੱਢ ਲਈਏ ਹਾਂਜੀ ਆਂ ਤੇ ਉਹਦੇ ਨਾਲ ਹੀ ਜਦੋਂ ਉਹਨਾਂ ਨੇ ਜੇ ਭਗਵਾਨ ਤੁਮਾ ਨਹੀਂ ਉਹਨਾਂ ਨੂੰ ਲੱਗਦਾ ਵੀ ਸੀਟ ਕੱਢ ਜੇ ਪੰਜਾਬ ਚੋਂ ਵੀ ਸਾਡੀ ਹੋਂਦ ਬਚੀ ਰਹੂਗੇ ਪਰ ਜਸਜੀਤ ਸਿੰਘ ਰਾਜ ਵੀ ਕੁਝ ਵੋਟਾਂ ਖਿੱਚ ਕੇ ਜਾਊਗਾ ਪਿਛਲੇ ਵਾਰ ਇਹ ਬਠਿੰਡੇ ਤੋਂ ਉਹਨਾਂ ਨੂੰ 80000 ਵੋਟ ਪੈ ਗਈ ਸੀ ਹਾਂਜੀ ਤੇ ਪਰ ਉਸ ਉਸ ਵੇਲੇ ਵੇਵ ਸੀ ਹੂੰ ਹੂੰ ਹੁਣ ਉਹ ਵੇਵ ਕਿੰਨੇ ਕੁ ਮਚਿਓਰਾ ਆਇਆ ਹੈਗੀ ਆਇਆ ਨਹੀਂ ਜੱਸੀ ਜਸਰਾਜ ਵਾਲੀ ਹੂੰ ਹੂੰ ਵੀ ਉਹਦੇ ਤੇ ਡਿਪੈਂਡ ਕਰੂਗਾ ਉਦਾਂ ਲੱਗਦਾ ਵੀ 30 ਤੋਂ 35 ਜਾਂ 50 ਹਜ਼ਾਰ ਤੱਕ ਵੋਟ ਲੱਜੇਗੀ ਸਿਮਰਨਜੀਤ ਸਿੰਘ ਮਾਨ ਨੂੰ ਜੋਰ ਲਾਉਣ ਦੀ ਲੋੜ ਆ ਹਲੇ ਉਹਨਾਂ ਦਾ ਉਸ ਤਰ੍ਹਾਂ ਮੈਨੇਜ ਨਹੀਂ ਹੋਇਆ ਉਹ ਤਾਂ ਦੇ ਜਿਹੜੇ ਵਿਦੇਸ਼ਾਂ ਵਿੱਚ ਹਮਾਇਤੀ ਨੇ ਜਾਂ ਜਿਹੜੇ इवन ਪੰਜਾਬ 'ਚ ਵੀ ਹਮਾਇਤੀ ਨੇ ਅਸੀਂ ਸਮਝਦੇ ਆਵੇਂ ਉਹਨਾਂ ਨੂੰ ਉੱਥੇ ਕਲੱਬ ਹੋ ਜਾਣਾ ਚਾਹੀਦਾ ਇੱਕੋ ਸੀਟ ਤੇ ਜ਼ੋਰ ਲਾਉਣਾ ਚਾਹੀਦਾ ਸਹੀ ਗੱਲ ਪੰਥਕ ਹਲਕਾ ਹੈਗਾ ਤੇ ਕੋਈ ਵੱਡੀ ਗੱਲ ਨਹੀਂ ਵੀ ਉਹਨਾਂ ਦੇ ਸਿਰ ਬਾਜੀ ਨਾ ਆਵੇ ਕਿਉਂਕਿ ਜਦੋਂ ਇਸ ਤਰ੍ਹਾਂ ਡਿਵੀਜ਼ਨ ਆ ਹਮ ਹਮ ਤੇ ਕਈ ਵਾਰੀ ਜਿੱਦਾਂ ਉਹ ਉਹ ਮੌਕਾ ਲੱਗ ਜਾਂਦਾ ਜਿਹੜੇ ਜਿਹੜੇ ਪੰਥਕ ਧੇਰਾ ਉਹਨੂੰ ਲੱਗ ਜਾਂਦਾ ਹੁਣ 1999 ਵਾਲੀ ਸਿਚੁਏਸ਼ਨ ਨਹੀਂ ਹੈਗੀ ਇਹ ਸਾਰਿਆਂ ਨੂੰ ਮੰਨ ਕੇ ਚੱਲਣਾ ਚਾਹੀਦਾ ਹੈਗਾ ਤੇ ਉਹਦੇ ਚੋਂ ਬਹੁਤ ਸਾਰੀਆਂ ਆਪਾਂ ਦੇਖ ਕੇ ਆਏ ਆ ਗਏ ਆ ਪਿੱਛੇ ਵੀ ਲੋਕਾਂ ਦੀਆਂ ਜਿਹੜੀਆਂ ਨਿੱਜੀ ਲੋੜਾਂ ਨੇ ਰੋਜ਼ਮਰਾਂ ਦੀਆਂ ਉਹ ਲੋੜਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਪਰ ਜੇ ਉਹਨਾਂ ਦੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਹਮਾਇਤੀ ਨੇ ਯਾ ਜਿਹੜੇ ਪੰਜਾਬ 'ਚ ਬੈਠੇ ਆ ਮਾਇਤੀ ਨੇ ਜਿਉ ਕੰਸੋਲੀਡੇਟ ਕਰਕੇ ਉੱਥੇ ਚੋਣ ਪ੍ਰਚਾਰ ਕਰਨ ਤਾਂ ਉਹ ਕਾਫੀ ਸਾਰੀਆਂ ਜਿਹੜੀਆਂ ਵੋਟਾਂ ਨੇ ਸਵਰਨਜੀਤ ਸਿੰਘ ਮਾਨ ਵੀ ਹਾਸਲ ਕਰ ਸਕਦੇ ਆ ਬਿਲਕੁਲ ਜੀ ਔਰ ਇਸ ਦੇ ਨਾਲ ਨਾਲ ਦਸ਼ਕਾਂ ਦਾ ਚੱਲੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਆਧਾਰ ਹੈ ਉਹ ਕਾਫੀ ਜ਼ਰਾ ਜਿਹੜਾ ਹੈ ਥੱਲੇ ਜਾ ਰਿਹਾ ਪਿਛਲੀ ਵਾਰ ਉਹਨਾਂ ਦੇ 4 ਮੈਂਬਰ ਆਫ ਪਾਰਲੀਮੈਂਟ ਸਨ ਔਰ ਚਾਰੇ ਦੇ ਚਾਰੇ ਪੰਜਾਬ ਵਿੱਚੋਂ ਸਨ ਜੋ ਇਸ ਵੇਲੇ ਜਿਹੜਾ ਹੈ ਉਹਨਾਂ ਦਾ ਕਾਫੀ ਡਾਊਨਫਾਲ ਹੋ ਰਹੀ ਹੈ ਅਵਤਾਰ ਸਿੰਘ ਜੀ ਕੀ ਕਹੋਗੇ ਮਤਲਬ ਪੰਜਾਬ ਦੇ ਵਿੱਚੋਂ ਪਾਰਟੀ ਖਤਮ ਹੋ ਰਹੀ ਹੈ ਜਾਂ ਕਿਦਾਂ ਹਾਂਜੀ ਕਾਫੀ ਜਿੱਦਾਂ ਉਹਨਾਂ ਨੂੰ ਜਿਹ ਖੈ ਭਾਜੀ ਤੇ ਖਾਸ ਕਰਕੇ ਤਾਂ ਹੈਗਾ ਵੀ ਜਿਹੜੇ ਲੀਡਰ ਬਣਨ ਦੇ ਜਿਹੜੀਆਂ ਉਹ ਛਾਵਾਂ ਸੀ ਨਾ ਕੁਝ ਲੋਕਾਂ ਦੀ ਉਹਦੇ ਚੋਂ ਮੈਂ ਆਪਾਂ ਕਿਸੇ ਇੱਕ ਬੰਦੇ ਤੇ ਦੋਸ਼ ਨਹੀਂ ਧਰਦੇ ਉਹ ਸਾਰਿਆਂ ਲੀਡਰਾਂ ਚ ਹੀ ਸੀਗੇ ਅਸਲ ਚ ਇਹ ਪੰਜਾਬ ਦੀ ਪੋਲਿਟਿਕਸ ਦਾ ਯਾ ਸਮੁੱਚੀ ਪੋਲਿਟਿਕਸ ਦਾ ਇਹ ਟ੍ਰੈਂਡ ਬਣ ਗਿਆ ਹੋਇਆ ਜੀ 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 ਵੀ ਕੋਈ ਵੀ ਬੰਦਾ ਨਿਮਰਤਾ ਨਾਲ ਸਹਿਜ ਨਾਲ ਬੀ ਤਿਆਗ ਦੀ ਭਾਵਨਾ ਨਾਲ ਪੋਲਿਟਿਕਸ ਨਹੀਂ ਪੋਲਿਟਿਕਸ ਹਾਈ ਅਸਲ ਚ ਗਰੀਡੀਨੈਸ ਦਾ ਨਾਮ ਹੈਗਾ ਜਿਹੜੇ ਬੰਦੇ ਬਹੁਤ ਜਿਆਦਾ ਗਰੀਡੀ ਨੇ ਅੰਬੀਸ਼ੀਅਸ ਨੇ ਜਾਂ ਜਿਨ੍ਹਾਂ ਵਿੱਚ ਇੱਕ ਤਰ੍ਹਾਂ ਨਾਲ ਅਥੋਰਿਟੇਰੀਅਨ ਨਿਜ਼ਾਮ ਆ ਜਿਹੜੇ ਮਤਲਬ ਕਿ ਐ ਜਿਸ ਤਰ੍ਹਾਂ ਵੀ ਵੀ ਮੇਰਾ ਹੀ ਹੁਕਮ ਚੱਲੇ ਉਹ ਅਥਾਰਟੀਟੇਰੀਨਿਜ਼ਮ ਵਾਲੇ ਜਿਹੜੇ ਲੋਕ ਆ ਉਹ ਰਾਜਨੀਤੀ ਵਿਚਾਰ ਰਹੇ ਨੇ ਭਾਰਤ ਦੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਲੋਤੋਂ ਵੱਖਰੀ ਨਹੀਂ ਹੈਗੀ ਉਹਦੇ 'ਚ ਜੀ ਆਪਾਂ ਕੀ ਕਿ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਦਲਣ ਦੇ ਵਿੱਚ ਆਏ ਅਸੀਂ ਰਾਜਨੀਤਿਕ ਕਰਨੀ ਹੈ ਰਾਜਨੀਤੀ ਨੂੰ ਬਦਲਣੀ ਹੈ ਨਾ 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 ਉਹ 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 ਰੂਹਾਂ ਹੋਰ ਹੁੰਦੀਆਂ ਨੇ ਹੂੰ ਉਹ ਰੂਹਾਂ ਰੱਬ ਨਾਲ ਜੁੜੀਆਂ ਹੋਈਆਂ ਹੁੰਦੀਆਂ ਨੇ ਉਹਦੇ 'ਚੋਂ ਤਾਂ ਤਿਆਗ ਦੀ ਭਾਵਨਾ ਬਹੁਤ ਹੁੰਦੀ ਆ ਹੂੰ ਹੂੰ ਤੇ ਜਿਹੜੇ ਜਿਹੜਾ ਲੀਡਰਾਂ 'ਚ ਤਿਆਗ ਦੀ ਭਾਵਨਾ ਨਹੀਂ ਉਹ ਉਹ ਰਾਜ ਨਹੀਂ ਕਰ ਸਕਦੇ ਜਿਹੜਾ ਜਿਹੜਾ ਪੰਜਾਬ ਨੂੰ ਪੰਜਾਬ ਦੇ ਲੋਕ ਜਿਸ ਬਦਲ ਦੀ ਭਾਲ ਕਰ ਰਹੇ ਹਨ ਉਹ ਰੋਹਾਨੀ ਬਦਲ ਦੀ ਭਾਲ ਕਰ ਰਹੇ ਆ ਹੂੰ ਹੂੰ ਉਹਨਾਂ ਚ ਫਿਰ ਹਲੇ ਉਹ ਰਵਾਇਤੀ ਪਾਰਟੀਆਂ ਨੂੰ ਹੀ ਵੋਟਾਂ ਪਾਉਣਗੇ ਤੁਸੀਂ ਦੇਖੋ ਵੀ ਕਿੱਦਾਂ ਖਿੰਡੋ ਖਿੱਦੋ ਵਾਂਗ ਖੜਿਆ ਕੰਮ ਹਨ ਹੂੰ ਹੂੰ ਇਹ ਇਸ ਤਰ੍ਹਾਂ ਦਾ ਨਹੀਂ ਵਰਗੇ ਉਹ ਪੰਜਾਬ ਦੇ ਲੋਕ ਬਦਲ ਚਾਹੁੰਦੇ ਆ ਪਰ ਉਹਦੇ ਚ ਉਹ ਵੀ ਜਿੱਦਾਂ ਆਦਮੀ ਪਾਰਟੀ ਵਾਲਾ ਬਦਲ ਨਹੀਂ ਜਿੱਦਾਂ ਪੁਰਾਤਨ ਸਿੰਘਾਂ ਦਾ ਸੀ ਨਾ ਵੀ ਜਦੋਂ ਕਹਿੰਦੇ ਵੀ ਜੰਗ ਹੁੰਦੀ ਸੀ ਕੋਸ਼ ਸਿੰਘ ਨੇ ਜਿਹੜੇ ਉਹ ਮੈਦਾਨ ਚ ਮੂਹਰੇ ਖੜਦੇ ਸੀ ਵੀ ਤੁਸੀਂ ਬਾਕੀ ਦੇ ਬਚ ਕੇ ਨਿਕਲੋ ਅਸੀਂ ਮੁਕਾਬਲਾ ਕਰਦੇ ਹਾਂ ਦੁਸ਼ਮਣ ਦਾ ਉਹ ਪੈਟਰਨ ਚਾਹੁੰਦੇ ਆ ਵੀ ਤਿਆਗ ਦੀ ਭਾਵਨਾ ਬੀਬੀ ਸੀਟਾਂ ਸੂਟਾਂ ਵਾਲੀ ਤਾਂ ਕੋਈ ਗੱਲ ਨਹੀਂ ਵੀ ਮੈਂ ਤਾਂ ਜਿੱਦਾਂ ਸੇਵਾ ਵੀ ਕਰ ਸਕਦਾ ਹੂੰ ਹੂੰ ਸੋ ਜਿਹੜੀ ਰੂਹਾਨੀ ਭਾਵਨਾ ਉਹ ਜਦੋਂ ਤੱਕ ਉਹ 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 ਆਉਣੀ ਹੈ ਧਰਮ ਦੀਆਂ ਸਿੱਖਿਆਵਾਂ ਨਾਲ ਜੀ 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 ਜਦੋਂ ਧਰਮ ਮਜ਼ਬੂਤ ਹੋਊਗਾ ਹੂੰ ਸੋ ਆਮ ਆਦਮੀ ਪਹਟ ਉਸ ਤਰ੍ਹਾਂ ਦੀਆਂ ਧਾਰਮਿਕ ਸਿੱਖਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਉਹ ਜਸਟ ਅੰਬੀਸ਼ੀਅਸ ਸੀਗੇ ਇੱਕ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਅਕਾਲੀ ਦਲ ਤੇ ਕਾਂਗਰਸ ਨੇ ਅੰਬੀਸ਼ੀਅਸ ਦੱਬੀਆਂ ਹੋਈਆਂ ਸੀ ਉਹ ਫੁੱਟ ਕੇ ਬਾਹਰ ਆਈਆਂ ਤੇ ਉਹ ਕੁਝ ਦਿਨ ਲਈ ਢਾਾਕਾ ਪਿਆ ਤੇ ਉਹ ਵੇਵ ਚੋਂ ਖਤਮ ਹੋ ਗਈਆਂ ਬਿਲਕੁਲ ਜੀ ਔਰ ਜੇ ਆਪਾਂ ਗੱਲਬਾਤ ਕਰਦੇ ਹਾਂ ਦੇਸ਼ ਦੇ ਵਿੱਚ ਤੇ ਦਿੱਲੀ ਦੇ ਵਿੱਚ ਜਿਹੜਾ ਹੈ ਸੱਜਣ ਕੁਮਾਰ ਦੇ ਜਿਹੜੇ ਭਰਾ ਨੂੰ ਹੈ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ ਜਿਸ ਦੀ ਕਿ ਕਾਫੀ ਵੱਡੀ ਪੱਧਰ ਤੇ ਆਲੋਚਨਾ ਵੀ ਜਿਹੜੀ ਹੈ ਅਕਾਲੀ ਦਲ ਵੱਲੋਂ ਵੀ ਕੀਤੀ ਗਈ ਹੈ ਔਰ ਇਸ ਦੇ ਨਾਲ ਨਾਲ ਰਮਿੰਦਰ ਸਿੰਘ ਲਵਲੀ ਜੋ ਕਿ ਸਿੱਖਚੇਰਾ ਹੈ ਉਹਨਾਂ ਨੂੰ ਵੀ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ। ਅਲਤਾਰ ਸਿੰਘ ਜੀ ਦੋਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਇਹ ਦੋਨਾਂ ਨੂੰ ਨਹੀਂ ਫਿਰ ਆਪਾਂ ਤਿੰਨਾਂ ਦਾ ਹੀ ਜੇ ਕਰੀਏ ਵੀ ਪ੍ਰਿਆਗਿਆ ਸਿੰਘ ਦਾ। ਪ੍ਰਿਆਗਿਆ ਸਿੰਘ ਦਾ ਦੇ ਦਵਾਂ। ਸੱਜਣ ਕੁਮਾਰ ਦੇ ਭਰਾ ਦਾ ਤੇ ਜਸਜੀਤ ਸਿੰਘ ਲਵਲੀ ਦਾ। ਹਾਂ ਜਿਹੜਾ ਇਹ ਹੈਗਾ ਵੀ ਇੱਕ ਤਾਂ ਟੈਕਨੀਕਲੀ ਇਹ ਆਖਿਆ ਜਾ ਸਕਦਾ ਵੀ ਸੱਜਣ ਕੁਮਾਰ ਦਾ ਭਰਾ ਕਿਸੇ ਕਾਰਵਾਈ 'ਚ ਸ਼ਾਮਲ ਹੈ। ਹੂੰ ਹੂੰ ਜੇ ਆਪਾਂ ਕਹੀਏ ਨਾ ਵੀ ਆਪਾਂ ਉਹਦੇ ਤੇ ਦੋਸ਼ ਵੀ ਨਾ ਲਾਈ ਹੈ ਨਾ ਉਹ ਦੋਸ਼ੀ ਨਹੀਂ ਉਹ ਫੈਮਿਲੀ ਨਾਲ ਪ੍ਰਗਿਆ ਸਿੰਘ ਵਾਲੇ ਮੈਟਰ ਚ ਨਹੀਂ ਮੈਟਰ ਚ ਨਹੀਂ ਆਉਂਦਾ ਹੈ ਨਾ ਵੀ ਪ੍ਰਗਿਆ ਸਿੰਘ ਆਪ ਜਿੱਦਾਂ ਇਨਵੋਲਡ ਹੈਗੀ ਆ ਬੰਬ ਧਮਾਕਿਆਂ ਚ ਹੁਣ ਸੱਜਣ ਕੁਮਾਰ ਦਾ ਭਰਾ ਭਰਾ ਆਉਣ ਤੇ ਨਾਤੇ ਉਹਨੂੰ ਡਿਨਾਈ ਕਰਨਾ ਆਪਾਂ ਉਹਨੂੰ ਇਸ ਲੈਵਲ ਤੇ ਬੇਸ਼ੱਕ ਸਾਡਾ ਇਤਰਾਜ਼ ਹੈਗਾ ਕਿਉਂਕਿ ਕਾਂਗਰਸ ਪਾਰਟੀ ਨੇ ਸੱਜਣ ਕੁਮਾਰ ਦੇ ਪਰਿਵਾਰ ਨੂੰ ਇਹ ਸੰਦੇਸ਼ ਦੇਣ ਦਾ ਕੋਸ਼ਿਸ਼ ਕਰਿਆ ਵੀ ਤੁਸੀਂ ਘਬਰਾਇਓ ਨਾ ਜੇ ਉਮਰ ਕੈਦ ਹੋ ਗਈ ਆ ਅਸੀਂ ਤੁਹਾਡੇ ਨਾਲ ਫੇਰ ਵੀ ਪਿੱਠ ਤੇ ਖੜੇ ਆ ਇਹ ਇਹ ਟਿਕਟ ਦੇ ਕੇ ਕਾਂਗਰਸ ਪਾਰਟੀ ਨੇ ਇਹ ਸੰਦੇਸ਼ ਦਿੱਤਾ ਹੈਗਾ ਜੀ 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 ਸੱਜਣ ਕੁਮਾਰ ਦੀ ਫੈਮਿਲੀ ਨੂੰ ਵੀ ਤੁਸੀਂ ਕਬਰ ਆਇਓ ਨਾ ਬੇਸ਼ੱਕ ਤਕਨੀਕੀ ਤੌਰ ਤੇ ਸਾਨੂੰ ਤੁਹਾਨੂੰ ਬਾਹਰ ਕੱਢਣਾ ਪਿਆ ਪਰ ਇਨਡਾਇਰੈਕਟਲੀ ਅਸੀਂ ਤੁਹਾਡੇ ਨਾਲ ਹੀ ਹੈਗੇ ਆਂ ਡਰਿਓ ਨਾ ਜੀ 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 ਇਹਦਾ ਇਹ ਇਹ ਜਾਂਦਾ ਹੈਗਾ ਪਰ ਅਸੀਂ ਟੈਕਨੀਕਲੀ ਉਸ ਤਰ੍ਹਾਂ ਵਿਰੋਧ ਨਹੀਂ ਕਰ ਸਕਦੇ ਜਿਸ ਤਰ੍ਹਾਂ ਪ੍ਰਗਿਆ ਸਿੰਘ ਦਾ ਕਰ ਸਕਦੇ ਆਂ ਹੂੰ ਹੂੰ ਕਿਉਂਕਿ ਉਹ ਇਨਵੋਲਡ ਨਹੀਂ ਹੈਗਾ ਜਣੀ ਉਹਦਾ ਨਾਂ ਨਹੀਂ ਆਇਆ ਪਤਾ ਨਹੀਂ ਇਨਵੋਲਡ ਸੀ ਆ ਨਹੀਂ ਉਹ ਵੱਖਰੀ ਗੱਲ ਹੈ ਜੀ 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 ਕਿਉਂਕਿ ਜੇ ਸੱਜਣਕਰ ਇਨਵੋਲਡ ਆ ਉਹ ਕਿਹੜਾ ਘਰ ਬੈਠਿਆ ਹੁਣ ਸਹੀ ਗੱਲ ਕਿਉਂਕਿ ਉਹ ਵੀ ਰਜੀਵ ਗਾਂਧੀ ਦੇ ਨਾਲ ਜਾਂ ਇੰਦਰਾ ਗਾਂਧੀ ਦੇ ਨਾਲ ਹੀ ਸੀ ਹੈਨਾ ਪਰ ਕਿਉਂਕਿ ਉਹਦਾ ਕਿਤੇ ਨਾਂ ਨਹੀਂ ਆਇਆ ਸੋ ਅਸੀਂ ਉਹਨੂੰ ਇਨਡਿਕਟ ਨਹੀਂ ਕਰ ਸਕਦੇ ਦੂਜਾ ਹੈਗਾ ਜਿਹੜਾ ਮਿਸਟਰ ਲਵਲੀ ਦਾ ਲਵਲੀ ਦਾ ਹੈ ਕਿ ਵੀ ਸਿੱਖ ਚਿਹਰਾ ਇੱਕ ਨਾ ਇੱਕ ਤਾਂ ਕਾਂਗਰਸ ਨੇ ਲਿਆਉਣਾ ਸੀ ਸੋ ਸੱਜਣ ਕੁਮਾਰ ਵਾਲੀ ਗਲਤੀ ਨੂੰ ਬੈਲੈਂਸ ਕਰਨ ਲਈ ਜੀ ਉਹਨਾਂ ਨੇ ਫਿਰ ਇਹ ਮਿਸਟਰ ਲਵਲੀ ਨੂੰ ਜਿਸ ਤਰ੍ਹਾਂ ਹਾਂ ਉਹ ਤੋਂ ਲੋਕ ਸਵਾਦੀ ਸੀਟਾਂ ਲਾਂ ਦੇਤੇ ਹੋਈਆਂ ਤੇ ਦੂਜਾ ਇਹ ਹੈਗਾ ਵੀ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਦੋਹੇ ਤੇ ਆਮ ਵਿਚਸ ਨੇ ਦੋਹੇ ਚਾਹੁੰਦੀਆਂ ਵੀ ਸਾਡੀਆਂ ਜਿਹੜੀਆਂ ਸੀਟਾਂ ਵਧ ਜਾਣ ਤੇ ਉਹਦੇ ਚੋਂ 7 ਦੀਆਂ 7 ਸੀਟਾਂ ਦਿੱਲੀ ਚੋਂ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈਗੀ ਆ ਤੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੈਂਕੜਬਾਜੀ ਕਰਕੇ ਵੀ ਕਿਉਂਕਿ ਉਹ ਕਿਸੇ ਸਾਂਝੇ ਗੱਠਜੋੜ ਚ ਨਹੀਂ ਆਏ ਇਸ ਮਾਮਲੇ 'ਚ ਅਸੀਂ ਬੀਬੀ ਮਾਇਆਵਤੀ ਤੇ ਅਕਲੇਸ਼ ਯਾਦਵ ਦਾ ਧੰਨਵਾਦ ਕਰਦੇ ਹਾਂ ਵੀ ਘਟੋਟ ਉਹਨਾਂ ਨੇ ਕਿਸੇ ਨਾ ਕਿਸੇ ਸੈਟਲਮੈਂਟ ਕਰ ਲਈ ਹੋਈ ਜੀ ਜੀ ਬਿਲਕੁਲ ਜੀ ਅ ਔਰ ਜੇ ਆਪਾਂ ਗੱਲਬਾਤ ਕਰੀਏ ਭਾਰਤ ਦੇ ਵਿੱਚ ਇੱਕ ਹੋਰ ਸੀਟ ਹੈ ਜਿਸ ਦੀ ਗੱਲਬਾਤ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਦਰਸ਼ਕਾਂ ਨੂੰ ਉਸਤੇ ਬਾਰੇ ਦੱਸਣਾ ਚਾਹੀਦਾ ਹੈ ਕਨਈਆ ਕੁਮਾਰ ਦੀ ਜਿਹੜੀ ਸੀਟ ਹੈ ਜਿੱਥੋਂ ਚੋਣ ਲੜ ਰਹੇ ਨੇ ਤੇ ਉੱਥੇ ਜਿਹੜੀ ਕੈਂਪੇਨਿੰਗ ਹੋ ਰਹੀ ਹੈ ਉਸ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਕਿੱਤਿਆਂ ਉਥੇ ਗਏ ਨੇ ਔਰ ਉਹ ਜਾ ਕੇ ਕਨਈਆ ਕੁਮਾਰ ਦੇ ਲਈ ਕੈਂਪੇਨਿੰਗ ਕਰ ਰਹੇ ਨੇ ਅਵਤਾਰ ਸਿੰਘ ਜੀ ਕੀ ਕਹੋਗੇ ਤੁਸੀਂ ਹਾਂਜੀ ਹਾਂਜੀ ਕਾਫੀ ਦਿਲਚਸਪ ਜਿਸ ਤਰ੍ਹਾਂ ਉਥੇ ਸੀਨ ਬਣ ਰਿਹਾ ਹੈਗਾ ਹੂੰ ਹੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਮਿੰਨੀ ਭਾਰਤ ਆ ਜਿਹੜਾ ਉਥੇ ਉਥੇ ਇਕੱਠਾ ਹੋ ਰਿਹਾ ਜੀ 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 ਜਿਸ ਤਰ੍ਹਾਂ ਆਪਾਂ ਲੰਡਨ ਨੂੰ ਕਹਿੰਦੇ ਆ ਨਾ ਵੀ ਲੰਡਨ ਇੱਕ ਮਿੰਨੀ ਵਰਲਡ ਹੈਗਾ ਜੀ 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 ਇਸ ਤਰ੍ਹਾਂ ਹੀ ਬੇਗੂ ਸਰਾਇਆ ਜਿਹੜਾ ਬਿਹਾਰ ਦਾ ਜਿੱਥੋਂ ਖੜੇ ਨੇ ਸੀਪੀਆਈ ਦੇ ਕੈਂਡੀਡੇਟ ਨੇ ਜੀ ਤੇ ਜਵਾਰਲਾ ਲੈ ਨਹਿਰੂ ਯੂਨੀਵਰਸਿਟੀ ਵਿੱਚ ਕਿਉਂਕਿ ਸਟੂਡੈਂਟ ਯੂਨੀਅਨ ਦੇ ਲੀਡਰ ਸੀਗੇ ਤੇ ਉਹਨਾਂ ਤੇ ਕੇਸ ਬਣਾਇਆ ਨਰਿੰਦਰ ਮੋਦੀ ਸਰਕਾਰ ਨੇ ਜਦੋਂ ਉਹਨਾਂ ਨੇ ਲੈਫਟਿਸਟ ਪਾਰਟੀਆਂ ਤੇ ਹਾਂ ਅਟੈਕ ਕਰਿਆ ਤੇ ਇਹਦੇ ਚੋਂ ਉਹ ਲੀਡਰ ਵੱਜੋਂ ਉੱਪਰ ਆਏ ਹੁਣ CPI ਵੱਜੋਂ ਉੱਥੇ ਖੜੇ ਨੇ ਉਹਦੇ ਚੋਂ ਪੂਰੇ ਭਾਰਤ ਚੋਂ ਜਿੱਦਾਂ ਪੜੇ ਲਿਖੇ ਲੋਕ ਇਵਨ ਜਰਨਲਿਸਟ ਫਿਲਮ ਮੇਕਰ ਅਕੈਡਮੀਸ਼ੀਅਨਸ ਪ੍ਰੋਫੈਸਰਸ ਤੇ ਇੱਕ ਤਰ੍ਹਾਂ ਨਾਲ ਜਿਹੜੇ ਥੀਏਟਰ ਨਾਲ ਜੁੜੀਆਂ ਹੋਈਆਂ ਪਰਸਨੈਲਿਟੀਆਂ ਨੇ ਉਹ ਬਹੁਤ ਸਾਰੇ ਜਿੱਦਾਂ ਵੱਖ-ਵੱਖ ਜਿਹੜੇ ਚੰਗੀਆਂ ਫੈਮਿਲੀ ਸੋ ਨੇ ਜਿਹੜਾ ਚੰਗੇ ਖਾਂਦੇ ਪੀਂਦੇ ਘਰਾਂ ਚੋਂ ਨੇ ਔਰ ਉੱਥੇ ਦੋਨੋਂ ਆਦਮੀ ਤੇ ਮਰਦ ਉੱਥੇ ਜਾ ਕੇ ਕਨਈਆ ਕੁਮਾਰ ਲਈ ਕਹਿੰਦੇ ਉਹਦਾ ਭਰਾ ਹੈ ਜਿਹੜਾ ਪ੍ਰਿੰਸ ਕੁਮਾਰ ਉਹ ਸਾਰੇ ਉਹਦੇ ਕੰਪੇਨ ਨੂੰ ਦੇਖ ਰਿਆ ਤੇ ਸਾਰੇ ਉਹਨੂੰ ਰਿਪੋਰਟ ਕਰਦੇ ਨੇ ਜਾ ਕੇ ਪ੍ਰਿੰਸ ਨੂੰ ਵੀ ਸਾਡ ਨੂੰ ਦੱਸੋ ਵੀ ਅਸੀਂ ਕਿੱਥੇ ਜਾਣਾ ਕਿੱਥੇ ਡਿਊਟੀ ਹੈ ਸਾਡੀ ਕਿੱਥੇ ਉਹ ਪਿੰਡਾਂ ਚ ਪੋਸਟਰ ਲਾ ਰਹੇ ਨੇ ਉਹ ਜਿਹੜੇ ਦਿੱਲੀ ਤੋਂ ਗਏ ਨੇ ਏਸੀ ਕਮਰਿਆਂ ਚ ਬੈਠਣ ਵਾਲੇ ਬੰਦੇ ਉੱਥੇ ਜਾ ਕੇ ਉੱਥੇ ਜਾ ਕੇ ਪੋਸਟਰ ਲਾ ਰਹੇ ਨੇ ਕੁਝ ਬੀਬੀਆਂ ਰੋਟੀਆਂ ਪਕਾ ਕੇ ਆਪਣੇ ਕੈਂਪੇਨਸ ਲਈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਇੰਟੈਲੈਕਚੁਅਲ ਲੋਗ ਹੈਗੇ ਹਨ ਹਾਂਜੀ ਹਾਂਜੀ ਉਹ ਉੱਥੇ ਜਾ ਕੇ ਲਗਾਤਾਰ ਉਹਦੀ ਕੈਂਪੇਨ ਕਰ ਰਹੇ ਵੀ ਕਿਉਂਕਿ ਉਹ ਇੱਕ ਤਰ੍ਹਾਂ ਨਾਲ ਕਹਿ ਸਕਦਾ ਹੈ ਵੀ ਅਨਲਾਈਟਨਡ ਸਟੂਡੈਂਟ ਆ ਉਹਨਾਂ ਨੂੰ ਇਹ ਲੱਗਦਾ ਵੀ ਕਨਈਆ ਕੁਮਾਰ ਵਰਗੇ ਜਿਹੜੇ ਪੜ੍ਹੇ ਲਿਖੇ ਲੋਕ ਆ ਜੀ ਉਹ ਰਾਜਨੀਤੀ ਵਿੱਚ ਆਉਣੇ ਚਾਹੀਦੇ ਆ ਜਿਹੜੇ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦੇ ਆ ਖਾਸ ਕਰਕੇ ਜਿਹੜੀ ਫਾਸ਼ਿਸਮ ਦੀ ਵੇਵ ਆ ਹੱਤ ਵਿੱਚ ਪੈਦਾ ਹੋ ਰਹੀ ਆ ਉਹਦੇ ਖਿਲਾਫ ਜਿਹੜੇ ਛਾਤੀ ਢਾ ਕੇ ਖੜ ਸਕਣ ਤੇ ਹਾਲਾਂਕਿ ਆਪਾਂ CBI ਦਾ ਜਿੱਥੇ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਆ ਜੇ ਆਪਾਂ ਉਹਦਾ ਟ੍ਰੈਂਡ ਦੇਖੀਏ ਤਾਂ ਉਹ ਇੰਨਾ ਚੰਗਾ ਨਹੀਂ ਹੈਗਾ ਜੀ ਜੀ ਉਹ ਆਮ ਤੌਰ ਤੇ ਸਮਝੌਤਾ ਕਰ ਲੈਂਦੇ ਆ ਭਾਜਪਾ ਨਾਲ ਵੀ ਕਾਂਗਰਸ ਨਾਲ ਵੀ ਔਰ ਖਾਸ ਕਰਕੇ ਪੰਜਾਬ ਚ ਸਿੱਖਾਂ ਦੇ ਖਿਲਾਫ ਤਾਂ ਉਹਨਾਂ ਨੇ ਐਨ ਮਿੱਥ ਕੇ ਜੰਗ ਲੜੀ ਆ ਜਿੱਥੇ ਸਿੱਖਾਂ ਦੇ ਬੱਚਿਆਂ ਦੀਆਂ ਮੁੱਖ ਭਰੀਆਂ ਕਰਵਾਈਆਂ 98 ਚ ਉਹਨਾਂ ਤੇ ਤਸ਼ੱਦਦ ਕਰਵਾਇਆ ਸੋ ਸੀਪੀਆਈ ਦਾ ਇਸ ਕਿਸਮ ਦਾ ਆਪਣਾ ਟਰੈਕ ਰਿਕਾਰਡ ਨਹੀਂ ਹੈ ਹਾਂ ਕਨਈਆ ਕੁਮਾਰ ਕੋਈ ਆਪਣੇ ਵੱਲੋਂ ਕੁਝ ਕਰ ਜੇ ਤਾਂ ਉਹ ਵੱਖਰੀ ਗੱਲ ਹੈਗੀ ਆ ਵੀ ਉਹ ਉਹ ਹੁਣ ਦੇਖਣ ਵਾਲੀ ਗੱਲ ਹੋਊਗੀ ਬਿਲਕੁਲ ਜੀ ਔਰ ਕਾਫੀ ਇੰਟਰਸਟਿੰਗ ਰਹੇਗਾ ਜਦੋਂ ਇਹ ਇਲੈਕਸ਼ਨ ਦੇ ਰਿਜ਼ਲਟ ਆਉਣੇ ਨੇ ਕਾਫੀ ਸਨੀਆਂ ਸੀਟਾਂ ਜਿਹੜੀਆਂ ਅਨਾਉਂਸ ਹੋਣੀਆਂ ਨੇ ਪਤਾ ਲੱਗੇਗਾ ਕਿ ਕੌਣ-ਕੌਣ ਇੱਥੇ ਜਿੱਤਿਆ ਹੈਗਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਸਾਨੂੰ ਫੀਡਬੈਕ ਜ਼ਰੂਰ ਦਿਓ ਸਾਡਾ ਸਟੂਡੀਓ ਦਾ ਨੰਬਰ ਹੈ 01215511001 ਤੇ ਅਖੀਰ ਤੇ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ